ਓਏ ਮੇਰਾ ਨਬੀ ਆਇਆ ਏ ਬਾਬਾ ਜੀ ਮਾਵਾਂ ਦੀਆਂ ਪੈਰਾਂ ਥੱਲੇ ਜੰਨਤ ਆਈ ਆ ਰਿਜ਼ਵੀ ਜੁਮਲੇ ਸੁਣਨੇ ਨੀ ਓਏ ਮੇਰਾ ਨਬੀ ਆਇਆ ਏ ਅਸੀਂ ਕਿਵੇਂ ਮਿਲਾਦ ਨਾ ਮਨਾਈਏ ਅਸੀਂ ਕਿਵੇਂ ਜਲੂਸ ਨਾ ਕੱਢੀਏ ਅਸੀਂ ਕਿਵੇਂ ਨਾਰੇ ਨਾ ਮਾਰੀਏ ਅੱਜ ਪਿਓਵਾਂ ਨੂੰ ਇੱਜ਼ਤ ਮਿਲੀ ਆ ਏ ਮਿਲਾਦ ਵਾਲੇ ਨਬੀ ਦੇ ਸਦਕੇ ਮਿਲੀ ਆ ਅੱਜ ਮਾਂ ਦੀਆਂ ਪੈਰਾਂ ਥੱਲੇ ਜੰਨਤ ਆ ਗਈ ਜਦੋਂ ਮੇਰਾ ਨਬੀ ਆਇਆ ਏ ਹੇ ਬਾਪ ਜੰਨਤ ਦਾ ਦਰਵਾਜ਼ਾ ਬਣ ਗਿਆ ਜਦੋਂ ਮੇਰਾ ਨਬੀ ਆਇਆ ਏ ਹੇ ਚੱਕ ਵਾਲੀਓ ਅੱਲਾ ਨੇ ਦੀਆਂ ਨੂੰ ਰਹਿਮਤ ਬਣਾ ਛੱਡਿਆ ਕੋਈ ਸੋਹਣਾ ਨਹੀਂ ਹੁਣ ਮਿਲ ਕੇ ਆਖਣੇ ਇੱਕ ਵਾਰੀ ਗਵਾਈ ਦੇ ਕੇ ਕੋਈ ਸੋਹਣਾ ਨਹੀਂ ਇਸੇ ਐਡਾ ਵੱਡਾ ਪਿੰਡ ਐਡਾ ਵੱਡਾ ਕੋਈ ਸੋਹਣਾ ਨਹੀਂ ਇਸੇ ਸੋਹਣੇ ਦੇ ਨਾਲ ਦਾ ਚੰਨ ਚੜਿਆ ਇੱਕ ਵਾਰੀ ਤੁਹਾਡੀ ਆਵਾਜ਼ ਆਵੇ ਚੰਨ ਚੜਿਆ ਚੰਨ ਚੜਿਆ ਆਮੀਨਾ ਦੇ ਅੱਲਾ ਕੁਰਾਨ ਵਿੱਚ ਫਰਮਾ ਰਿਹਾ ਕਾਦੀ ਜਾ ਕੁਰਾਨ ਸੁਣ ਕੇ ਕਹਿੰਦੇ ਹੋ ਕਿ ਨਹੀਂ ਸੁਭਾਨ ਅੱਲਾ ਕਾਦੀ ਜਾ ਆਕੁਮ ਮਿਨ ਅੱਲਾਹਿ ਨੂਰੂ ਕਿਤਾਬ ਮੁਬੀਨ ਫਰਮਾਇਆ ਅਲਬਤਾ ਤਹਕੀਕ ਅੱਲਾ ਦੀ ਤਰਫੋਂ ਤੁਹਾਡੇ ਵੱਲ ਕੁਰਾਨ ਹੈ ਕੁਰਾਨ ਅੱਲਾ ਦੀ ਤਰਫੋਂ ਤੁਹਾਡੇ ਵੱਲ ਦੋ ਚੀਜ਼ਾਂ ਆਈਆਂ ਨੇ ਮੈਂ ਕਿਹਾ ਮੌਲਾ ਇਹ ਦੋ ਚੀਜ਼ਾਂ ਕਿਹੜੀਆਂ ਆਈਆਂ ਨੇ ਅੱਲਾ ਨੇ ਫਰਮਾਇਆ ਲੋਕੋ ਇੱਕ ਕਿਤਾਬ ਆਈਏ ਇੱਕ ਨੂਰ ਆਇਆ ਇੱਕ ਕਿਤਾਬ ਆਈ ਏ ਇੱਕ ਨੂਰ ਆਇਆ ਏ ਇੱਕ ਕਿਤਾਬ ਆਈ ਏ ਇੱਕ ਨੂਰ ਆਇਆ ਏ ਹੋਏ ਚੱਕ ਵਾਲੀਓ ਕਿਤਾਬ ਤੋਂ ਮੁਰਾਦ ਕੁਰਾਨੇ ਪਾ ਕੇ ਨੂਰ ਤੋਂ ਮੁਰਾਦ ਨਬੀ ਪਾ ਕੇ ਇੱਜ਼ਤ ਦੇ ਲਾਇਕ ਸਾਮੀਨ ਨਾਜ਼ਰੀਨ ਅੱਜ ਦੀ ਇਹ ਸਲਾਨਾ ਅਜ਼ੀਮ ਸ਼ਾਨ ਮਹਿਫਿਲ ਮਿਲਾਦ ਮੁਸਤਫਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਜਾਮਿਆ ਮਸਜਿਦ ਚੱਕ ਨੰਬਰ 678 ਬਟਾ 19 ਗਾਫ ਬੇ ਤਹਿਸੀਲ ਪੀਰ ਮਹੱਲ ਆਪ ਦੀ ਜਾਮਿਆ ਮਸਜਿਦ ਦੇ ਅੰਦਰ ਖੂਬਸੂਰਤ ਮਹਿਫਲ ਸਜਾਈ ਗਈ ਇੰਤਜ਼ਾਮੀਆ ਕਮੇਟੀ ਜਾਮਿਆ ਮਸਜਿਦ 678 ਬਟਾ 19 ਗਾਫ ਬੇ ਜਿਨ੍ਹਾਂ ਨੇ ਅੱਜ ਦੀ ਇਹ ਖੂਬਸੂਰਤ ਬਜ਼ਮ ਸਜਾਈ ਦੁਆ ਗੋਵਾਂ ਜਿਸ ਜਿਸ ਬੰਦੇ ਨੇ ਮਹਿਫਲ ਦੇ ਅੰਦਰ ਹਿੱਸਾ ਪਾਇਆ ਇੰਤਜ਼ਾਮ ਕੀਤਾ ਅੱਲਾ ਸਭ ਦਾ ਇੰਤਜ਼ਾਮ ਕਰਨਾ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਫਰਮਾਏ ਮਾਸ਼ਾਅੱਲਾ ਸਟੇਜ ਦੇ ਉੱਤੇ ਕਿਬਲਾ ਅਲਹਾਜ ਮੌਲਾਨਾ ਸ਼ਰਫੁੱਦੀਨ ਸਾਹਿਬ ਇਮਾਮ ਮਸਜਿਦ ਜਾਮਿਆ ਮਸਜਿਦ ਹਾਜ਼ਾ ਆਵੀ ਤਸ਼ਰੀਫ ਫਰਮਾ ਨੇ ਨਕੀਬੇ ਮਹਿਫਲ ਸਾਹਿਬ ਮਾਸ਼ਾਅੱਲਾ ਖੂਬਸੂਰਤ ਅੰਦਾਜ਼ ਦੇ ਅੰਦਰ ਨਕਾਬਤ ਕਰ ਰਹੇ ਸਨ ਸਫਦਰ ਹੁਸੈਨ ਰਜ਼ਵੀ ਸਾਹਿਬ ਅੱਲਾ ਪਾਕ ਇਹਨਾਂ ਨੂੰ ਵੀ ਬਰਕਤਾਂ ਅਤਾ ਫਰਮਾਏ ਜਨਾਬੇ ਭਾਈ ਗੁਲਾਮ ਮੁਰਤਜ਼ਾ ਸਾਹਿਬ ਜਨਾਬੇ ਫੌਜੀ ਖਾਲਸ ਸਾਹਿਬ ਔਰ ਇਹਨਾਂ ਦੀ ਪੂਰੀ ਮਿਲਾਦ ਕਮੇਟੀ ਅੱਲਾ ਪਾਕ ਸਭ 'ਤੇ ਆਪਣਾ ਫਜ਼ਲ ਔਰ ਆਪਣੀ ਮਿਹਰਬਾਨੀ ਫਰਮਾਏ ਮੇਰੀ
ਇਹ ਪਹਿਲੀ ਹਾਜ਼ਰੀ ਹੈ ਤੁਹਾਡੇ ਗਾਉਣ ਦੇ ਅੰਦਰ। ਤਕਰੀਬਨ ਕੋ ਦੋ ਤਿੰਨ ਦਿਨ ਪਹਿਲੇ ਅਸੀਂ ਬੀਰ ਮਹਾਲ ਸ਼ਹਿਰ ਦੇ ਅੰਦਰ ਪੜ੍ਹ ਕੇ ਗਏ ਹਾਂ ਅਤੇ ਇਹਨਾਂ ਨੂੰ ਅਸੀਂ ਕਿਹਾ ਕਿ ਉਸ ਪ੍ਰੋਗਰਾਮ ਦੇ ਨਾਲ ਤੁਸੀਂ ਆਪਣਾ ਪ੍ਰੋਗਰਾਮ ਅਟੈਚ ਕਰ ਲਓ, ਕਿਉਂਕਿ ਟਾਈਮ ਹੀ ਕੋਈ ਨਹੀਂ ਸੀ, ਜਿਵੇਂ ਨਕੀਬੇ ਮਹਿਫਲ ਸਾਹਿਬ ਕਹਿ ਰਹੇ ਸਨ। ਤੋ ਬਾਈ ਜਾਨ ਨੇ ਫਰਮਾਇਆ ਕਿ ਨਹੀਂ, ਤੁਸੀਂ ਸਾਨੂੰ ਲਹਿਦਾ ਟਾਈਮ ਦਿਓ, ਅਸੀਂ ਤੁਹਾਨੂੰ ਸੁਣਨਾ ਚਾਹੁੰਦੇ ਹਾਂ। ਸੌਂ ਗਏ ਹੋ ਕਿ ਜਾਗਦੇ ਹੋ? ਜਿਹੜੇ ਜਿਹੜੇ ਜਾਗਦੇ ਹੋ ਹੱਥ ਬੁਲੰਦ ਕਰਕੇ ਬੋਲਿਆ ਜੇ ਸੁਹਾਨ। ਅੱਜ ਰਜ਼ਵੀ ਸਾਹਿਬ ਅੱਜ ਮੈਚ ਪੈ ਗਿਆ ਸੁਲਤਾਨੀ ਦਾ ਅਤੇ ਪਿੰਡ ਵਾਲਿਆਂ ਦਾ, ਹੁਣ ਪਤਾ ਲੱਗ ਜਾਏ ਅਤੇ ਤੁਸੀਂ ਜਾਗ ਕੇ ਬਹਿਣਾ ਅਤੇ ਮੈਂ ਉਂਝ ਦਾ ਖਤੀਬ ਮੌਲਵੀ ਨਹੀਂ ਕਿ ਤੁਸੀਂ ਸੁੱਤੇ ਰਹੋ ਅਤੇ ਮੈਂ ਤਕਰੀਰ ਕਰ ਜਾਂ। ਤੁਸਾਂ ਜਾਗਣਾ, ਤੁਸਾਂ ਤਵੱਜੋ ਫਰਮਾਉਣੀ ਹੈ ਅਤੇ ਮੈਂ ਇਨਸ਼ਾਅੱਲਾ ਤੁਹਾਨੂੰ ਹਜ਼ੂਰ ਦੀ ਸ਼ਾਨ ਦੀਆਂ ਕੁਛ ਗੱਲਾਂ ਤੁਹਾਡੇ ਗੋਸ਼ੇ ਗੁਜ਼ਾਰ ਕਰਨੀਆਂ ਨੇ। ਮਾਸ਼ਾਅੱਲਾ ਜਦੋਂ ਅਸੀਂ ਪਿੰਡ ਇੰਟਰ ਹੋਏ ਹਾਂ, ਵੇਖਿਆ ਨਿਜ਼ਾਮ ਬੜਾ ਸੋਹਣਾ ਨਿਜ਼ਾਮ ਕੀਤਾ ਤੁਸੀਂ ਪਿੰਡ ਵਾਲਿਓ, ਅਤੇ ਮੈਨੂੰ ਸ਼ਾਹ ਸਾਹਿਬ ਦੱਸਦੇ ਪਏ ਸਨ ਬੈਠਕ 'ਚ ਜਦੋਂ ਬੈਠੇ ਆ ਨਾ ਜੀ, ਅਤੇ ਕਹਿੰਦੇ ਨੇ ਕਾਰੀ ਸਾਹਿਬ ਸਾਡੇ ਪਿੰਡ ਦਾ ਸਲੂਕ ਬੜਾ ਹੈ ਕਿ ਕੋਈ ਨਹੀਂ ਹੈ ਨਾ ਜੀ, ਸਾਡੇ ਪਿੰਡ ਦਾ ਸਲੂਕ ਬੜਾ ਹੈ, ਕਿਬਲਾ ਤੁਹਾਡੀ ਮਿਹਨਤ ਹੈ, ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗਾਂ ਦੀ ਮਿਹਨਤ ਹੈ, ਵਗਰ ਨਾ ਹੋਣ ਬਾਬਾ ਜੀ ਪਿੰਡਾਂ ਥਾਵਾਂ ਵਿੱਚ ਸਲੂਕ ਕਿੱਥੇ ਰਹਿ ਗਿਆ ਜੇ। ਹਰ ਬੰਦਾ ਆਪਣੇ ਘਰ ਚੌਧਰੀ ਹੈ, ਹਰ ਬੰਦਾ ਆਪਣੇ ਘਰ ਲੰਬੜਦਾਰ ਹੈ, ਹਰ ਬੰਦਾ ਆਪਣੇ ਘਰ ਮਲਕ ਹੈ, ਹਰ ਬੰਦਾ ਆਪਣੇ ਘਰ ਜੱਟ ਅਤੇ ਬੱਟ ਹੈ, ਲੇਕਿਨ ਖੁਸ਼ ਨਸੀਬ ਅਜੇ ਵੀ ਉਹ ਪਿੰਡ ਨੇ ਜਿਨ੍ਹਾਂ ਦੇ ਅੰਦਰ ਸਲੂਕ ਹੈ, ਜਿਨ੍ਹਾਂ ਦੇ ਅੰਦਰ ਮੁਹੱਬਤ ਹੈ, ਜਿਨ੍ਹਾਂ ਦੇ ਅੰਦਰ ਪਿਆਰ ਹੈ। ਔਰ ਤੁਸੀਂ ਇਹ ਸਬੂਤ ਦਿੱਤਾ ਰਜ਼ਵੀ ਸਾਹਿਬ, ਇਹ ਸਾਰਾ ਮਜਮਾ ਵੇਖੋ, ਯਕੀਨਨ ਇਹ ਪੂਰਾ ਪਿੰਡ ਬੈਠਾ ਹੋਣਾ ਔਰ ਦੂਰ ਦਰਾਜ਼ ਤੋਂ ਵੀ ਲੋਕ ਚੱਲ ਕੇ ਮਹਿਫਲ ਦੇ ਅੰਦਰ ਆਏ ਹੋਣੇ ਨੇ। ਦੁਆ ਗਾਵਾਂ ਅੱਲਾ ਕਰੀਮ ਜਿੱਥੋਂ ਜਿੱਥੋਂ ਤੁਸੀਂ ਚੱਲ ਕੇ ਆਇਓ ਅੱਲਾ ਤੁਹਾਡਾ ਆਉਣਾ ਵੀ ਕਬੂਲ ਫਰਮਾਏ, ਅੱਲਾ ਤੁਹਾਡਾ ਬੈਠਣਾ ਵੀ ਕਬੂਲ ਫਰਮਾਏ। ਹਾਂ ਤੁਸਾਂ ਬੋਲਣਾ ਤੇ ਮੈਂ ਇਨਸ਼ਾਅੱਲਾ ਹਰ ਗੱਲ ਤੁਹਾਡੇ ਸੀਨੇ ਦੇ ਨਕਸ਼ ਕਰ ਜਾਣੀ ਹੈ। ਰਬੀਉਲ ਅਵਲ ਸ਼ਰੀਫ ਦਾ ਚੰਨ ਚੜ੍ਹ ਗਿਆ, ਰਹਿਮਤਾਂ ਵਾਲਾ ਚੰਨ ਚੜ੍ਹ ਗਿਆ, ਬਰਕਤਾਂ ਵਾਲਾ ਚੰਨ ਚੜ੍ਹ ਗਿਆ, ਉੱਥੇ ਸਾਊਂਡ ਰੱਖਣਾ ਜਿੱਥੇ ਪਹਿਲਾਂ ਸੀ, ਜਿੱਥੇ ਤੁਹਾਨੂੰ ਮੈਂ ਸੈਟਿੰਗ ਕਰਾਈ ਹੈ। ਤਵੱਜੋ ਫਰਮਾਇਆ ਜੇ, ਅੱਜ ਦਾ ਇਹ ਚੰਨ ਬਰਕਤਾਂ ਵਾਲਾ, ਰਹਿਮਤਾਂ ਵਾਲਾ, ਫਜ਼ਲ ਵਾਲਾ ਚੰਨ ਚੜ੍ਹਿਆ, ਔਰ ਯਕੀਨਨ ਇਹ ਮਸਜਿਦ ਦੀਆਂ ਲਾਈਟਾਂ ਦੱਸਦੀਆਂ ਪਈਆਂ ਨੇ, ਇਹ ਪਿੰਡ ਦਾ ਮਹਿਫਲੇ ਮਿਲਾਦ ਦੱਸਦਾ ਪਿਆ ਵੇ ਕਿ ਸੋਹਣੇ ਦੇ ਆਉਣ ਦਾ ਚੰਨ। ਇੰਜ ਨਹੀਂ, ਇੰਜ ਨਹੀਂ, ਜਿਹਦਾ ਹੱਥ ਕੀਮਤੀ ਉਹ ਥੱਲੇ ਰੱਖੇ, ਜਿਹੜਾ ਨਬੀ ਦੇ ਨਾਂ ਤੇ ਬੋਲੇ, ਸੋਹਣੇ ਦੇ ਆਉਣ ਦਾ ਚੰਨ, ਮਿਲਾਦ ਦਾ ਚੰਨ, ਹਜ਼ੂਰ ਦੇ ਆਉਣ ਦਾ ਚੰਨ, ਮਿਲਾਦੋ ਨਬੀ ਦਾ ਚੰਨ ਚੜ ਗਿਆ ਏ। ਔਰ ਯਕੀਨਨ ਪੂਰਾ ਪਿੰਡ ਬੈਠਾ, ਮੈਂ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਜ਼ਿਆਦਾ ਪਿਆ ਵੇਨਾ, ਅੱਲਾ ਪਾਕ ਇਹਨਾਂ ਦਾ ਬਹਿਣਾ, ਇਹ ਨੌਜਵਾਨਾਂ ਦਾ ਬਹਿਣਾ ਕਬੂਲ ਫਰਮਾਏ। ਐਂ ਜੇ ਸੁਣਿਓ ਕਿ ਮੈਂ ਸਿਆਲਕੋਟ ਜਾ ਕੇ ਵੀ ਆਖਾਂ ਕਿ ਵਾਕਈ ਮੈਂ ਪੀਰ ਮਾਲ ਦੇ ਇੱਕ ਪਿੰਡ 'ਚ ਗਿਆ ਸਾਂ ਅਤੇ ਵਾਕਈ ਉਹਨਾਂ ਲੋਕਾਂ ਦਾ ਜ਼ੋਕ ਸੀ, ਉਹ ਜ਼ੋਕ ਨਾਲ ਸੁਣਨ ਵਾਲੇ, ਮੁਹੱਬਤ ਨਾਲ ਸੁਣਨ ਵਾਲੇ ਲੋਕ ਨੇ। ਬਾਬਾ ਜੀ ਤਕਰੀਰ ਸ਼ੁਰੂ ਹੋ ਗਈ, ਤੁਸੀਂ ਤਵੱਜੋ ਫਰਮਾਉਣੀ ਹੈ। ਅੱਜ ਜਿਵੇਂ ਮੈਂ ਆਖਿਆ ਨਾ ਪਿੰਡ ਦਾ ਸਲੂਕ ਹੈ, ਤਾਂ ਹੁਣ ਸਾਬਤ ਵੀ ਕਰਿਓ ਕਿ ਵਾਕਈ ਪਿੰਡ ਦਾ ਸਲੂਕ ਹੈ ਔਰ ਮੁਹੱਬਤ ਨਾਲ ਬੈਠੇ ਹੋ। ਬਾਬਾ ਜੀ ਜਦੋਂ ਰਬੀਉਲ ਅਵਲ ਸ਼ਰੀਫ ਦਾ ਚੰਨ ਚੜ੍ਹਦਾ ਹੈ, ਮੋਮਿਨਾਂ ਦੇ ਦਿਲਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ, ਹਰ ਕਲਮਾ ਗੋ ਹਰ ਮੁਸਲਮਾਨ ਖੁਸ਼ੀ ਮਨਾਉਂਦਾ ਹੈ। ਔਰ ਆਪਣੀ ਤੌਫੀਕ ਦੇ ਮੁਤਾਬਕ ਅਸੀਂ ਝੰਡੀਆਂ ਵੀ ਲਾਉਂਦੇ ਹਾਂ, ਅਸੀਂ ਲਾਈਟਾਂ ਵੀ ਲਾਉਂਦੇ ਹਾਂ, ਅਸੀਂ ਚੂਨੇ ਵੀ ਖਿਲਾਰਦੇ ਹਾਂ, ਅਸੀਂ ਹਰ ਸਜਾਵਟ ਕਰਦੇ ਹਾਂ। ਬਾਬਾ ਜੀ ਉਹ ਬੱਚਿਓ ਪੁੱਤਰ ਖਮੋਸ਼ ਹੋ ਜਾਓ, ਉਹ ਬਹਿ ਜਾ ਯਾਰ, ਉੱਥੇ ਬਹਿ ਜਾ ਪੁੱਤਰ ਥੱਲੇ, ਪੁੱਤਰ ਸ਼ੋਰ ਨਹੀਂ ਕਰਨਾ ਹੁਣ, ਜੇ ਇੱਥੇ ਬਹਿਣਾ ਜੇ ਫਿਰ ਮੈਂ ਬਿਠਾ ਦਿਆਂਗਾ ਤੁਹਾਨੂੰ, ਜੇ ਇੱਥੇ ਬਹਿਣਾ ਜੇ ਤਾਂ ਫਿਰ ਤੁਸੀਂ ਤਵੱਜੋ ਨਾਲ ਗੱਲ ਸੁਣੀ, ਬਾਰ ਬਾਰ ਮਹਿਫਲ ਨਿਜ਼ਾਮ ਖਰਾਬ ਨਹੀਂ ਕਰਨਾ, ਮਿਹਰਬਾਨੀ ਇੱਥੇ ਹੁਣ ਤਵੱਜੋ ਨਾਲ ਸੁਣਿਓ।
ਆ ਬੱਚੇ ਜਿਹੜੇ ਇਹਨਾਂ ਨੇ ਸਿੱਖਣਾ ਇੱਥੇ ਬਹਿ ਕੇ, ਅਤੇ ਜੇ ਇੱਥੇ ਸ਼ਰਾਰਤਾਂ ਕਰਕੇ ਟੁੱਟ ਜਾਣਗੇ ਤਾਂ ਫਿਰ ਸਾਡਾ ਕੀ ਫਾਇਦਾ ਮਹਿਫਲ ਕਰਵਾਉਣ ਦਾ। ਉਧਰੋਂ ਗੱਲ ਸੁਣਨੀ ਹੈ ਧਿਆਨ ਨਾਲ ਬਾਬਾ ਜੀ, ਜੁਮਲੇ ਸੁਣਿਆ ਜੇ। ਰਬੀਉਲ ਅਵਲ ਦਾ ਚੰਨ ਚੜਿਆ, ਮੈਨੂੰ ਇੱਕ ਮੌਲਵੀ ਸਾਹਿਬ ਕਹਿਣ ਲੱਗੇ ਕਿ ਕਿਆ ਮਿਲਾਦ ਕੁਰਾਨੇ ਪਾਕ ਵਿੱਚ ਹੈ ਵੇ, ਕਿਆ ਮਿਲਾਦ ਮੁਸਤਫਾ ਨਬੀ ਪਾਕ ਦਾ ਮਿਲਾਦ ਕੁਰਾਨ ਪਾਕ ਵਿੱਚ ਹੈ ਵੇ। ਮੈਂ ਕਿਹਾ ਮੌਲਵੀ ਜੀ ਹੈ ਵੇ? ਆਂਦਾ ਮੈਨੂੰ ਤੇ ਨਹੀਂ ਲੱਭਾ। ਮੈਂ ਕਿਹਾ ਤੁਸਾਂ ਲੱਭਾ ਕਦੋਂ ਹੈ? ਹੈ ਜਿਹੜੇ ਜਾ ਕੇ ਬੈਠੇ ਹੋ ਢਿੱਲੇ ਹੋ ਕੇ ਨਹੀਂ ਬਹਿਣਾ। ਮੈਂ ਕਿਹਾ ਮਿਲਾਦ ਮੁਸਤਫਾ ਕੁਰਾਨ ਦੇ ਅੰਦਰ ਹੈ। ਮੈਨੂੰ ਰਜ਼ਵੀ ਸਾਹਿਬ ਮੌਲਵੀ ਸਾਹਿਬ ਕਹਿਣ ਲੱਗੇ, ਮੈਂ ਕੁਰਾਨ ਪੜ੍ਹਿਆ ਸਾਰਾ, ਇੱਕ ਵਾਰੀ ਨਹੀਂ ਪੜ੍ਹਿਆ, ਦੋ ਵਾਰੀ ਪੜ੍ਹਿਆ, ਤਿੰਨ ਵਾਰੀ ਪੜ੍ਹਿਆ, ਚਾਰ ਵਾਰੀ ਪੜ੍ਹਿਆ, ਦਸ ਵਾਰੀ ਪੜ੍ਹਿਆ। ਮੈਂ ਕਿਹਾ ਮੌਲਵੀ ਜੀ ਹਜ਼ਾਰ ਵਾਰੀ ਵੀ ਪੜ੍ਹ ਲਓ ਤੇ ਤੁਹਾਨੂੰ ਮਿਲਾਦ ਨਜ਼ਰ ਨਹੀਂ ਆਉਣਾ। ਆਖਣ ਲੱਗਾ ਉਹ ਕਿਉਂ? ਮੈਂ ਕਿਹਾ ਮਿਲਾਦ ਉਹਨਾਂ ਨੂੰ ਨਜ਼ਰ ਆਉਂਦਾ। ਜੁਮਲਾ ਸੁਣ ਕੇ ਬੋਲੀ ਜੇ ਹੱਸ ਸਲਾਮਤ। ਮੈਂ ਕਿਹਾ ਮਿਲਾਦ ਉਸ ਨੂੰ ਨਜ਼ਰ ਆਉਂਦਾ ਜਿਹਦੀ ਮਾਂ ਨੇ ਗੋਦ ਵਿੱਚ ਲੋਰੀ ਯਾ ਰਸੂਲ ਅੱਲਾ ਦੀ ਦਿੱਤੀ ਹੈ। ਮਿਲਾਦ ਉਸ ਬੰਦੇ ਨੂੰ ਨਜ਼ਰ ਆਏਗਾ ਜਿਹਨੂੰ ਲੋਰੀ ਯਾ ਰਸੂਲ ਅੱਲਾ ਦੀ ਮਾਂ ਨੇ ਦਿੱਤੀ ਹੈ। ਲੱਭਈ ਕਿ ਯਾ ਰਸੂਲ ਅੱਲਾ ਦੀ ਲੋਰੀ ਦਿੱਤੀ। ਬਾਬਾ ਤਵੱਜੋ, ਅਸੀਂ ਸਿਆਲਕੋਟ ਚੱਲੇ, ਇੱਧਰ ਇੱਧਰ ਵੇਖਿਓ, ਅਸੀਂ ਸਿਆਲਕੋਟ ਟੁਰੇ, ਸਾਨੂੰ ਰਸਤੇ ਦਾ ਨਹੀਂ ਸੀ ਪਤਾ, ਅਸੀਂ ਲੱਭਦੇ ਲੱਭਦੇ ਆ ਗਏ ਕਿ ਨਹੀਂ ਆਏ? ਉਹ ਬੋਲੋ, ਪਹੁੰਚੇ ਹਾਂ ਕਿ ਨਹੀਂ ਪਹੁੰਚੇ? ਤੇ ਜੇ ਅਸੀਂ ਘਰੋਂ ਹੀ ਨਾ ਨਿਕਲੇ ਹੋਈਏ ਤੇ ਸ਼ਾਹ ਸਾਹਿਬ ਫੋਨ ਕਰਨ, ਸੁਲਤਾਨੀ ਸਾਹਿਬ ਕਿੱਥੇ ਹੋ? ਜੇ ਅਸੀਂ ਤੇ ਨਿਕਲੇ ਹੀ ਨਹੀਂ ਤੇ ਉਹਨਾਂ ਆਖਣਾ ਨਿਕਲੇ ਨਹੀਂ ਤੇ ਪਹੁੰਚਣਾ ਕਿੱਥੋਂ ਜੇ? ਅੱਲਾਹ, ਆ ਜੁਮਲੇ ਨੂੰ ਸਮਝੋ ਯਾਰ, ਗੱਲ ਨੂੰ ਸਮਝੋ। ਬਾਬਾ ਜੀ, ਜਿਹੜਾ ਬੰਦਾ ਜਿਹਨੂੰ ਲੱਭਦਾ ਨਾ ਉਹ ਲੱਭ ਜਾਂਦਾ। ਉਹ ਚੱਲਿਓ, ਤੁਸੀਂ ਤੇ ਮਿਲਾਦ ਦੀ ਗੱਲ ਕਰਦੇ ਹੋ, ਬੰਦਿਆਂ ਰੱਬ ਲੱਭ ਲਿਆ। ਹਾਏ 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 ਹਾਏ, ਮਿਹਰਬਾਨੀ, ਉਹ ਬੰਦਿਆਂ ਰੱਬ ਲੱਭ ਲਿਆ। ਜਿਹੜੇ ਰੱਬ ਨਿਕਲਣ ਰੱਬ ਲੱਭਣ ਟੁਰੇ ਨੇ ਉਹਨਾਂ ਲੱਭ ਲਿਆ। ਰੱਬੇ ਕਾਬਾ ਦੀ ਕਸਮ ਹੈ, ਨਹੀਂ ਯਕੀਨ ਤੇ ਤੈਨੂੰ ਦਾਤਾ ਲਈ ਹਜਵੇਰੀ ਦੇ ਬੂਹੇ ਤੇ ਲੈ ਜਾਣਾ, ਨਹੀਂ ਯਕੀਨ ਤੇ ਤੈਨੂੰ ਬਾਬਾ ਫਰੀਦ ਗੰਜੇ ਸ਼ਕਰ ਦੇ ਬੂਹੇ ਤੇ ਲੈ ਜਾਣਾ, ਨਹੀਂ ਯਕੀਨ ਤੇ ਤੈਨੂੰ ਸਿਆਲ ਸ਼ਰੀਫ ਵਾਲੇ ਆਸਥਾਨੇ ਤੇ ਲੈ ਜਾਣਾ। ਓਏ ਨਹੀਂ ਯਕੀਨ ਤੇ ਤੁਹਾਨੂੰ ਹਜ਼ਰਤ ਸਖੀ ਸੁਲਤਾਨ ਬਾਹੂ ਦੇ ਬੂਹੇ ਤੇ ਲੈ ਜਾਣਾ। ਜਿਨ੍ਹਾਂ ਰੱਬ ਲੱਭਣ ਤੁਰੇ ਨੇ ਰੱਬ ਲੱਭ ਗਿਆ ਉਹਨਾਂ ਨੂੰ। ਮੈਂ ਕਿਹਾ ਮਿਲਾਦ ਕੁਰਾਨ ਅੰਦਰ ਹੈ, ਤਵੱਜੋ ਕਰਿਓ। ਆਂਦਾ ਮੈਨੂੰ ਨਹੀਂ ਲੱਭਾ। ਮੈਂ ਕਿਹਾ ਤੂੰ ਲੱਭਾ ਹੀ ਨਹੀਂ। ਮੈਂ ਕਿਹਾ ਅੱਜ ਮੇਰੇ ਨਾਲ ਬਹੀਂ ਤੇ ਤੈਨੂੰ ਮਿਲਾਦ ਕੁਰਾਨ 'ਚ ਸਾਬਿਤ ਕਰਾਂਗਾ। ਬਾਬਾ ਪੂਰੀ ਮਹਿਫਲ ਦੇ ਅੰਦਰ, ਪੂਰੇ ਪਿੰਡ ਦੇ ਅੰਦਰ ਮੈਂ ਚੈਲੰਜ ਕਰ ਰਿਹਾ, ਅਗਰ ਮੈਂ ਮਿਲਾਦ ਕੁਰਾਨ 'ਚ ਸਾਬਿਤ ਨਾ ਕਰਾਂ ਮੈਂ ਮਿੰਬਰ ਤੋਂ ਥੱਲੇ ਉਤਰ ਜਾ। ਜੇ ਮੈਂ ਕੁਰਾਨ ਤੋਂ ਸਾਬਿਤ ਨਾ ਕਰਾਂ, ਜਿਹੜਾ ਮਰਜ਼ੀ ਬੰਦਾ ਮਹਿਫਲ ਦੇ ਵਿੱਚ ਸਵਾਲ ਕਰੇ ਉੱਠ ਕੇ, ਕਿਸੇ ਨੂੰ ਕੋਈ ਮਮਾਨਤ ਨਹੀਂ, ਜਿਹੜਾ ਮਰਜ਼ੀ ਸਵਾਲ ਕਰੇ, ਜਿਸ ਕਿਸਮ ਦਾ ਮਰਜ਼ੀ ਸਵਾਲ ਕਰੇ। ਜੇ ਬਾਅਦ ਵਿੱਚ ਕਰਨਾ ਹੀ ਤੇ ਮੈਂ ਬਾਅਦ ਵਿੱਚ ਵੀ ਘੰਟਾ ਬੈਠਕ 'ਚ ਬੈਠਾ ਮੇਰੇ ਨਾਲ ਗੱਲ ਕਰ, ਮੈਂ ਕੁਰਾਨ ਤੋਂ ਸਾਬਿਤ ਨਾ ਕਰਾਂ, ਮੈਂ ਸਹੀ ਮੁਸਲਿਮ ਤੋਂ ਮਿਲਾਦ ਸਾਬਿਤ ਨਾ ਕਰਾਂ ਤੇ ਬਾਬਾ ਫਿਰ ਮੈਂ ਮੁਸਤਫਾ ਦਾ ਨੌਕਰ ਨਹੀਂ। ਤਵੱਜੋ ਕਰੋ ਜੀ, ਮੈਂ ਕੁਰਾਨ ਪੜ੍ਹ ਲਗਾ, ਤਵੱਜੋ ਕਰਿਓ, ਕੁਰਾਨ ਤੁਸਾਂ ਸੁਣਨਾ। ਬਾਬਾ ਜੀ, ਇਹ ਕੱਲਾ ਦਾ ਨਬੀ ਹੈ, ਰਸੂਲ ਹੈ, ਉਹਦਾ ਇੱਕ ਪੁੱਤਰ ਹੈ, ਪੁੱਤਰ ਵੀ ਨਬੀ ਹੈ, ਬਾਪ ਦਾ ਨਾਂ ਇਬਰਾਹੀਮ ਹੈ, ਪੁੱਤਰ ਦਾ ਨਾਂ ਇਸਮਾਇਲ ਹੈ। ਆ ਤਵੱਜੋ ਫਰਮਾਇਆ ਜੇ, ਬਾਪ ਦਾ ਨਾਂ ਇਬਰਾਹੀਮ ਹੈ, ਹਜ਼ਰਤ ਇਬਰਾਹੀਮ ਖਲੀਲੁੱਲਾਹ ਅਲੈਹਿ ਸਲਾਮ, ਪੁੱਤਰ ਦਾ ਨਾਂ ਹਜ਼ਰਤ ਇਸਮਾਇਲ ਅਲੈਹਿ ਸਲਾਮ। ਬਾਬਾ ਜੀ ਤਵੱਜੋ ਫਰਮਾਇਆ ਜੇ, ਹਲਲ ਐਲਾਨ ਜੁਮਲਾ ਦੇਣ ਲੱਗਾ, ਜੁਮਲਾ ਜ਼ਾਇਆ ਨਾ ਕਰੀ। ਹਲਲ ਐਲਾਨ, ਅੱਲਾ ਨੇ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੂੰ ਫਰਮਾਇਆ, ਮੇਰਾ ਘਰ ਬਣਾ। ਕੀ ਬਣਾ ਮੇਰਾ? ਬੋਲਿਓ, ਕੀ ਬਣਾ ਮੇਰਾ? ਓਏ ਚਾਕਾ ਲਿਓ, ਇਹ ਮਸਜਿਦ ਕਿਹਦਾ ਘਰ ਹੈ? ਫਿਰ ਬੋਲੋ,
ਇਹ ਸੱਜੇ ਪਾਸੇ ਵਾਲੇ ਮਸਜਿਦ ਕਿਹਦਾ ਘਰ ਹੈ, ਕਾਬਾ ਕਿਹਦਾ ਘਰ ਹੈ, ਮਸਜਿਦ ਨਬਵੀ ਕਿਹਦਾ ਘਰ ਹੈ, ਬੈਤੁਲ ਮੁਕੱਦਸ ਕਿਹਦਾ ਘਰ ਹੈ, ਚੱਲਿਓ ਸਾਰੇ ਘਰ ਰੱਬ ਦੇ ਨੇ। ਵਅੰਨਲ ਮਸਾਜਿਦ ਲਿਲਾਹ, ਅੱਲਾ ਫਰਮਾਉਂਦਾ ਮਸਜਿਦਾਂ ਅੱਲਾ ਵਾਸਤੇ ਨੇ, ਮਸਜਿਦਾਂ ਅੱਲਾ ਵਾਸਤੇ ਨੇ। ਜਦੋਂ ਕਾਬੇ ਦੀ ਤਮੀਰ ਦੀ ਵਾਰੀ ਆਈ, ਜਿਹਦਾ ਤਵਾਫ ਕਰਕੇ ਤੇ ਅਸੀਂ ਹਾਜੀ ਤੇ ਉਮਰਾ ਕਰਨ ਵਾਲੇ ਬਣ ਜਾਂਦੇ ਹਾਂ, ਅੱਲਾ ਨੇ ਇਬਰਾਹੀਮ ਅਲੈਹਿਸ ਸਲਾਮ ਨੂੰ ਫਰਮਾਇਆ ਮੇਰਾ ਘਰ ਬਣਾ, ਹਜ਼ਰਤ ਇਬਰਾਹੀਮ ਨੇ ਹੱਥ ਜੋੜੇ, ਮੌਲਾ ਮੈਂ ਬਣਾਵਾਂ, ਫਰਮਾਇਆ ਤੂੰ ਬਣਾ। ਵੈਸੇ ਕੈਸਾ ਲੁਤਫ ਵਾਲਾ ਜੁਮਲਾ ਰਜ਼ਵੀ ਸਾਹਿਬ, ਮੈਂ ਬੰਦਾ ਚੈੱਕ ਕਰਨਾ ਜਿਹਨੂੰ ਜੁਮਲਾ ਸਮਝ ਵਿੱਚ ਆ ਗਿਆ। ਅੱਲਾ ਨੇ ਖਲੀਲੁੱਲਾ ਨੂੰ ਫਰਮਾਇਆ ਮੇਰਾ ਘਰ ਬਣਾ, ਮੇਰਾ ਕਾਬਾ ਬਣਾ, ਬੈਤੁੱਲਾ ਬਣਾ। ਅੱਲਾ ਦੇ ਨਬੀ ਜਦੋਂ ਕਾਬਾ ਬਣਾਉਣਾ ਸ਼ੁਰੂ ਕੀਤਾ, ਬਾਬਾ ਤਵੱਜੋ ਫਰਮਾਇਆ ਜੇ, ਮਿਸਤਰੀ ਬਣ ਕੇ ਮਿਹਨਤ ਬਾਪ ਕਰਦਾ ਤੇ ਮਜ਼ਦੂਰ ਬਣ ਕੇ ਪੱਥਰ ਪੁੱਤਰ ਚੁੱਕ ਕੇ ਲੈ ਕੇ ਆ ਰਿਹਾ। ਜਨਾਬ ਮਿਸਤਰੀ ਬਣ ਕੇ ਮਜ਼ਦੂਰੀ ਬਾਪ ਪਿਆ ਕਰਦਾ, ਮਜ਼ਦੂਰ ਬਣ ਕੇ ਮਜ਼ਦੂਰੀ ਪੁੱਤਰ ਪਿਆ ਕਰਦਾ। ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਅੱਲਾ ਦਾ ਕਾਬਾ ਬਣਾ ਰਹੇ ਨੇ, ਅੱਲਾ ਦਾ ਘਰ ਬਣਾ ਰਹੇ ਨੇ। ਤਵੱਜੋ ਕਰਿਓ, ਜਦੋਂ ਕਾਬੇ ਦੀਆਂ ਦੀਵਾਰਾਂ ਬਾਬਾ ਜੀ ਥੋੜੀਆਂ ਥੋੜੀਆਂ ਉੱਚੀਆਂ ਹੋ ਗਈਆਂ ਨਾ, ਗੱਲ ਸਮਝਣੀ, ਮੈਂ ਤਫਸੀਰ ਨਈਮੀ ਤੇਰੇ ਸਾਹਮਣੇ ਰੱਖਾਂਗਾ, ਮੈਂ ਤਫਸੀਰ ਜਲਾਲੈਨ ਤੇਰੇ ਸਾਹਮਣੇ ਰੱਖਾਂਗਾ, ਮੈਂ ਤਫਸੀਰ ਦੁਰੇ ਮਨਸੂਰ ਤੇਰੇ ਸਾਹਮਣੇ ਰੱਖਾਂਗਾ, ਮੈਂ ਤਫਸੀਰ ਕੁਰਤਬੀ ਤੇਰੇ ਸਾਹਮਣੇ ਰੱਖਾਂਗਾ। ਅਜੇ ਵੀ ਬੰਦੇ ਨਾ ਬੋਲਣ ਤੇ ਫਿਰ ਇਸ ਤੋਂ ਅੱਗੇ ਤੇ ਮੈਂ ਕੁਝ ਨਹੀਂ ਕਰ ਸਕਦਾ। ਬਾਬਾ ਤਵੱਜੋ, ਪੁੱਤਰ ਮਿਸਤਰੀ ਬਣ ਕੇ ਮਜ਼ਦੂਰ ਬਣ ਕੇ ਤੇ ਬਾਪ ਮਿਸਤਰੀ ਬਣ ਕੇ ਅੱਲਾ ਦਾ ਘਰ ਬਣਾ ਰਿਹਾ। ਇੱਧਰ ਵੇਖਿਓ, 669 ਵਾਲੇ ਉੱਧਰ ਤਵੱਜੋ ਫਰਮਾ ਜੇ, ਇਹ ਵੀਡੀਓ ਬਣ ਰਹੀ 78 ਵਾਲਿਓ ਇੱਧਰ ਤਵੱਜੋ ਫਰਮਾਓ, ਇਹ ਵੀਡੀਓ ਬਣ ਰਹੀ ਹੈ ਸੁਬਾਹ ਹੀ ਸਿਆਲਕੋਟੋਂ, ਇਹ ਚੜ੍ਹ ਜਾਣੀ ਹੈ ਯੂਟਿਊਬ ਤੇ ਫੇਸਬੁੱਕ ਤੇ ਮੈਂ ਨਾ ਜਿੱਥੇ ਵੀ ਆਵਾਜ਼ ਆਵੇ ਪਤਾ ਲੱਗੇ ਪੀਰ ਮਾਲਾ ਵਾਲੇ ਨੰਬਰ ਲੈ ਗਏ। ਹਾਂ, ਮਿਲਾਦ ਮਨਾਇਆ ਤੁਸਾਂ, ਹਜ਼ੂਰ ਦਾ ਜਸ਼ਨ ਮਨਾਇਆ। ਜੇ ਕੋਈ ਤੁਹਾਨੂੰ ਸੁਬਾਹ ਪੁੱਛੇ ਤੁਸਾਂ ਮੌਲਵੀ ਸੱਦਿਆ ਸੀ ਸਿਆਲਕੋਟੋਂ, ਓਏ ਮਿਲਾਦ ਸਾਬਤ ਕਰਕੇ ਗਿਆ ਕਿ ਕੋਈ ਨਹੀਂ, ਕੁਰਾਨ ਦੱਸਿਆ ਸੀ ਕਿ ਕੋਈ ਨਹੀਂ, ਹਦੀਸ ਦੱਸੀ ਸੀ ਤੇ ਕੋਈ ਨਹੀਂ, ਹੁਣ ਅਲ ਐਲਾਨ ਦੱਸਿਓ ਤੇ ਸੁਬਾਹ ਕਿਹੋ। ਹੋਏ ਰਾਤੀ ਇੱਕ ਛੋਟਾ ਜਿਹਾ ਸੁਲਤਾਨੀ ਆਇਆ ਸੀ, ਕੁਰਾਨ ਵਿੱਚੋਂ ਵੀ ਮਿਲਾਦ ਪੜ ਗਿਆ, ਹਦੀਸ ਵਿੱਚੋਂ ਵੀ ਮਿਲਾਦ ਪੜ ਗਿਆ। ਅੱਲਾ ਦਾ ਘਰ ਬਣਾ ਰਹੇ ਨੇ, ਦੀਵਾਰਾਂ ਸੂਫੀ ਜੀ ਥੋੜੀਆਂ ਉੱਚੇ ਹੋ ਗਈਆਂ, ਅੱਲਾ ਦੇ ਨਬੀ ਨੇ ਅਰਜ਼ ਕੀਤੀ ਮੌਲਾ ਕਾਬਾ ਤੇ ਮੈਂ ਬਣਾ ਰਿਹਾ, ਯਾ ਅੱਲਾ ਦੀਵਾਰਾਂ ਉੱਚੀਆਂ ਹੋ ਗਈਆਂ ਨੇ, ਯਾ ਅੱਲਾ ਦੀਵਾਰਾਂ ਉੱਚੀਆਂ ਹੋ ਗਈਆਂ ਨੇ। ਇੱਧਰ ਸਾਰਾ ਪਿੰਡ ਮੇਰੇ ਵੱਲ ਤਵੱਜੋ ਕਰੇ, ਜਦੋਂ ਦੀਵਾਰਾਂ ਉੱਚੀਆਂ ਹੋ ਗਈਆਂ, ਅੱਲਾ ਨੇ ਫਰਮਾਇਆ ਇਬਰਾਹੀਮ ਜੀ ਮੌਲਾ ਕੀ ਚਾਹੀਦਾ, ਇੱਧਰ ਤਵੱਜੋ ਕਰਿਓ ਬਾਬੇ ਕੀ ਚਾਹੀਦਾ, ਅੱਲਾ ਦੇ ਨਬੀ ਨੇ ਫਰਮਾਇਆ ਮੌਲਾ ਕੋਈ ਗੋ ਚਾਹੀਦੀ, ਉਹ ਗੋ ਸਮਝਦੇ ਹੋ, ਮੈਂ ਵੀ ਪਿੰਡ ਥਾਂ ਦਾ ਬੰਦਾ ਵਾਂ, ਮੈਂ ਤੁਹਾਨੂੰ ਗੱਲਾਂ ਸਮਝਾ ਛੱਡਣੀਆਂ ਨੇ। ਉਹ ਬਾਬਾ ਜੀ, ਜਦੋਂ ਮਕਾਨ ਦੀ ਦੀਵਾਰ ਥੋੜੀ ਉੱਚੀ ਹੋ ਜਾਏ ਤੇ ਗੋ ਬੰਨੀ ਦੀ ਏ, ਫੱਟੇ ਲਾ ਕੇ ਬਾਂਸ ਲਾ ਕੇ, ਮੈਂ ਮੇਰੀ ਕੁਰਾਨ ਚ ਗੱਲ ਨਾ ਹੋਵੇ ਮੈਂ ਮੁਜਰਮ ਆ, ਮੈਂ ਬਾਰ ਬਾਰ ਕਹਿ ਰਿਹਾ, ਤੇ ਕੋਈ ਇਹ ਲੱਲੂ ਪੰਜੂ ਮੌਲਵੀ ਨਹੀਂ ਕਿ ਜਿਹੜਾ ਤਕਰੀਰ ਕਰਕੇ ਛੱਪ ਕੇ ਨੱਚ ਜਾਵੇ, ਕੋਈ ਪੁੱਛ ਨਾ ਲਵੇ। ਮੈਂ ਚੈਲੰਜ ਕੀਤਾ ਮਜਮੇ ਵਿੱਚੋਂ ਸਵਾਲ ਕਰ, ਮੈਂ ਚੈਲੰਜ ਕੀਤਾ ਮਜਮੇ ਚੋਂ ਬਾਅਦ ਵਿੱਚ ਸਵਾਲ ਕਰ, ਜੇ ਮੈਂ ਜ਼ਹਰਾ ਦੀ ਗਲੀ ਦਾ ਨੌਕਰ ਹੋਇਆ ਤਾਂ ਤੈਨੂੰ ਜਵਾਬ ਦੇ ਕੇ ਜਾ। ਤਵੱਜੋ ਕਰੀ ਜੀ, ਬਾਬਾ ਜੀ ਕਾਬੇ ਦੀਆਂ ਦੀਵਾਰਾਂ ਥੋੜੀਆਂ ਉੱਚੀਆਂ ਹੋ ਗਈਆਂ, ਅੱਲਾ ਨੇ ਫਰਮਾਇਆ ਇਬਰਾਹੀਮ ਕੀ ਚਾਹੀਦਾ, ਯਾ ਅੱਲਾ ਹੁਣ ਕਿਹਦੇ ਉੱਤੇ ਖਲੋ ਕੇ ਉਤਲੀ ਦੀਵਾਰ ਉੱਚੀ ਕਰਾਂ। ਇੱਧਰ ਵੇਖਿਓ, ਅੱਲਾ ਨੇ ਫੱਟੇ ਨਹੀਂ ਭੇਜੇ,
ਹਾਏ 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 ਹਾਏ, ਜਿਹੜਾ ਜਾਗਦਾ ਬੈਠਾ ਇੱਕ ਵਾਰੀ ਹੱਥ ਬੁਲੰਦ ਕਰੇ। ਬਾਬਾ ਤਵੱਜੋ, ਅੱਜ ਪਤਾ ਚੱਲੇ ਅੱਲਾ ਨੇ ਫੱਟੇ ਨਹੀਂ ਭੇਜੇ, ਅੱਲਾ ਨੇ ਬਾਂਸ ਨਹੀਂ ਭੇਜੇ, ਅੱਲਾ ਨੇ ਗਾਡਰ ਨਹੀਂ ਭੇਜੇ। ਯਾ ਅੱਲਾ ਗੋ ਚਾਹੀਦੀ ਏ, ਯਾ ਅੱਲਾ ਤਵੱਜੋ, ਯਾ ਅੱਲਾ ਹਲਲ ਐਲਾਨ ਜੁਮਲਾ ਦੇ ਰਿਹਾ, ਹਲਲ ਐਲਾਨ ਦੇ ਰਿਹਾ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਗਿਆ ਨਾ, ਕਾਇਨਾਤ ਵਾਲਿਆ ਜੁਮਲਾ ਜ਼ਾਇਆ ਨਾ ਕਰੀ, ਹਲਲ ਐਲਾਨ ਤੇਰੀ ਜਾਮਿਆ ਮਸਜਿਦ ਸੁਲਤਾਨੀ ਦੇ ਰਿਹਾ ਜੁਮਲੇ। ਅੱਲਾ ਨੇ ਫਰਮਾਇਆ ਕੀ ਚਾਹੀਦਾ, ਯਾ ਅੱਲਾ ਤੇਰਾ ਕਾਬਾ ਬਣਾਉਣਾ, ਯਾ ਅੱਲਾ ਦੀਵਾਰਾਂ ਉੱਚੀਆਂ ਕਰਨੀਆਂ ਨੇ, ਯਾ ਅੱਲਾ ਕੀ ਕਰਾਂ, ਯਾ ਅੱਲਾ ਏਡਾ ਕੱਦ ਨਹੀਂ। ਅੱਲਾ ਨੇ ਫਰਮਾਇਆ ਤਵੱਜੋ, ਅੱਲਾ ਨੇ ਫਰਮਾਇਆ ਇਬਰਾਹੀਮ ਘਰ ਮੇਰਾ, ਘਰ ਮੇਰਾ, ਬੱਚੇ ਬਹਿ ਜਾਓ ਯਾਰ। ਅੱਲਾ ਨੇ ਫਰਮਾਇਆ ਘਰ ਮੇਰਾ, ਅੱਲਾ ਨੇ ਫਰਮਾਇਆ ਕਾਬਾ ਮੇਰਾ, ਅੱਲਾ ਨੇ ਫਰਮਾਇਆ ਬੇੜਾ ਮੇਰਾ। ਰੱਬੇ ਕਾਬਾ ਦੀ ਕਸਮ ਏ, ਓ ਪੀਰ ਮਹੱਲ ਦੇ ਪਿੰਡ ਵਿੱਚ ਬਹਿਣ ਵਾਲਿਆ, ਅੱਲਾ ਨੇ ਗੋ ਨਹੀਂ ਭੇਜੀ, ਅੱਲਾ ਨੇ ਕਾਬਾ ਬਣਾਉਣ ਵਾਸਤੇ ਜੰਨਤ ਵਿੱਚੋਂ ਦੋ ਪੱਥਰ ਭੇਜੇ। ਬੱਚਿਆਂ ਨੂੰ ਬਿਠਾਓ, ਕਿੱਥੇ ਇੰਤਜ਼ਾਮੀਆਂ ਗਈ ਹੈ ਯਾਰ, ਉੱਠੋ ਪੁੱਤਰ ਸਾਰੇ, ਤੁਸੀਂ ਇਸ ਲੈ ਕੇ ਉੱਠ, ਤੂੰ ਤੂੰ ਵੀ ਉੱਠ, ਚੱਲ ਉੱਠ, ਤੂੰ ਬਿਠਾਏ ਨਾ ਸਾਰਿਆਂ ਨੂੰ, ਇੱਕ ਸਾਈਡ ਤੇ ਬਹਿ ਜਾਓ ਪੁੱਤਰ ਸਾਰੇ। ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਤਹਕੀਕ, ਨਾਰੇ ਹੈਦਰੀ, ਸਰਕਾਰ ਕੀ ਆਮਦ, ਆਕਾ ਕੀ ਆਵਾ। ਐਡਾ ਸੋਹਣਾ ਪ੍ਰੋਗਰਾਮ ਸਜਾਇਆ, ਜਦ ਬੱਚਿਆਂ ਨੂੰ ਬਿਠਾ ਕੇ ਖਰਾਬ ਕਰਨ ਲੱਗੇ। ਐਦਾਂ ਤਵੱਜੋ ਫਰਮਾਓ ਜੀ, ਸਿਆਣੇ ਲੋਕ ਅੱਗੇ ਆਉਣੇ ਚਾਹੀਦੇ ਨੇ, ਐਡੀ ਦੂਰੋਂ ਬੁਲਾਇਆ ਜੇ ਮੈਨੂੰ, ਤਵੱਜੋ ਫਰਮਾਇਓ, ਗੱਲ ਬੜੀ ਕੀਮਤੀ ਜੀ। ਬਹਿ ਜਾਓ ਜੀ, ਠੀਕ ਹੋ ਗਿਆ, ਚੱਲ ਪੁੱਤਰ ਤੂੰ ਵੀ ਉੱਠ, ਤੂੰ ਵੀ ਸਾਈਡ ਤੇ ਹੋ ਇੱਧਰ, ਚੱਲ ਚਲੋ ਜੀ, ਸਿਆਣੇ ਬੰਦੇ ਅੱਗੇ ਆ ਜਾਓ ਜੀ, ਤਵੱਜੋ ਕਰੋ ਜੀ। ਅੱਜ ਇਸ਼ਕ ਦੀ ਮਹਿਫਲ ਹੈ ਤੇ ਪ੍ਰੀਤ ਦੀ ਮਹਿਫਲ ਹੈ। ਹਾਂ, ਮੇਰਾ ਦਿਲ ਲੈ ਕੇ ਇੱਥੋਂ ਮਹਿਫਲ ਚ ਉੱਠ ਕੇ ਜਾਓ, ਅੱਖ ਲੱਗੇ ਤੇ ਕਮਲੀ ਵਾਲੇ ਆਕਾ ਦੀ ਜ਼ਿਆਰਤ ਨਸੀਬ ਹੋ ਜਾਏ। ਬਾਬਾ ਓਏ, ਅੰਦਰ ਇਸ਼ਕ ਹੋਵੇ, ਅੰਦਰ ਪ੍ਰੀਤ ਹੋਵੇ ਤੇ ਸੋਹਣਾ ਕਰਮ ਕਰ ਜਾਂਦਾ, ਸੋਹਣਾ ਕਰਮ ਲਜਪਾਲ ਕਰਮ ਕਰ ਜਾਂਦਾ। ਤਵੱਜੋ ਇੱਧਰ ਵੇਖਿਓ ਜੀ, ਕਾਬੇ ਦੀਆਂ ਦੀਵਾਰਾਂ ਬਣਨ ਰਹੀਆਂ ਨੇ, ਅੱਲਾ ਨੇ ਕੀ ਭੇਜਿਆ ਜੰਨਤ ਚ, ਦੋ ਬੋਲਿਓ ਕਿੰਨੇ ਪੱਥਰ, ਦੋ ਪੱਥਰ, ਕਿੰਨੇ ਪੱਥਰ, ਦੋ ਪੱਥਰ। ਕੋਈ ਮੁੱਲਾ ਦੁਨੀਆ ਦਾ ਮੇਰੇ ਸਾਹਮਣੇ ਆਏ, ਮੈਂ ਅਹਲੇ ਸੁਨਨਤ ਦਾ ਅਕੀਦਾ ਕੁਰਾਨ ਚ ਸਾਬਤ ਕਰਾਂਗਾ, ਮੈਂ ਬੁਖਾਰੀ ਤੋਂ ਸਾਬਤ ਕਰਾਂਗਾ, ਮੈਂ ਮੁਸਲਿਮ ਤੋਂ ਸਾਬਤ ਕਰਾਂਗਾ। ਹਜ਼ਰਤ ਤਵੱਜੋ, ਕੁਰਾਨ ਲੈ ਕੇ ਆ, ਮੈਂ ਤੁਹਾਨੂੰ ਵਿਖਾਣਾ। ਅੱਲਾ ਨੇ ਦੋ ਪੱਥਰ ਭੇਜੇ, ਇੱਧਰ ਵੇਖਿਓ ਜੀ, ਦੋ ਪੱਥਰ, ਇੱਕ ਪੱਥਰ ਦੇ ਉੱਤੇ ਅੱਲਾ ਦਾ ਨਬੀ ਖਲੋ ਗਿਆ। ਉਹ ਪਿਛਲੇ ਵੀ ਬੋਲੋ ਹੱਥ ਚੁੱਕ ਕੇ, ਹਾਂ ਬੜੇ ਜ਼ੋਕ ਵਾਲੇ ਬੰਦੇ ਹੋ, ਕੁਝ ਲੈ ਕੇ ਜਾਓਗੇ, ਹਾਂ ਟੋਲੇ ਮਾਈਏ ਸੁਣ ਕੇ ਨਹੀਂ, ਕੋਈ ਗੱਲ ਮਸਲਾ ਸੁਣ ਕੇ ਜਾਇਓ। ਬਾਬਾ ਇੱਕ ਪੱਥਰ ਤੇ ਅੱਲਾ ਦਾ ਖਲੀਲ ਖਲੋ ਗਿਆ। ਮੈਂ ਕਿਹਾ ਵਾਹ ਰੱਬਾ ਸੋਹਣਿਆ, ਜਿਹੜਾ ਜੰਨਤ ਚੋਂ ਪੱਥਰ ਘੱਲਿਆ ਈ, ਉਹ ਕਿੱਡੀ ਸ਼ਾਨ ਵਾਲਾ ਪੱਥਰ ਸੀ। ਕਿਬਲਾ ਤੁਸੀਂ ਮੇਰੇ ਸਿਰ ਦੇ ਤਾਜ ਬਜ਼ੁਰਗ ਹੋ, ਬਾਬਾ ਜੀ ਜਿਸ ਪੱਥਰ ਤੇ ਅੱਲਾ ਦਾ ਨਬੀ ਖਲੋ ਗਿਆ, ਉਹ ਪੱਥਰ ਦੀ ਇੰਨੀ ਤਾਕਤ ਸੀ, ਉਸ ਪੱਥਰ ਵਿੱਚ ਇੰਨਾ ਕਮਾਲ ਸੀ। ਹਿਜ਼ਵੀ ਸਾਹਿਬ, ਅੱਲਾ ਦੀ ਕਸਮ ਏ, ਜੇ ਤਫਸੀਰ ਨਾ ਹੋਵੇ ਮੈਂ ਮੁਜਰਮ, ਜੇ ਕੁਰਾਨ ਦੀ ਤਫਸੀਰ ਨਾ ਹੋਵੇ ਤੇ ਮੈਂ ਮੁਜਰਮ। ਹਲਲ ਐਲਾਨ ਜੁਮਲਾ ਦੇ ਕੇ ਕਹਿ ਰਿਹਾ, ਜਿਉਂ ਜਿਉਂ ਕਾਬੇ ਦੀ ਦੀਵਾਰ ਵੱਧਦੀ ਜਾ ਰਹੀ ਏ, ਜੰਨਤ ਦਾ ਪੱਥਰ ਵੀ ਉਦਾ ਹੁੰਦਾ ਜਾ ਰਿਹਾ। ਹਜ਼ਰਤ ਮੇਲਾ ਦੇ ਮੁਸਤਫਾ ਨੂੰ ਮੰਨਣ ਵਾਲਿਓ, ਸੁੰਨੀ ਮਾਵਾਂ ਦੇ ਪੁੱਤਰ, ਸੁੰਨੀ ਪਿਆਵਾਂ ਦੇ ਪੁੱਤਰ, ਉਹ ਪੱਥਰ ਵੀ ਵੱਧਦਾ ਪਿਆ, ਫਿਰ ਕੈਸੀ ਗੱਲ। ਹਲਲ ਐਲਾਨ ਕਹਿ ਰਿਹਾ, ਜਿੱਥੇ ਪੱਥਰ ਤੇ ਕਦਮ ਲੱਗੇ ਇਬਰਾਹੀਮ ਅਲੈਹਿਸਲਾਮ ਦੇ, ਤਵੱਜੋ ਜੀ,
ਉਸ ਪੱਥਰ ਵਿੱਚ ਅਜੇ ਵੀ ਅੱਲਾ ਦੇ ਨਬੀ ਦੇ ਕਦਮ ਲੱਗੇ ਹੋਏ ਨੇ। ਓਏ ਅੱਲਾ ਦੇ ਨਬੀ ਦੇ ਪੱਥਰ ਵਿੱਚ ਕਦਮ, ਬੋਲੋ ਕਦਮ। ਚੱਲ ਇੱਥੇ ਮੈਨੂੰ ਦੱਸ, ਇੱਧਰ ਵੇਖਿਓ ਬਾਬਾ ਜੀ, ਕਦੀ ਪੱਥਰ ਵਿੱਚ ਵੀ ਪੈਰ ਖੁੱਬੇ ਨੇ? ਕਿੱਥੇ ਟੁਰ ਗਏ ਹੋ? ਓਏ ਕਦੀ ਪੱਥਰ ਵਿੱਚ ਵੀ ਪੈਰ ਖੁੱਬੇ ਨੇ? ਐਡੀ ਜੀ ਬਰੀਕ ਟੈਲ ਹੋਵੇ ਤੇ ਉਹਦੇ ਵਿੱਚ ਪੈਰ ਨਹੀਂ ਲੱਗਦਾ। ਪੱਥਰ ਦੀ ਖਸੂਸੀਅਤ, ਪੱਥਰ ਸਖਤ, ਪੱਥਰ ਆਪਣੇ ਅੰਦਰ ਪੈਰਾਂ ਨੂੰ ਜਮਾਉਂਦਾ ਨਹੀਂ। ਮੈਂ ਕਿਹਾ ਮੌਲਾ, ਪੱਥਰ ਤੇ ਆਪਣੇ ਅੰਦਰ ਪੈਰ ਜਮਾਉਂਦਾ ਹੀ ਨਹੀਂ, ਤੇ ਯਾ ਅੱਲਾ ਤੂੰ ਨਬੀ ਦੇ ਪੈਰ ਲਵਾ ਛੱਡੇ ਨੇ। ਅੱਲਾ ਫਰਮਾਂਦਾ, ਮੈਂ ਕਿਆਮਤ ਤੱਕ ਆਪਣੇ ਕਾਬੇ ਵਿੱਚ ਇਬਰਾਹੀਮ ਦੇ ਪੈਰ ਨਾ ਰੱਖਾਂ ਤੇ ਮੈਨੂੰ ਰੱਬ ਕੌਣ ਆਖੇ? ਅੱਛਾ ਤਵੱਜੋ ਹਜ਼ਰਤ ਅਲ ਇਲਾਨ, ਸਿਆਲਕੋਟ ਸੁਲਤਾਨੀ ਆ ਕੇ ਕਹਿ ਰਿਹਾ, ਜਿਹੜਾ ਬੰਦਾ ਹਜ ਕਰਕੇ ਆਇਆ, ਜਿਹੜਾ ਬੰਦਾ ਉਮਰਾ ਕਰਕੇ ਆਇਆ, ਜਿਹੜਾ ਬੰਦਾ ਕਾਬੇ ਦਾ ਤਵਾਫ ਕਰਕੇ ਆਇਆ, ਗੱਲ ਮੇਰੀ ਸੱਚੀ ਨਾ ਹੋਵੇ ਲੱਖ ਰੁਪਇਆ ਦਿਆਂਗਾ, ਜ਼ਬਾਨ ਕਟਾ ਦਿਆਂਗਾ। ਰੱਬੇ ਕਾਬਾ ਦੀ ਕਸਮ ਉਠਾ ਕੇ ਕਹਿ ਰਿਹਾ, 678 ਆਲੀਆ, ਅੱਲਾ ਨੇ ਅੱਜ ਵੀ ਕਾਬੇ ਦੇ ਸੀਨ ਅੰਦਰ ਆਪਣੇ ਖਲੀਲ ਦੇ ਕਦਮ ਰਖਾਏ ਨੇ। ਤਵੱਜੋ ਤਵੱਜੋ, ਅੱਲਾ ਨੇ ਅੱਜ ਵੀ ਆਪਣੇ ਯਾਰ ਦੇ ਕਦਮ ਰਖਾਏ ਨੇ। ਨਿਸ਼ਾਨੀ ਲਿਖਾਈ ਏ, ਸਿਰਫ ਨਿਸ਼ਾਨੀ ਲਿਖਾਈ ਨਹੀਂ, ਅੱਲਾ ਨੇ ਫਰਮਾਇਆ, ਵਤਖਜ਼ ਅੱਲਾਹੁ ਮਿਨ ਮਕਾਮੀ ਇਬਰਾਹੀਮਾ ਮੁਸੱਲਾ। ਸੁਣੋ ਸੁਣੀਓ, ਅੱਲਾ ਨੇ ਫਰਮਾਇਆ, ਓਏ ਉਮਰਾ ਕਰਨ ਵਾਲਿਆ, ਓਏ ਹਜ ਕਰਨ ਵਾਲਿਆ, ਓਏ ਤਵਾਫ ਕਰਕੇ ਤੇ ਦੋ ਨਫਲ ਮੇਰੇ ਯਾਰ ਦੇ ਪੈਰਾਂ ਦੇ ਸਾਹਮਣੇ ਪੜਨੇ ਨੇ। ਤਵੱਜੋ, ਦੋ ਨਫਲ ਇਬਰਾਹੀਮ ਅਲੈਹਿਸ ਸਲਾਮ ਦੇ ਕਦਮਾਂ ਦੇ। ਚਲੋ ਵੇਖੋ ਕਿਹੜਾ ਕਿਹੜਾ ਬੰਦਾ ਉਮਰਾ ਕਰ ਗਿਆ ਤੁਹਾਡੇ ਵਿੱਚੋਂ। ਉਹ ਪਿੱਛੇ ਇੱਕ ਮਿੰਟ ਉੱਠ ਕੇ ਖੜੇ ਹੋਏ ਜਨਾਬ, ਇੱਕ ਮਿੰਟ ਤੁਸੀਂ ਇੱਧਰ ਤਵੱਜੋ ਕਰੋ ਜੀ, ਜੀ ਤੁਸੀਂ ਵੀ। ਮੈਨੂੰ ਉਹ ਪੂਰੇ ਮਜਮੇ ਚ ਇੱਕ ਬੰਦਾ ਖਲੋਤਾ, ਮੈਂ ਉਹਦੇ ਕੋਲ ਤਸਦੀਕ ਕਰਵਾਉਣ ਲਗਾ, ਉੱਠ ਕੇ ਇੱਕ ਮਿੰਟ ਜਵਾਬ ਮੈਨੂੰ ਦਿਓ। ਜਦੋਂ ਕਾਬੇ ਦਾ 7 ਚੱਕਰ ਲਾ ਕੇ, ਕਾਬੇ ਦੇ ਚੱਕਰ ਲਾਉਂਦੇ ਹੋ, ਕਾਬੇ ਦੇ ਨਾਲ ਹੀ ਹਤੀਮੇ ਕਾਬਾ ਦੇ ਨਾਲ ਹੀ ਮਕਾਮੇ ਇਬਰਾਹੀਮ ਹੈ ਕਿ ਨਹੀਂ ਹੈ? ਉਹ ਬੋਲੋ, ਉਹ ਚਲੋ ਤੁਸੀਂ ਉਹਦੀ ਗੱਲ ਨਹੀਂ ਮੰਨਦੇ, ਕੁਰਾਨ ਦੀ ਮੰਨਦੇ ਹੋ ਕਿ ਕੋਈ ਨਹੀਂ? ਕੁਰਾਨ ਮੰਨਦੇ ਹੋ? ਅੱਜ ਸੁਲਤਾਨੀ ਤੇਰੇ ਪਿੰਡ ਜਾ, ਜਿਸ ਮੁਫਤੀ ਨੂੰ ਲਿਆਇਆ, ਜਿਸ ਮਰਜ਼ੀ ਆਲਿਮ ਨੂੰ ਲਿਆਇਆ, ਉਹਨੂੰ ਪੁੱਛ ਮਕਾਮੇ ਇਬਰਾਹੀਮ ਕੀ ਏ, ਉਹਨੂੰ ਪੁੱਛ ਮਕਾਮੇ ਇਬਰਾਹੀਮ ਕੀ ਏ, ਫਿਰ ਪਿਆਨਾ ਫਿਰ ਪਿਆਨਾ, ਉਹਨੂੰ ਪੁੱਛ ਸ਼ਾਜੀ ਮਕਾਮੇ ਇਬਰਾਹੀਮ ਕੀ ਏ, ਉਹਦੇ ਸਿਰ ਤੇ ਕੁਰਾਨ ਰੱਖ ਤੇ ਆਖੀ ਮੌਲਵੀ ਮਸਜਿਦ ਚ ਖਲੋ ਕੇ ਅੱਲਾ ਨੂੰ ਹਾਜ਼ਰ ਨਾਜ਼ਰ ਜਾਣਗੇ, ਦੱਸ ਮਕਾਮੇ ਇਬਰਾਹੀਮ ਕੀ ਏ ਤੇ ਕਿੱਥੇ? ਆਖੇਗਾ ਮਕਾਮੇ ਇਬਰਾਹੀਮ ਅੱਲਾ ਦੇ ਨਬੀ ਦੇ ਕਦਮ ਲੱਗੇ ਨੇ, ਤੇ ਕਦਮ ਕਿੱਥੇ ਨੇ? ਆਂਦਾ ਪੱਥਰ ਦੇ। ਮੈਂ ਕਿਹਾ ਪੱਥਰ ਕਿੱਥੇ? ਆਂਦਾ ਸੇਨੇ ਹਰਮ ਵਿੱਚ। ਆਂਦਾ ਮਸਜਿਦੇ ਹਰਮ ਵਿੱਚ, ਮਸਜਿਦੇ ਹਰਾਮ ਵਿੱਚ। ਮੈਂ ਕਿਹਾ ਮੌਲਵੀ ਫਿਰ ਮੰਨ ਜਾ, ਅੱਲਾ ਨੂੰ ਆਪਣੇ ਯਾਰਾਂ ਦੇ ਪੈਰਾਂ ਨਾਲ ਵੀ ਇੰਨਾ ਪਿਆਰ ਹੈ, ਅੱਲਾ ਉੱਥੇ ਸਜਦੇ ਕਰਵਾ ਰਿਹਾ ਹੈ। ਹੱਕ ਜ਼ਿੰਦਾਬਾਦ, ਅੱਲਾਹੁਮਾ ਜ਼ਿਦ ਫਜ਼ਲ ਜੀ। ਇਹ ਸਾਰੇ ਬੈਠੇ ਹੋ ਚਿੱਟੀਆਂ ਦਾੜੀਆਂ ਵਾਲੇ, ਮੈਨੂੰ ਇਮਾਨਦਾਰੀ ਨਾਲ ਦੱਸੋ, ਬੰਦਾ ਦੋ ਨਫਲ ਪੜਦਾ ਮਕਾਮੇ ਇਬਰਾਹੀਮ ਦੇ, ਕਿੰਨੇ ਨਫਲ? ਜੀ ਅੱਲਾ ਤੁਹਾਨੂੰ ਲੈ ਜਾਏ ਇੱਕ ਵਾਰੀ ਮੱਕੇ, ਸਾਰੇ ਬੋਲੋ ਆਮੀਨ। ਅੱਲਾ ਤੁਹਾਨੂੰ ਮਦੀਨੇ ਲੈ ਜਾਏ, ਸਾਰੇ ਬੋਲੋ ਆਮੀਨ।
ਜਿਹੜਾ ਮੈਂ ਨਿਚੋੜ ਕੱਢਣਾ ਚਾਹਨਾ, ਇਧਰ ਤਵੱਜੋ, ਜਿਹੜਾ ਮੈਂ ਨਿਚੋੜ ਕੱਢਣਾ ਚਾਹਨਾ, ਬਾਬਾ ਜੀ ਖਲੀਲੁੱਲਾ ਦੇ ਕਦਮ ਲੱਗੇ ਹੋਣ, ਇਧਰ ਤਵੱਜੋ ਕਰਿਓ, ਖਲੀਲੁੱਲਾ ਦੇ ਕਦਮ ਲੱਗੇ ਹੋਣ ਤੇ ਅੱਲਾਹ ਉਸ ਜਗ੍ਹਾ ਨੂੰ ਮਹਿਫੂਜ਼ ਰੱਖਦਾ, ਤੇ ਸਿਰਫ ਅੱਲਾਹ ਨਹੀਂ ਰੱਖਦਾ, ਸਾਊਦੀ ਵਾਲੇ ਵੀ ਰੱਖਦੇ ਹਨ ਜੀ। ਇਧਰ ਵੇਖੋ, ਓਏ ਮੈਂ ਫੇਰ ਪਿਆਂਦਾ ਜੇ, ਓਏ ਜਿਹੜੇ ਮੌਲਵੀ ਤੇ ਜਿਹੜੇ ਉਲਾਮਾ ਨਿਸ਼ਾਨੀਆਂ ਦੇ ਮੁਨਕਰ ਨੇ, ਆਂਦੇ ਨੇ ਨਿਸ਼ਾਨੀ ਜੰਨਤੁਲ ਬਕੀ ਚ ਨਹੀਂ ਹੋਣੀ ਚਾਹੀਦੀ, ਖਬਰ ਦੀ ਨਿਸ਼ਾਨੀ ਨਹੀਂ ਹੋਣੀ ਚਾਹੀਦੀ, ਫੇਰ ਕਹਿ ਰਿਹਾ ਚੈਲੰਜ ਚੈਲੰਜ, ਬਾਬਾ ਤੁਸਾਂ ਜਨਾਬੀ ਜ਼ਹਰਾ ਦੀ ਕਬਰ ਦਾ ਨਿਸ਼ਾਨ ਮਿਟਾਇਆ, ਤੁਸਾਂ ਜਨਾਬੀ ਉਸਮਾਨ ਦੀ ਕਬਰ ਦਾ ਨਿਸ਼ਾਨ ਮਿਟਾਇਆ, ਤੁਸਾਂ ਜਨਾਬੇ ਤਲਹਾ ਦੀ ਕਬਰ ਦਾ ਨਿਸ਼ਾਨ ਮਿਟਾਇਆ, ਤੁਸਾਂ ਜਨਾਬੇ ਸਹਾਬਾ ਦੀ ਕਬਰਾਂ ਦਾ ਨਿਸ਼ਾਨ ਮਿਟਾਇਆ, ਹਜ਼ਰਾਤ ਹੋਏ 778 ਆ ਲਿਓ, 678 ਆ ਲਿਓ, ਹਲਲ ਐਲਾਨ ਸੁਲਤਾਨੀ ਜੁਮਲੇ ਦੇ ਰਿਹਾ, ਗੱਲ ਨਾ ਹੋਵੇ ਤੇ ਮੈਂ ਸਿਰ ਕਟਾ ਦਿਆਂਗਾ। ਮੈਂ ਕਿਹਾ ਮੁੱਲਾ ਜੀ ਜੰਨਤੁਲ ਬਕੀ ਵਿੱਚ ਨਿਸ਼ਾਨ ਤੇ ਮਟਾ ਛੱਡੇ ਜੇ, ਅੱਲਾ ਨੇ ਫਰਮਾਇਆ ਉਹ ਤੇ ਮਟਾ ਛੱਡੇ ਜੇ ਜਿੱਥੇ ਮੇਰੇ ਯਾਰ ਦੇ ਕਦਮ ਲੱਗੇ ਨੇ, ਇਹ ਕਿਆਮਤ ਤੱਕ ਆਪਣੇ ਵਿਹੜੇ ਦੱਸ ਕੇ ਆਪਣੇ ਵਿਹੜੇ ਰੱਖ ਕੇ ਦੱਸ ਚੱਲਾ ਵਾ, ਮੈਨੂੰ ਨਬੀਆਂ ਨਾਲ ਵੀ ਪਿਆਰ ਏ, ਉਹਨਾਂ ਦੀਆਂ ਨਿਸ਼ਾਨੀਆਂ ਨਾਲ ਵੀ ਪਿਆਰ ਏ। ਉੱਠ ਬੰਦਾ ਕੋਠੇ ਮੇਰੇ ਅੱਗੇ ਸਵਾਲ ਕਰੇ, ਤਵੱਜੋ, ਮਕਾਮੇ ਇਬਰਾਹੀਮ ਪੱਥਰ ਮੌਜੂਦ ਹੈ, ਇਧਰ ਤਵੱਜੋ ਕਰੇ, ਕਿੰਨੇ ਪੱਥਰ ਆ ਗਏ ਸਨ, ਰਾਜਾ ਪੁੱਤਰ ਥੱਲੇ ਕੀ ਹੋ ਗਏ, ਜੇ ਜਾਣੇ ਤੇ ਟੁੱਟ ਜਾ, ਇਧਰ ਤਵੱਜੋ ਕਰੋ, ਕਿੰਨੇ ਪੱਥਰ ਆਏ ਸਨ, ਉਹ ਕੈਮਰੇ ਵਾਲਾ ਤੁਸੀਂ ਬਹਿ ਜਾ ਪੁੱਤਰ ਥੱਲੇ, ਇਹ ਵੀਡੀਓ ਬਣਦੀ ਪਈ ਥੱਲੇ, ਹੁਣ ਕੋਈ ਨਾ ਉੱਠੇ, ਪਿਛਲਿਆਂ ਬੰਦਿਆਂ ਦਾ ਕੀ ਕਸੂਰ, ਇਧਰ ਤਵੱਜੋ ਕਰੋ ਜੀ, ਅੱਲਾ ਦੇ ਨਬੀ ਦੇ ਜਿਸ ਪੱਥਰ ਦੇ ਕਦਮ ਲੱਗੇ ਸਨ, ਕਿਬਲਾ ਕਰ ਕੇ ਆਇਓ ਤੁਸੀਂ, ਹੈ ਨਾ ਕਿ ਨਹੀਂ ਆਇਆ, ਮੈਂ ਤੁਹਾਡੇ ਸਟੇਜ ਤੋਂ ਹੀ ਤਸਦੀਕ ਪਵਾਉਣਾ ਪਿਆ, ਮੈਂ ਤਾਂ ਕੋਈ ਬੰਦਾ ਬਾਅਦ ਚੋਂ ਆ ਕੇ ਕੋਲੋਂ ਗੱਲ ਕਰ ਗਿਆ, ਮੈਂ ਦੋ ਵਾਰੀ ਹੋ ਕੇ ਆਇਆ, ਹਾਂ ਮੈਂ ਦੋ ਵਾਰੀ ਵੇਖ ਕੇ ਆਇਆ, ਨਿਚੋੜ ਕੱਢ ਕੇ ਆਇਆ ਸੀ, ਬਾਬਾ ਤਵੱਜੋ ਕਰਿਓ, ਅੱਲਾ ਨੇ ਆਪਣੇ ਨਬੀ ਦੇ ਪੈਰ ਅਜੇ ਵੀ ਮਹਿਫੂਜ਼ ਰੱਖੇ ਨੇ, ਰੱਖੇ ਨੇ ਕਿ ਨਹੀਂ ਰੱਖੇ, ਕਦਮ ਅਜੇ ਵੀ ਮਹਿਫੂਜ਼ ਰੱਖੇ ਨੇ ਕਿ ਨਹੀਂ ਰੱਖੇ, ਬਾਬਾ ਜੀ ਰੱਖੇ ਨੇ, ਤਵੱਜੋ ਕਰਿਓ, ਮੈਂ ਤੁਹਾਨੂੰ ਦੱਸਿਆ ਸੀ ਜੰਨਤ ਚ ਕਿੰਨੇ ਪੱਥਰ ਆਏ ਸਨ, ਕਿੰਨੇ, ਤੁਸੀਂ ਮੈਨੂੰ ਆਖੋਗੇ ਸੁਲਤਾਨੀ ਸਾਹਿਬ ਦੂਸਰਾ ਕਿੱਥੇ ਗਿਆ, ਇੱਕ ਤੇ ਮਕਾਮੇ ਇਬਰਾਹੀਮ ਹੈ ਨਾ ਜੀ, ਦੂਸਰਾ ਪੱਥਰ ਕਿੱਥੇ ਗਿਆ, ਮੈਂ ਤੁਹਾਨੂੰ ਦੱਸਣਾ, ਦੂਸਰਾ ਪੱਥਰ ਅੱਜ ਵੀ ਇੱਕ ਕਾਬੇ ਦੀ ਨੁੱਕਰ ਵਿੱਚ ਲੱਗਾ ਜੇ, ਜਿਹਦਾ ਨਾਂ ਹਜ਼ਰੇ ਅਸਵਦ ਹੈ, ਹਾਏ ਹਾਏ, ਜਿਹਦਾ ਨਾਂ ਹਜ਼ਰੇ, ਜਿਹਦਾ ਨਾਂ ਹਜ਼ਰੇ, ਉਹ ਹਜ਼ਰੇ ਅਸਵਦ ਨੂੰ ਜਾਣਦੇ ਹੋ ਕਿ ਨਹੀਂ ਜਾਣਦੇ, ਜਿਹਦਾ ਨਾਂ ਹਜ਼ਰੇ ਅਸਵਦ। ਅੱਛਾ, ਇੱਥੇ ਇੱਕ ਨੁਕਤਾ ਜੇ, ਬੜਾ ਵੱਡਾ ਨੁਕਤਾ ਜੇ, ਪਿੰਡਾ ਲਿਓ, ਹਜ਼ਰੇ ਅਸਵਦ ਵੀ ਜੰਨਤੀ ਪੱਥਰ, ਮਕਾਮੇ ਇਬਰਾਹੀਮ ਵੀ ਜੰਨਤੀ ਪੱਥਰ, ਤਵੱਜੋ ਕਰਿਓ, ਬਾਬਾ ਬੰਦੇ ਜੰਨਤੀ ਪੱਥਰ ਨੂੰ ਚੁੰਮ ਗਏ ਨੇ, ਹਾਏ 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 ਹਾਏ, ਤਵੱਜੋ ਨਹੀਂ ਕੀਤੀ, ਤਵੱਜੋ ਨਹੀਂ ਕੀਤੀ, ਤਵੱਜੋ ਕਰ, ਬੰਦੇ ਜੰਨਤੀ ਪੱਥਰ ਨੂੰ ਚੁੰਮ ਗਏ ਨੇ, ਅੱਲਾ ਦੇ ਨਬੀ ਦੇ ਗੁਲਾਮ ਹਜ਼ਰਤ ਉਮਰ ਇਬਨ ਖਤਾਬ ਜਦੋਂ ਕਾਬੇ ਦਾ ਤਵਾਫ ਕਰਦਿਆਂ ਹਜ਼ਰੇ ਅਸਵਦ ਦੇ ਸਾਹਮਣੇ ਆਇਆ ਨਾ, ਇਹ ਦਲੇਰ ਸ਼ੇਰ ਅੱਖ ਲਗਾਓ, ਇਹ ਹਜ਼ਰੇ ਅਸਵਦ, ਇਹ ਨਾ ਸਮਝੀ ਕਿ ਮੈਂ ਤੈਨੂੰ ਪਿਆ ਚੁੰਮਣਾ, ਮੈਂ ਤੈਨੂੰ ਇਸ ਵਾਸਤੇ ਚੁੰਮਣਾ ਪਿਆ ਤੈਨੂੰ ਜ਼ਹਰਾ ਦਾ ਬਾਬਾ ਚੁੰਮ ਗਿਆ, ਤੈਨੂੰ ਜ਼ਹਰਾ ਦਾ ਬਾਬਾ ਚੁੰਮ ਗਿਆ, ਤੈਨੂੰ ਹਸਨੈਨ ਦਾ ਨਾਨਾ ਚੁੰਮ ਗਿਆ, ਬਾਬਾ ਤਵੱਜੋ ਕਰੀ, ਓਏ ਜਿਹੜਾ ਪੱਥਰ ਹਜ਼ਰਤ ਇਬਰਾਹੀਮ ਦੇ ਪੈਰਾਂ ਨਾਲ ਲੱਗੇ ਉਹਦੀ ਤੇ ਤਜ਼ੀਮ ਹੈ,
ਤੇ ਜਿਹਦੀ ਗੋਦ ਵਿੱਚ ਮੁਸਤਫਾ ਖੇਡਦੇ ਰਹੇ ਨੇ। ਆਏ ਹਾਏ ਹਾਏ ਪਹੁੰਚੇ ਨਹੀਂ ਤੁਸੀਂ, ਜਿਹਦੀ ਗੋਦ ਵਿੱਚ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਖੇਡਦੇ ਰਹੇ ਨੇ, ਉਸ ਮਾਂ ਦੀ ਕੀ ਸ਼ਾਨ ਹੈ। ਮੈਂ ਕਿਹਾ ਲੱਖ ਲਾਨਾ ਤੇ ਉਸ ਮੌਲਵੀ ਤੇ ਜਿਹੜਾ ਨਬੀ ਪਾਕ ਦੀ ਅੰਮਾ ਦੇ ਖਿਲਾਫ਼ ਕਿਤਾਬ ਲਿਖੇ, ਜਿਹੜਾ ਨਬੀ ਪਾਕ ਦੀ ਵਾਲਦ ਦੇ ਖਿਲਾਫ਼ ਕਿਤਾਬ ਲਿਖੇ। ਮੈਂ ਕਿਹਾ ਮੌਲਵੀ ਹਜ਼ਰਤ ਇਬਰਾਹੀਮ ਨਬੀਆਂ ਦਾ ਇਮਾਮ ਨਹੀਂ, ਨਬੀਆਂ ਦਾ ਸਰਦਾਰ ਨਹੀਂ। ਜੇ ਇਬਰਾਹੀਮ ਦੇ ਪੈਰਾਂ ਨਾਲ ਪੱਥਰ ਲੱਗੇ ਤੇ ਉਸ ਪੱਥਰ ਨੂੰ ਚੁੰਮਣਾ, ਤੇ ਜਿਹਦੇ ਪੇਟ ਵਿੱਚ ਮੁਸਤਫਾ ਆਏ ਨੇ ਉਸ ਆਮਿਨਾ ਦਾ ਕੀ ਹਾਲ ਹੈ। ਸੁਭਾਨ ਅੱਲਾ, ਨਾਰੇ ਤਕਬੀਰ, ਨਾਰੇ ਰਿਸਾਲਤ, ਰਿਸਾਲਤ, ਸਰਕਾਰ ਕੀ ਆਮਦ, ਮਿਲ ਕੇ ਸਾਰੇ ਸਰਕਾਰ ਕੀ ਆਮਦ, ਆਕਾ ਕੀ ਆਮਦ, ਸੋਨੇ ਕੀ ਆਮਦ, ਬਹਾ ਕੀ ਆਮਦ, ਯਾਸੀਨ ਕੀ ਆਮਦ, ਉਲਮਾ ਹਕ ਅਹਿਲੇ ਸੁਨਨਤ, ਜ਼ਾਇਦੁਦੀਨ ਸੁਲਤਾਨੀ ਸ਼ਾਹ। ਮੈਂ ਕੋਈ ਨਹੀਂ ਜ਼ਿੰਦਾਬਾਦ, ਸਰਕਾਰ ਦੀ ਜ਼ਾਤ ਜ਼ਿੰਦਾਬਾਦ, ਸਰਕਾਰ ਦੀ ਜ਼ਾਤ, ਇੱਕ ਵਾਰੀ ਬੋਲੋ ਸਰਕਾਰ ਦੀ ਜ਼ਾਤ ਜ਼ਿੰਦਾਬਾਦ। ਕਿਸੇ ਮੌਲਵੀ ਨੂੰ ਪੁੱਛੋ ਸਾਡੇ ਤੇ ਫਤਵੇ, ਮਿਲਾਦ ਕਿੱਥੇ ਲਿਖੇ ਆ, ਝੰਡੀਆਂ ਕਿੱਥੇ ਲਿਖੀਆਂ ਨੇ, ਲਾਈਟਾਂ ਕਿੱਥੇ ਲਿਖੀਆਂ ਨੇ। ਮੈਂ ਕਿਤੇ ਵੀ ਨਹੀਂ ਲਿਖੀਆਂ, ਸਾਡੇ ਦਿਲ ਤੇ ਲਿਖੀਆਂ ਨੇ। ਯਾਰ ਸੋਚਣ ਵਾਲੀ ਗੱਲ ਹੈ ਯਾਰ, ਇੱਕ ਮਿੰਟ ਵਾਸਤੇ ਸੋਚੋ ਯਾਰ, ਸਿਆਣੇ ਪੱਗ ਬੰਨ ਬੰਦੇ ਬੈਠੇ ਹੋ। ਉਹ ਯਾਰ ਜਿੱਥੇ ਇਬਰਾਹੀਮ ਨਬੀ ਦੇ ਕਦਮ ਲੱਗਣ, ਅੱਲਾ ਉਸ ਜਗ੍ਹਾ ਨੂੰ ਸਜਦੇ ਪਿਆ ਕਰਵਾਉਂਦਾ। ਵਤਖਜ਼ ਅੱਲਾਹੁ ਮਿਨ ਮਕਾਮ ਇਬਰਾਹੀਮ ਮੁਸੱਲਾ, ਤਰਜਮਾ ਕਰਵਾ ਕਿਸੇ ਮੌਲਵੀ ਕੋਲ ਜੀ ਕਿਬਲਾ, ਤਰਜਮਾ ਕਰਵਾ ਲੈ ਜਿਹਦੇ ਕੋਲ ਮਰਜ਼ੀ, ਕੁਰਾਨ ਪਾਕ ਲੈ ਜਾ ਮੌਲਵੀ ਜੀ, ਤਰਜਮਾ ਕਰੋ। ਅੱਲਾ ਫਰਮਾਂਦਾ ਜਾਏ ਨਮਾਜ਼ ਬਣਾ, ਮਕਾਮ ਇਬਰਾਹੀਮ ਮੁਸੱਲਾ ਬਣਾ, ਤਵੱਜੋ ਕਰੀ। ਤੇ ਮੈਂ ਕਿਹਾ ਇਬਰਾਹੀਮ ਨਬੀ ਵੀ ਮੇਰੇ ਨਬੀ ਦਾ ਗੁਲਾਮ ਹੈ, ਮੇਰਾ ਨਬੀ ਨਬੀਆਂ ਦਾ ਸਰਦਾਰ ਹੈ, ਮੇਰਾ ਨਬੀ ਨਬੀਆਂ ਦਾ, ਬੋਲੋ ਮੇਰਾ ਨਬੀ ਨਬੀਆਂ ਦਾ ਸਰਦਾਰ ਹੈ। ਇਸ ਵਾਸਤੇ ਅਲਲ ਐਲਾਨ ਗੱਲ ਕਰਕੇ ਕਹਿ ਰਿਹਾ, ਜਦੋਂ ਕਾਬਾ ਬਣ ਗਿਆ ਨਾ, ਅਗਰ ਮੈਂ ਇੱਥੇ ਹੀ ਪੜ੍ਹਾਂ ਤੇ 2 ਘੰਟੇ ਮੈਂ ਤੁਹਾਨੂੰ ਇੱਥੇ ਲਾ ਸਕਣਾ, ਨਿਸ਼ਾਨੀਆਂ ਤੇ ਨਿਸਬਤ, ਕਿ ਨਿਸਬਤ ਦੀ ਕੀ ਸ਼ਾਨ ਹੈ। ਇੱਧਰ ਤਵੱਜੋ ਕਰੋ, ਇਹ ਬਾਬਾ ਜੀ ਜਿਹੜਾ ਕਾਬੇ ਦੇ ਗਲਾਫ਼ ਚੜ੍ਹਿਆ, ਜਿਹੜਾ ਕਾਬੇ ਦੇ ਗਲਾਫ਼ ਚੜ੍ਹਿਆ, ਇੱਧਰ ਤਵੱਜੋ ਕਰੋ, ਇਹ ਸ਼ਰੀਅਤ ਵਿੱਚ ਆਇਆ ਕਿ ਇਸ ਗਲਾਫ਼ ਨੂੰ ਜੱਫੇ ਲਾ ਕੇ ਯਾਨੂੰ ਚੁੰਮੋ, ਤਵੱਜੋ ਕਰੋ। ਲੋਕ ਉਸ ਗਲਾਫ਼ ਦੇ ਬੋਸੇ ਵੀ ਲੈਂਦੇ ਨੇ, ਲੋਕ ਉਸ ਗੁਲਾਫ਼ ਨੂੰ ਜੱਫੇ ਵੀ ਮਾਰਦੇ ਨੇ, ਲੋਕ ਉਹਨੂੰ ਹੱਥ ਵੀ ਲਾਉਂਦੇ ਨੇ। ਮੈਂ ਇੱਕ ਮੌਲਵੀ ਸਾਹਿਬ ਨੂੰ ਪੁੱਛਿਆ, ਸਾਡੇ ਸਿਆਲਕੋਟ ਦੇ ਸਨ ਤੇ ਉਹ ਬੜੇ ਫਤਵੇ ਲਾਣਾ ਕਿ ਮਿਲਾਦ ਨਹੀਂ ਜਾਇਜ਼, ਮਿਲਾਦ ਨਹੀਂ ਮਨਾਉਣਾ ਚਾਹੀਦਾ। ਮੈਂ ਕਿਹਾ ਮੌਲਵੀ ਜੀ ਉੱਥੇ ਤੇ ਸਾਹ ਨਹੀਂ ਲੈਣ ਦਿੰਦੇ ਤੇ ਕਾਬੇ ਦੇ ਗੁਲਾਫ਼ ਨੂੰ ਛੱਡਦੇ ਹੀ ਨਹੀਂ ਪਏ। ਜੀ ਜੀ ਮਿਹਰਬਾਨੀ, ਕਾਬੇ ਦੇ ਗੁਲਾਫ਼ ਨੂੰ ਛੱਡਦੇ ਹੀ ਨਹੀਂ ਪਏ। ਉਹਨੇ ਵੇਖਿਆ ਵੀ ਮੌਲਵੀ ਸੁਲਤਾਨੀ ਮੇਰੇ ਪਿੱਛੇ ਹੀ ਹੈ, ਐਤਵਜੋ ਕਰੇ। ਉਹਨੇ ਕਾਲੀ ਕਾਲੀ ਨਾ ਤਵਾਫ਼ ਕਰਕੇ ਨਾ ਤੋ ਸਫ਼ਾ ਮਰਵਾ ਤੇ ਟੁਰ ਗਿਆ। ਮੈਂ ਵੀ ਪਿੱਛੇ ਪਿੱਛੇ, ਜਿਹੜੇ ਜਾਗਦੇ ਬੈਠੇ ਹੋ ਇੱਕ ਵਾਰੀ ਮੈਂ ਵੀ ਪਿੱਛੇ ਪਿੱਛੇ ਅਕੀਦਾ ਦੱਸਣ ਲੱਗਾ। ਉਹ ਸੋਹਣਿਆ ਤੇਰੇ ਜਿਹਾ ਸੋਹਣਾ ਅਕੀਦਾ ਕਿਤੇ, ਕਸਮ ਖੁਦਾ ਦੀ ਮੈਂ ਤੈਨੂੰ ਹੱਜ ਤੂੰ ਉਮਰੇ ਤੂੰ ਦੱਸਣ ਲੱਗਾ ਅਕੀਦਾ। ਸਫ਼ਾ ਮਰਵਾ ਤੇ, ਸਫ਼ਾ ਮਰਵਾ ਤੇ, ਉਹ ਸਫ਼ਾ ਤੂੰ ਜਦੋਂ ਤੁਰਿਆ ਤੇ ਮੈਂ ਵੀ ਉਹਦੇ ਪਿੱਛੇ, ਫਿਰ ਮਰਵਾ ਮੈਂ ਵੀ ਉਹਦੇ ਪਿੱਛੇ। ਉਹਨੇ ਹੋਰ ਸਪੀਡ ਤੇਜ਼ ਕਰ ਲਈ, ਉਹਨੇ ਆਖਿਆ ਇਹਨੇ ਮੈਨੂੰ ਪੁੱਛ ਲੈਣਾ। ਫਿਰ ਬਾਬਾ ਜੀ ਜਦੋਂ ਉਹਨੇ 7 ਚੱਕਰ ਲਾਏ ਨਾ ਤੇ ਮੈਂ ਵੀ 7 ਚੱਕਰ ਲਾਏ। ਉਹ ਐਂਡ ਵਾਲੇ ਬੰਦੇ ਤੱਕ ਜੁਮਲਾ ਦੇਣ ਲੱਗਾ, ਜੇ ਸੁਣੀ ਮਾਂ ਦਾ ਪੁੱਤਰ ਹੈ ਤੇ ਹੱਥ ਬੁਲੰਦ ਕਰਕੇ ਬੋਲੀ, ਜੁਮਲਾ ਪਹਿਲਾਂ ਸੁਣੀ। ਬਾਬਾ 7 ਚੱਕਰ ਹੋ ਗਏ, ਉਹ ਵੀ ਟਿੰਡ ਕਰਾਉਣ ਚੱਲਾ ਤੇ ਮੈਂ ਵੀ ਟਿੰਡ ਕਰਾਉਣ ਚੱਲਾ ਤੇ ਦੁਕਾਨ ਦੇ ਟਕਰਾਅ ਹੋ ਗਏ। ਤੁਹਾਨੂੰ ਜ਼ਿੰਦਗੀ ਦੇਵੇ, ਇਹ ਗੱਲਾਂ ਕਰੋੜਾਂ ਦੀਆਂ ਨੇ। ਮੈਂ ਮੈਨੂੰ ਪਤਾ ਮੈਂ ਸ਼ੇਰ ਪੜਾਂਗਾ, ਤੁਸੀਂ ਪੈਸੇ ਸੁੱਟੋਗੇ।
ਮੈਨੂੰ ਪਤਾ ਮੈਂ ਸੁਰ ਲਵਾਂਗਾ ਤੇ ਤੁਸੀਂ ਉੱਠ ਕੇ ਪੈਸੇ ਸੁੱਟੋਗੇ। ਬਾਬਾ ਪੈਸੇ ਜ਼ਰੂਰੀ ਨਹੀਂ, ਗੱਲ ਜ਼ਰੂਰੀ। ਅਗਰ ਮੈਂ ਤੁਹਾਨੂੰ ਕੋਈ ਗੱਲ ਨਾ ਦੇ ਕੇ ਗਿਆ, ਤੁਹਾਡੇ ਬੱਚਿਆਂ ਦੀ ਸਲਾਹ ਨਾ ਕਰਕੇ ਗਿਆ, ਕਸਮ ਖੁਦਾ ਦੀ ਕਿਆਮਤ ਵਾਲੇ ਦਿਨ ਮੈਨੂੰ ਪੁੱਛਣ ਕਿ ਮੌਲਵੀ ਜੀ ਪੈਸੇ ਇੰਨੇ ਲਏ, ਅਸਾਂ ਜੇ ਕੀ ਕੀਤਾ ਜੇ ਲੋਕਾਂ ਨੂੰ ਦੱਸਿਆ ਕੀ ਜੇ ਚੱਲਿਓ। ਮੈਂ ਚਾਹੁੰਦਾ ਮੈਂ ਤੁਹਾਨੂੰ ਰਾਜ਼ੀ ਕਰਕੇ ਟੁੱਟ ਜਾ, ਪਰ ਨਹੀਂ, ਅੱਲਾ ਦਾ ਰਸੂਲ ਰਾਜ਼ੀ ਹੋਣਾ ਚਾਹੀਦਾ, ਅਰਸ਼ਾਂ ਵਾਲਾ ਰੱਬ ਰਾਜ਼ੀ ਹੋਣਾ ਚਾਹੀਦਾ। ਜੇ ਮੇਰੀ ਗੱਲ ਇੱਕ ਵੀ ਲੂਜ਼ ਹੋਈ, ਮੇਰੀ ਗੱਲ ਇੱਕ ਵੀ ਬੇਕਦਰੀ ਹੋਈ ਤੇ ਤੂੰ ਸੁੱਟ ਕੇ ਟੁੱਟ ਜਾਈਂ, ਕੋਈ ਮਸਲਾ ਨਹੀਂ। ਜੇ ਗੱਲ ਦੀ ਕੀਮਤ ਹੋਈ ਤੇ ਫਿਰ ਮੰਨ ਜਾਈਂ, ਮੁਸਤਫਾ ਦੇ ਗੁਲਾਮ ਸੁਣਨੀ ਸੱਚੇ। ਇੱਧਰ ਵੇਖਿਓ ਹਜ਼ਰਾਤ, ਤਵੱਜੋ ਕਰਿਓ, ਜਦੋਂ ਟਿੰਡ ਕਰਵਾਉਣ ਦੀ ਵਾਰੀ ਆਈ ਨਾ, ਉਹ ਜਿਹੜੇ ਪਿੱਛੇ ਲੋਕ ਆਵਾਜ਼ ਆ ਰਹੀ ਹੈ ਜੀ, ਪਿੱਛੇ ਤੱਕ ਜੇ ਆ ਰਹੀ, ਹੱਥ ਬੁਲੰਦ ਕਰਿਆ ਜੀ ਇੱਕ ਵਾਰੀ ਜੀ। ਮਾਸ਼ਾਅੱਲਾ, ਅੱਲਾ ਤੁਹਾਨੂੰ ਜ਼ਿੰਦਗੀ ਦਾ ਸਲਾਮਤ ਰੱਖੇ, ਜਿੱਥੋਂ ਜਿੱਥੋਂ ਆਇਓ ਅੱਜ ਕੁਝ ਲੈ ਕੇ ਜਾਵੇਗਾ, ਤਵੱਜੋ ਫਰਮਾਈ। ਜਦੋਂ ਟਿੰਡ ਕਰਾਉਣ ਦੀ ਵਾਰੀ ਆਈ ਨਾ ਰਜ਼ਵੀ ਸਾਹਿਬ, ਇੱਧਰ ਵੇਖਿਓ ਕੁਰਸੀ ਤੇ, ਉਹ ਤੇ ਨਾਲ ਵਾਲੀ ਤੇ ਮੈਂ, ਉਹਨੇ ਕਾਹਲੀ ਕਾਹਲੀ ਉਹ ਪਰਨਾ ਲਾਇਆ, ਆਂਦਾ ਮੈਨੂੰ ਜਾਣ ਦੇ, ਉਹ ਦੁਕਾਨ ਵਾਲਾ ਆਂਦਾ ਕੀ ਹੋਇਆ, ਆਂਦਾ ਤੂੰ ਅਜੇ ਵੀ ਮੇਰੇ ਪਿੱਛੇ ਹੀ। ਮੈਂ ਕਿਹਾ ਜਿਵੇਂ ਪਾਕਿਸਤਾਨ ਤੁਸੀਂ ਸਾਡੇ ਪਿੱਛੇ ਹੁੰਦੇ ਹੋ ਨਾ, ਅੱਜ ਮੈਂ ਸਾਊਦੀ ਆ ਕੇ ਤੇਰੇ ਪਿੱਛੇ ਆ, ਕੋਈ ਗੱਲ ਕਰਨ ਨਾ। ਐ ਜੀ ਸਾਊਦੀ ਆ ਤੂੰ ਇਸਲਾਮ ਚੱਲਿਆ, ਆਂਦੇ ਨੇ ਕਿ ਨਹੀਂ। ਐ ਜੀ ਮੱਕੇ ਤੂੰ ਇਸਲਾਮ ਚੱਲਿਆ, ਆ ਮੱਕੇ ਵਿੱਚ ਦਰੂਦੋ ਸਲਾਮ ਨਹੀਂ ਪੜਿਆ ਜਾਂਦਾ, ਆ ਮੱਕੇ ਵਿੱਚ ਜ਼ਿਕਰ ਨਹੀਂ ਕੀਤਾ ਜਾਂਦਾ, ਉੱਥੋਂ ਇਸਲਾਮ ਟੁਰੀ ਹੈ, ਮਦੀਨੀ ਇਸਲਾਮ ਟੁਰੀ ਹੈ, ਤੇ ਮੈਂ ਉਹਨੂੰ ਫੜਿਆ ਹੀ ਉੱਥੇ ਸੀ ਜਿੱਥੋਂ ਆਂਦਾ ਸੀ ਇਸਲਾਮ ਟੁਰੀ ਹੈ। ਆਏ ਹਾਏ ਹਾਏ, ਤਵੱਜੋ ਕਰੋ ਯਾਰ, ਤਵੱਜੋ ਕਰੋ, ਅਸੀਂ ਮੰਨਦੇ ਹਾਂ ਇਸਲਾਮ ਟੁਰੀ ਹੈ, ਅਸੀਂ ਮੰਨਦੇ ਹਾਂ ਮੱਕੀ ਇਸਲਾਮ ਟੁਰੀ ਹੈ, ਮਦੀਨੀ ਟੁਰੀ ਹੈ, ਪਰ ਬਾਬਾ ਜੀ ਹੁਣ ਜਿੰਨੀ ਅਯਾਸ਼ੀ ਅਰਬੀ ਤੇ ਕਰਦੇ ਨੇ ਨਾ, ਮੈਂ ਇੱਥੇ ਦੱਸ ਨਹੀਂ ਸਕਦਾ ਮਾਸੇ, ਤੇ ਫਿਰ ਕੀ ਕਰੋਗੇ ਹੁਣ, ਜੋ ਕਰਦੇ ਪਏ ਤੁਸੀਂ ਵੀ ਕਰੋ ਫਿਰ, ਕਿਉਂਕਿ ਇਸਲਾਮ ਉੱਥੋਂ ਟੁਰਿਆ। ਬਾਬਾ ਜੀ ਤਵੱਜੋ ਤੇ ਕਰੋ, ਜੋ ਕੰਮ ਉਹਨਾਂ ਕਰਨਾ ਉਹ ਨਹੀਂ ਅਸਾਂ ਕਰਨਾ, ਜੋ ਮੁਸਤਫਾ ਨੇ ਦੱਸਿਆ ਅਸਾਂ ਉਹ ਕਰਨਾ, ਜੋ ਕਮਲੀ ਵਾਲੇ ਨੇ ਦੱਸਿਆ। ਸਾਨੂੰ ਹੁਜਤ ਸਾਊਦੀ ਅਰਬ ਨਹੀਂ, ਸਾਨੂੰ ਹੁਜਤ ਮੱਕਾ ਤੇ ਮਦੀਨਾ ਨਹੀਂ, ਸਾਨੂੰ ਹੁਜਤ ਮੁਸਤਫਾ ਦੀ ਜ਼ਾਤ। ਅੱਛਾ ਮੈਂ ਤੁਹਾਨੂੰ ਇੱਕ ਦਲੀਲ ਦੇਣ ਲਗਾ, ਸਾਊਦੀਆ ਮੱਕੇ ਮਦੀਨੇ ਬੰਦਾ ਨਮਾਜ਼ ਪੜ੍ਹਦਾ ਹੋਵੇ ਤੇ ਬੰਦੇ ਅੱਗੋਂ ਲੰਘ ਜਾਂਦੇ ਨੇ। ਉਹ ਬੋਲੋ ਤੇ ਸਹੀ, ਉਹ ਬੰਦੇ ਬਾਬਾ ਨਹੀਂ ਬੋਲਦਾ ਪਿਆ, ਪਤਾ ਨਹੀਂ ਕਿਸੇ ਚ, ਤੁਸੀਂ ਤਸਦੀਕ ਕਰੋ ਕਿ ਤੁਸੀਂ ਜੋ ਹੋ ਕੇ ਆਏ ਹੋ। ਬਾਬਾ ਜੀ ਬੰਦੇ ਨਮਾਜ਼ ਪੜ੍ਹਦੇ ਹੋਣ ਨਾ ਤੇ ਬੰਦੇ ਅੱਗੋਂ ਦੀ, ਉਹਨਾਂ ਨੂੰ ਕੋਈ ਪਤਾ ਨਹੀਂ ਵੀ ਨਮਾਜ਼ ਪੜ੍ਹੀ ਜਾਂਦੀ, ਵੀ ਲੰਘ ਜਾਂਦੇ ਨੇ। ਤੁਸੀਂ ਮੈਨੂੰ ਦੱਸੋ ਅੱਜ ਇੰਨਾ ਮਜਮਾ ਬੈਠਾ ਹੈ, ਨਮਾਜ਼ੀ ਦੇ ਅੱਗੋਂ ਦੀ ਲੰਘਣਾ ਚਾਹੀਦਾ? ਉੱਚੀ ਬੋਲੋ, ਫੇਰ ਬੋਲੋ, ਨਬੀ ਪਾਕ ਨੇ ਐਡੀ ਸਖਤ ਵਈਦ ਫਰਮਾਈ ਹੈ, ਜਿਹੜਾ ਬੰਦਾ ਨਮਾਜ਼ੀ ਦੇ ਅੱਗੋਂ ਦੀ ਲੰਘ ਜਾਏ, ਨਬੀ ਪਾਕ ਨੇ ਫਰਮਾਇਆ ਅਗਰ ਇਹਦੇ ਗੁਨਾਹ ਦਾ ਪਤਾ ਲੱਗ ਜਾਏ ਨਾ ਤੇ ਸਾਰੀ ਜ਼ਿੰਦਗੀ ਬੰਦਾ ਖਲੋਤਾ ਰਵੇ ਤੇ ਨਮਾਜ਼ੀ ਦੇ ਅੱਗੋਂ ਦੀ ਨਾ ਗੁਜ਼ਰੇ। ਇਹ ਹਦੀਸ ਦਾ ਮਫਹੂਮ ਹੈ। ਮੈਂ ਕਿਹਾ ਸੁਣੋ, ਸਾਨੂੰ ਸਾਊਦੀਆ ਦੀ ਦਲੀਲ ਦੇਣ ਵਾਲੇ ਹੋ, ਸਾਨੂੰ ਮੱਕੇ ਤੇ ਮਦੀਨੇ ਦੀ ਦਲੀਲ ਦੇਣ ਵਾਲੇ ਆ, ਉੱਥੋਂ ਨਮਾਜ਼ੀ ਦੀ ਅੱਗੋਂ ਦੀ ਵੀ ਲੰਘ ਜਾਂਦੇ ਨੇ, ਇੱਥੋਂ ਵੀ ਲੰਘੀ ਜਾਓ। ਅਸੀਂ ਤਕਰੀਰਾਂ ਕਿਤਾਬਾਂ ਪੜ੍ਹ ਕੇ ਨਹੀਂ, ਮੈਂ ਉੱਥੇ ਜਾ ਕੇ ਕਰਨਾ ਪਿਆ, ਮੈਂ ਉੱਥੇ ਵੇਖ ਕੇ ਕਰਨਾ ਪਿਆ। ਬਾਬਾ ਗੁਨਾਹ ਹੈ, ਇੱਕ ਕੰਮ ਅਰਬੀ ਕਰਦਾ ਨਹੀਂ ਚੰਗਾ ਪਿਆ ਕਰਦਾ ਤੇ ਉਹਨੂੰ ਅਸੀਂ ਦਲੀਲ ਨਹੀਂ ਬਣਾਉਣੀ। ਸਫਾ ਮਰਵਾ ਤੇ ਗਿਆ, ਟਿੰਡ ਕਰਾਉਣ ਲੱਗਾ, ਮੈਂ ਉਹਨੂੰ ਡੱਕ ਲਿਆ, ਇੱਧਰ ਵੇਖਿਓ। ਮੈਂ ਕਿਹਾ ਮੌਲਵੀ ਜੀ ਗੱਲ ਸੁਣੋ, ਅਸੀਂ ਭਾਈ ਹਾਂ, ਲੜਾਈ ਕਾਹਦੀ ਹੈ, ਇੱਕ ਗੱਲ ਦੱਸੋ ਤੇ ਆਪਣੇ ਆਪਣੇ ਅਸੀਂ ਰੂਮ 'ਚ ਟੁੱਟ ਜਾਂਦੇ ਹਾਂ। ਮੈਨੂੰ ਕਹਿਣ ਲੱਗਾ ਮੌਲਵੀ ਜੀ ਦੱਸੋ, ਮੈਂ ਕਿਹਾ ਯਾਰ ਤੁਸੀਂ ਜੋ ਆਉਂਦੇ ਹੋ ਮਿਲਾਦ ਮਨਾਉਣਾ, ਬਿਦਤ ਦੇ ਸਾਹਬਾ ਨਹੀਂ ਮਨਾਇਆ, ਅਹਿਲੇ ਬੈਤ ਨਹੀਂ ਮਨਾਇਆ, ਨਬੀ ਪਾਕ ਆਪਣੀ 63 ਸਾਲਾ ਜ਼ਿੰਦਗੀ 'ਚ ਮਿਲਾਦ ਨਹੀਂ ਮਨਾਇਆ, ਇਹ ਇਤਰਾਜ਼ ਨੇ ਨਾ ਜੀ। ਮੈਂ ਕਿਹਾ ਮੌਲਵੀ ਜੀ ਮੈਨੂੰ ਇਮਾਨਦਾਰੀ ਨਾਲ ਦੱਸੋ, ਇਹ ਕਾਬੇ ਦਾ ਤਵਾਫ ਕਰਕੇ ਤੇ ਸਫਾ ਮਰਵਾ ਤੇ ਗਏ ਸੋ?
ਜਿਹੜਾ ਬੈਠਾ ਜਿਹੜਾ ਬੈਠਾ। ਹੁਣ ਕਈ ਬੰਦੇ ਰਜ਼ਵੀ ਸਾਹਿਬ ਪਤਾ ਕੀ ਸੋਚਦੇ ਪਏ ਨੇ, ਪਤਾ ਨਹੀਂ ਸੁਲਤਾਨੀ ਸਾਹਿਬ ਨੇ ਸ਼ੇਰ ਕਦੋਂ ਪੜ੍ਹਨੇ। ਮੈਨੂੰ ਪਤਾ ਮੈਂ ਬੰਦੇ ਵੇਖ ਰਿਹਾ, ਪਤਾ ਨਹੀਂ ਸੁਰ ਕਦੋਂ ਲਾਣੀ ਨੇ। ਉਹ ਕਸਮ ਖੁਦਾ ਦੀ ਆ, ਕਰੋੜਾਂ ਦੀਆਂ ਗੱਲਾਂ ਤੁਹਾਨੂੰ ਪਿਆ ਦੇਣ, ਇਹ ਨਿਚੋੜ ਪਿਆ ਤੁਹਾਨੂੰ ਦੇਣਾ ਨਿਚੋੜ। ਜੇ ਕੋਈ ਗੱਲ ਸੁਣੀ ਹੋਈ ਤੇ ਮੇਰੇ ਗਿਰੇ ਬਾਂਹ ਤੂੰ ਫੜ ਲਈ। ਤਵੱਜੋ, ਮੈਂ ਕਿਹਾ ਸਫਾ ਮਰਵਤ ਗਏ ਹੋ? ਕਹਿੰਦਾ ਕਿਬਲਾ ਗਏ ਆ। ਮੈਂ ਕਿਹਾ ਸੱਤ ਚੱਕਰ ਲਾਏ ਜੇ? ਕਹਿੰਦਾ ਲਾਏ ਨੇ। ਮੈਂ ਕਿਹਾ ਸਫਾ ਮਰਵਤ ਕਿਉਂ ਗਏ? ਕੌਣ ਗਿਆ? ਆਂਦਾ ਇੱਥੇ ਨਾ ਇੱਕ ਬੀਬੀ ਦੌੜੀ ਏ। ਹਾਏ 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 ਹਾਏ, ਇੱਕ ਖਤੂਨ ਦੌੜੀ ਏ। ਮੈਂ ਕਿਹਾ ਉਸ ਬੀਬੀ ਦਾ ਨਾਂ ਤੇ ਦੱਸੋ। ਆਂਦਾ ਨਾਂ ਜਨਾਬੇ ਹਾਜਰਾ ਵੇ। ਮੈਂ ਕਿਹਾ ਪੁੱਤਰ ਕੌਣ ਸੀ? ਆਂਦਾ ਪੁੱਤਰ ਇਸਮਾਇਲ ਸੀ। ਮੈਂ ਕਿਹਾ ਮੌਲਵੀ ਜੀ ਫਿਰ ਚੁੱਕੋ ਨਾ ਕੁਰਾਨ ਤੇ ਦੱਸੋ ਲੋਕਾਂ ਨੂੰ, ਓਏ ਜਿੱਥੇ ਮਾਈ ਹਾਜਰਾ ਦੌੜੇ ਅੱਲਾ ਨੂੰ ਉਹ ਦੌੜ ਏਡੀ ਪਸੰਦ ਆਉਂਦੀ ਏ। ਅੱਲਾ ਫਰਮਾਉਂਦਾ ਜਿੰਨਾ ਤੱਕ ਤੂੰ ਚੱਕਰ ਨਾ ਲਾਏ ਅਸਾਂ ਤੇਰਾ ਹੱਜ ਵੀ ਕਬੂਲ ਨਹੀਂ ਕਰਨਾ, ਤੇਰਾ ਉਮਰਾ ਵੀ ਕਬੂਲ ਨਹੀਂ ਕਰਨਾ। ਆਏ ਹਾਏ, ਜਿੰਨਾ ਤੱਕ ਇੱਥੇ ਨਾ ਜਾਵੇਂਗਾ ਅਸੀਂ ਕੋਈ ਕਬੂਲ ਨਹੀਂ ਕਰਾਂਗੇ, ਅਸੀਂ ਕੋਈ ਤੇਰੀ ਇਬਾਦਤ ਕਬੂਲ ਨਹੀਂ ਕਰਾਂਗੇ। ਇਸੇ ਵਾਸਤੇ ਆਲਾ ਹਜ਼ਰਤ ਇਮਾਮ ਅਹਿਮਦ ਰਜ਼ਾ ਫਾਜ਼ਲੇ ਬਰੇਲਵੀ ਰਹਿਮਤੁਲਾਹ ਅਲੈਹ ਨੇ ਕਲਮਾ ਉਠਾਈਏ, ਆ ਫਰਮਾਉਂਦੇ ਨੇ ਹਾਜੀਓ ਸ਼ਹਿਨਸ਼ਾਹ ਹਕਾ ਰੋਜ਼ਾ ਦੇਖੋ। ਸੱਜਾ ਹੱਥ ਬੁਲੰਦ ਕਰਕੇ ਇੱਕ ਵਾਰੀ ਨਬੀ ਦੇ ਨਾਂ ਦੇ ਹਾਜੀਓ ਸ਼ਹਿਨਸ਼ਾਹ ਹਕਾ ਰੋਜ਼ਾ। ਕਿਆ ਬਾਤ ਹੈ, ਕਿਆ ਬਾਤ ਹੈ, ਚੱਕ ਲਿਓ ਹਾਜੀਓ ਸ਼ਹਿਨਸ਼ਾਹ ਹਕਾ ਰੋਜ਼ਾ ਦੇਖੋ ਕਾਬਾ ਦਾ। ਹਜ਼ਰਾ ਜੁਮਲੇ ਸੁਣਿਆ ਨੇ, ਮੇਰੇ ਆਲਾ ਹਜ਼ਰਤ ਨੇ ਕਲਮ ਕਾ ਛੱਡੀਏ, ਮੇਰੇ ਆਲਾ ਹਜ਼ਰਤ ਨੇ ਕਲਮ ਦੀ ਮੋਹਰ ਲਾ ਛੱਡੀਏ। ਹਾਂ ਫਰਮਾਉਂਦੇ ਨੇ ਕਾਬਾ ਦੇਖੇ ਚੁਕੇ ਹਾਬੇ ਕਾਬੇ ਕਾਬਾ ਦੇਖੋ ਹੈ ਕਾਬਾ ਦੇਖੇ ਚੁਕੇ ਹਾਬੇ ਕਾਬੇ ਕਾਬਾ ਦੇਖੋ। ਜਨਾਬੇ ਆਦਮ ਅਲੈ ਸਲਾਮ ਆਏ ਨੇ, ਜਨਾਬੇ ਸ਼ੀਸ ਅਲੈ ਸਲਾਮ ਆਏ ਨੇ, ਜਨਾਬੇ ਯੂਸੁਫ ਅਲੈ ਸਲਾਮ ਆਏ ਨੇ, ਜਨਾਬੇ ਇਸਮਾਇਲ ਅਲੈ ਸਲਾਮ ਆਏ ਨੇ, ਜਨਾਬੇ ਇਬਰਾਹੀਮ ਅਲੈ ਸਲਾਮ ਆਏ ਨੇ, ਜਨਾਬੇ ਮੂਸਾ ਆਏ ਨੇ। ਕੋਈ ਕਲੀਮ ਉੱਲਾ ਬਣ ਕੇ ਆਇਆ ਏ, ਕੋਈ ਨਜੀ ਉੱਲਾ ਬਣ ਕੇ ਆਇਆ ਏ, ਕੋਈ ਸਫੀ ਉੱਲਾ ਬਣ ਕੇ ਆਇਆ ਏ। ਜਦੋਂ ਮੇਰੇ ਨਬੀ ਦੀ ਵਾਰੀ ਆਈ ਏ, ਅੱਲਾ ਨੇ ਫਰਮਾਇਆ ਸੋਹਣਿਆ ਤੂੰ ਕਲੀਮ ਵੀ ਏ, ਤੂੰ ਕਲੀਮ ਵੀ ਏ, ਤੂੰ ਖਲੀਲ ਵੀ ਏ, ਇਹਨਾਂ ਤੋਂ ਉੱਤੇ ਜਿਹੜਾ ਰੁਤਬਾ ਏ ਤੂੰ ਮੇਰਾ ਹਬੀਬ ਵੀ ਏ, ਤੂੰ ਮੇਰਾ ਹਬੀਬ ਵੀ ਏ, ਤੂੰ ਮੇਰਾ ਮੇਰਾ ਹਬੀਬ ਵੀ। ਆਓ ਹਜ਼ਰਾ ਜੁਮਲੇ ਸੁਣਿਆ ਰੇ, ਜਦੋਂ ਜ਼ਮਾਨਾ ਜਹਲੀਅਤ ਦੇ ਅੰਦਰ ਹਲੋਕਾਂ ਦੀਆਂ ਜ਼ਿੰਦਾ ਦਫਨ ਹੁੰਦੀਆਂ ਰਹੀਆਂ ਨੇ, ਹਲੋਕਾਂ ਪਿਓਵਾਂ ਨੂੰ ਮੱਕੇ ਦੀ ਮੰਡੀ ਅੰਦਰ ਫਰੋਖਤ ਕੀਤਾ ਜਾ ਰਿਹਾ ਏ, ਹਲੋਕਾਂ ਮਾਵਾਂ ਵਿਕਦੀਆਂ ਰਹੀਆਂ ਜੇ, ਹਲੋਕਾਂ ਦੀਆਂ ਜ਼ਿੰਦਾ ਦਫਨ ਹੁੰਦੀਆਂ ਰਹੀਆਂ ਨੇ। ਇੱਥੇ ਤੀਆਂ ਵੀ ਰੋਈਆਂ ਨੇ, ਇੱਧਰ ਵੇਖਣਾ, ਇੱਥੇ ਤੀਆਂ ਵੀ ਰੋਈਆਂ ਨੇ, ਇੱਥੇ ਮਾਂ ਵੀ ਰੋਈ ਏ, ਇੱਥੇ ਬਾਪ ਵੀ ਰੋਇਆ ਏ। ਆਂਦੇ ਨੇ ਮੌਲਾ
ਕਦੋਂ ਤੇਰਾ ਯਾਰ ਆਏਗਾ, ਕਦੋਂ ਤੇਰਾ ਮਹਿਬੂਬ ਆਏਗਾ, ਜਿਹੜਾ ਦੀਆਂ ਨੂੰ ਸੀਨੇ ਲਾ ਲਵੇਗਾ, ਜਿਹੜਾ ਮਾਵਾਂ ਨੂੰ ਸੀਨੇ ਲਾ ਲਵੇਗਾ, ਜਿਹੜਾ ਪਿਓਵਾਂ ਨੂੰ ਸੀਨੇ ਲਾ ਲਵੇਗਾ। ਅੱਜ ਗਲੀ ਗਲੀ ਸ਼ੋਰ ਏ, ਇਹ ਮਿਲਾਦ ਨਹੀਂ ਮਨਾਉਣਾ ਚਾਹੀਦਾ, ਇਹ ਝੰਡੀਆਂ ਨਹੀਂ ਲਾਉਣੀਆਂ ਚਾਹੀਦੀਆਂ। ਮੈਂ ਕਿਹਾ ਲੱਖ ਵਾਰੀ ਮਿਲਾਦ ਨਾ ਮਨਾ, ਮੈਂ ਕਿਹਾ ਲੱਖ ਵਾਰੀ ਝੰਡੀਆਂ ਨਾ ਮਨਾ, ਅੱਲਾ ਦੀ ਕਸਮ ਉਠਾ ਕੇ ਆਨਾ ਵਾ, ਇਸ ਮਹੀਨੇ ਉਹ ਨਬੀ ਆਇਆ ਜੇ ਜਿਹੜਾ ਆਪ ਵੀ ਨੂਰ ਨੂਰ ਬਣਾਉਣ ਆਇਆ, ਜਿਹੜਾ ਆਪ ਵੀ ਨੂਰ ਏ, ਤਵੱਜੋ ਤਵੱਜੋ, ਜਿਹੜਾ ਆਪ ਵੀ ਨੂਰ ਏ, ਜਿਹੜਾ ਨੂਰ ਬਣਾਉਣ ਆਇਆ ਏ, ਜਿਹੜਾ ਫਜ਼ਲ ਲੈ ਕੇ ਆਇਆ ਏ, ਜਿਹੜਾ ਕਰਮ ਲੈ ਕੇ ਆਇਆ ਏ, ਜਿਹੜਾ ਰਹਿਮਤ ਲੈ ਕੇ ਆਇਆ ਏ, ਜਿਹੜਾ ਫਜ਼ਲ ਲੈ ਕੇ ਆਇਆ ਏ। ਹਿੰਜ ਕੋਈ ਨਬੀ ਨਹੀਂ ਆਇਆ, ਹਿੰਜ ਕੋਈ ਰਸੂਲ ਨਹੀਂ ਆਇਆ, ਹਿੰਜ ਕੋਈ ਪੈਗੰਬਰ ਨਹੀਂ ਆਇਆ, ਹਿੰਜ ਕੋਈ ਨਬੀ ਨਹੀਂ ਆਇਆ। ਜਿਵੇਂ ਮੇਰਾ ਨਬੀ ਆਇਆ ਏ, ਜਿਵੇਂ ਮੇਰਾ ਆਕਾ ਆਇਆ ਏ, ਜਿਵੇਂ ਮੇਰਾ ਮੁਸਤਫਾ ਆਇਆ ਏ। ਇਧਰੋਂ ਚੰਨ ਚੜ ਗਿਆ ਵੇ, ਇਧਰੋਂ ਖੁਸ਼ੀਆਂ ਫੈਲ ਗਈਆਂ ਨੇ, ਇਧਰੋਂ ਚੰਨ ਚੜ ਗਿਆ ਵੇ, ਇਧਰੋਂ ਸੁੰਨੀਆਂ ਦੀਆਂ ਮਸਜਿਦਾਂ ਸਜ ਗਈਆਂ ਨੇ, ਇਧਰੋਂ ਚੰਨ ਚੜ ਗਿਆ ਵੇ, ਇਧਰੋਂ ਸੁੰਨੀਆਂ ਦੇ ਦਿਲ ਸਜ ਗਏ ਨੇ, ਇਧਰੋਂ ਗੁਲਾਮਾਂ ਨੂੰ ਚਾਹ ਚੜ ਗਏ ਨੇ। ਅੱਜ 678 ਨੇ ਮਹਿਫਲ ਕਰਾ ਗਏ, ਹਲਲ ਇਲਾਨ ਦੁਨੀਆਂ ਨੂੰ ਪੈਗਾਮ ਦੇ ਕੇ ਦੱਸੀ ਆਏ, ਚੰਨ ਚੜਿਆ ਚੰਨ ਚੜਿਆ ਚੰਨ ਚੜਿਆ ਚੰਨ ਚੜਿਆ ਹਾਮੀਨਾ ਦੇ, ਜਿਹਦਾ ਹੱਥ ਬੁਲੰਦ ਹੈ ਅੱਲਾ ਤੈਨੂੰ ਮਦੀਨੇ ਦੀ ਜ਼ਿਆਰਤ ਨਸੀਬ ਕਰੇ। ਉਹ ਬਜ਼ੁਰਗ ਨੌਜਵਾਨ ਹੱਥ ਬੁਲੰਦ ਕਰਕੇ ਚੰਨ ਚੜਿਆ, ਕਿਆ ਬਾਤ ਹੈ, ਮਜਮਾ ਵੇਖੋ ਯਾਰ, ਮਹਿਫਲ ਵੇਖੋ, ਚੰਨ ਚੜਿਆ ਹਾਮੀਨਾ ਦੇ, ਜਿਹਦਾ ਹੱਥ ਕੀਮਤੀ ਹੈ, ਜਿਹੜਾ ਚੌਧਰੀ ਹੈ ਹੱਥ ਥੱਲੇ ਰੱਖੇ, ਜਿਹੜਾ ਮੁਹੰਮਦ ਗੁਲਾਮ ਹੈ, ਅੱਜ ਪਿੰਡ ਵਿੱਚ ਹੱਥ ਚੁੱਕ ਕੇ ਆਖਿਆ ਰੇ, ਚੰਨ ਚੜਿਆ ਚੰਨ ਚੜਿਆ ਹਾਮੀਨਾ ਦੇ, ਲਾਲੇ ਦਾ ਹੋਏ ਤਸੀਲ ਪੀਰ ਮਹੱਲ ਵਾਲਿਆ ਨੰਬਰ ਲੈ ਗਿਆ ਏ, ਤੇਰਾ ਪਿੰਡ ਨੰਬਰ ਲੈ ਗਿਆ ਏ, ਹੱਥ ਚੁੱਕ ਗਈ ਆਖੋ, ਚੰਨ ਚੜਿਆ ਚੰਨ ਚੜਿਆ ਮਿਲ ਕੇ, ਚੰਨ ਚੜਿਆ ਹਾਮੀਨਾ ਦੇ, ਲਾਲੇ ਦਾ ਕੋਈ ਸੋਹਣਾ ਨਹੀਂ, ਆਏ ਕੋਈ ਸੋਹਣਾ ਨਹੀਂ, ਕੋਈ ਸੋਹਣਾ ਨਹੀਂ, ਇਸੇ ਸੋਹਣੇ ਦੇ ਨਾਲ ਦਾ ਹੈ, ਕੋਈ ਸੋਹਣਾ ਨਹੀਂ, ਕੋਈ ਸੋਹਣਾ ਨਹੀਂ, ਕਦੀ ਜਾ ਸੋਹਣਾ ਨਹੀਂ, ਇਸੇ ਸੋਹਣੇ ਦੇ ਨਾਲ ਦਾ ਹੈ, ਕੋਈ ਸੋਹਣਾ ਜਿਹਨੂੰ ਚਾਹ ਚੜ ਗਿਆ, ਜਿਹਦਾ ਦਿਲ ਮਹਿਕ ਗਿਆ, ਜਿਹਦੇ ਅੰਦਰ ਸਕੂਨ ਆ ਗਿਆ, ਜਿਹਨੂੰ ਪਤਾ ਨਵੀਂ ਆ ਗਏ,
ਹਾਏ ਜਿਹਨੂੰ ਪਤਾ ਮੁਹੰਮਦ ਆ ਗਏ ਨੇ ਜਿਹਨੂੰ ਪਤਾ ਅਹਿਮਦ ਆ ਗਏ ਨੇ ਜਿਹਨੂੰ ਪਤਾ ਮੁਸਤਫਾ ਆ ਗਏ ਨੇ ਜਿਹਨੂੰ ਪਤਾ ਮੇਰਾ ਸੋਹਣਾ ਮਾਹੀ ਆ ਗਿਆ ਏ ਹਾਏ ਮੇਰਾ ਨਬੀ ਆਇਆ ਏ ਬਾਬਾ ਜੀ ਮਾਵਾਂ ਦੀਆਂ ਪੈਰਾਂ ਥੱਲੇ ਜੰਨਤ ਆਈ ਆ ਰਿਜ਼ਵੀ ਜੁਮਲੇ ਸੁਣਨੇ ਨੀ ਹਾਏ ਮੇਰਾ ਨਬੀ ਆਇਆ ਏ ਅਸੀਂ ਕਿਵੇਂ ਮਿਲਾਦ ਨਾ ਮਨਾਈਏ ਅਸੀਂ ਕਿਵੇਂ ਜਲੂਸ ਨਾ ਕੱਢੀਏ ਅਸੀਂ ਕਿਵੇਂ ਨਾਰੇ ਨਾ ਮਾਰੀਏ ਅੱਜ ਪਿਓਵਾਂ ਨੂੰ ਇੱਜ਼ਤ ਮਿਲੀ ਆ ਹੇ ਮਿਲਾਦ ਵਾਲੇ ਨਬੀ ਦੇ ਸਦਕੇ ਮਿਲੀ ਆ ਅੱਜ ਮਾਂ ਦੀਆਂ ਪੈਰਾਂ ਥੱਲੇ ਜੰਨਤ ਆ ਗਈ ਜਦੋਂ ਮੇਰਾ ਨਬੀ ਆਇਆ ਏ ਹੇ ਬਾਪ ਜੰਨਤ ਦਾ ਦਰਵਾਜ਼ਾ ਬਣ ਗਿਆ ਜਦੋਂ ਮੇਰਾ ਨਬੀ ਆਇਆ ਏ ਹੇ ਚੱਕ ਵਾਲੀਓ ਅੱਲਾ ਨੇ ਤੀਆਂ ਨੂੰ ਰਹਿਮਤ ਬਣਾ ਛੱਡਿਆ ਕੋਈ ਸੋਹਣਾ ਨਹੀਂ ਹੁਣ ਮਿਲ ਕੇ ਆਖਣੇ ਇੱਕ ਵਾਰੀ ਗਵਾਈ ਦੇ ਕੇ ਕੋਈ ਸੋਹਣਾ ਨਹੀਂ ਇਸੇ ਐਡਾ ਵੱਡਾ ਪਿੰਡ ਐਡਾ ਵੱਡਾ ਕੋਈ ਸੋਹਣਾ ਨਹੀਂ ਇਸੇ ਸੋਹਣੇ ਦੇ ਨਾਲ ਦਾ ਚੰਨ ਚੜਿਆ ਇੱਕ ਵਾਰੀ ਤੁਹਾਡੀ ਆਵਾਜ਼ ਆਵੇ ਚੰਨ ਚੜਿਆ ਚੰਨ ਚੜਿਆ ਆਮੀਨਾ ਦੇ ਅੱਲਾ ਕੁਰਾਨ ਵਿੱਚ ਫਰਮਾ ਰਿਹਾ ਕਾਦੀ ਜੈ ਕੁਰਾਨ ਸੁਣ ਕੇ ਕਹਿੰਦੇ ਹੋ ਕਿ ਨਹੀਂ ਸੁਭਾਨ ਅੱਲਾ ਕਾਦੀ ਜੈ ਆਕੁਮ ਮਿਨ ਅੱਲਾਹਿ ਨੂਰੂ ਕਿਤਾਬ ਮੁਬੀਨ ਫਰਮਾਇਆ ਅਲਬਤਾ ਤਹਕੀਕ ਅੱਲਾ ਦੀ ਤਰਫੋਂ ਤੁਹਾਡੇ ਵੱਲ ਕੁਰਾਨ ਕੁਰਾਨ ਅੱਲਾ ਦੀ ਤਰਫੋਂ ਤੁਹਾਡੇ ਵੱਲ ਦੋ ਚੀਜ਼ਾਂ ਆਈਆਂ ਨੇ ਮੈਂ ਕਿਹਾ ਮੌਲਾ ਇਹ ਦੋ ਚੀਜ਼ਾਂ ਕਿਹੜੀਆਂ ਆਈਆਂ ਨੇ ਅੱਲਾ ਨੇ ਫਰਮਾਇਆ ਲੋਕੋ ਇੱਕ ਕਿਤਾਬ ਆਈਏ ਇੱਕ ਨੂਰ ਆਇਆ ਇੱਕ ਕਿਤਾਬ ਆਈ ਏ ਇੱਕ ਨੂਰ ਆਇਆ ਏ ਇੱਕ ਕਿਤਾਬ ਆਈ ਏ ਇੱਕ ਨੂਰ ਆਇਆ ਏ ਹੋਏ ਚੱਕ ਵਾਲੀਓ ਕਿਤਾਬ ਤੋਂ ਮੁਰਾਦ ਕੁਰਾਨੇ ਪਾ ਕੇ ਨੂਰ ਤੋਂ ਮੁਰਾਦ ਨਬੀ ਪਾ ਕੇ ਨਾਰੇ ਤਕਬੀਰ ਸਰਕਾਰ ਕੀ ਆਮਦ ਆਕਾ ਕੀ ਆਮਦ ਦਾਤਾ ਕੀ ਆਮਦ ਮੱਕੀ ਕੀ ਆਮਦ ਮਦਨੀ ਕੀ ਆਮਦ ਬਹਾ ਕੀ ਆਮਦ ਯਾਸੀਨ ਕੀ ਆਮਦ ਆਮਦੇ ਮੁਸਤਫਾ ਜੀ ਤਵੱਜੋ ਕਰਿਓ ਜੀ ਜਿਹਨੂੰ ਲੁਤਫ ਆਇਆ ਉਹ ਬੋਲੇ ਸੁਭਾਨ ਅੱਲਾ ਤੇਰਾ ਪੂਰਾ ਪਿੰਡ ਰਾਜ਼ੀ ਅੱਲਾ ਤੁਹਾਨੂੰ ਜ਼ਿੰਦਗੀ ਦੇ ਬਾਬਾ ਅੱਲਾ ਤੁਹਾਨੂੰ ਜ਼ਿੰਦਗੀ ਦੇ ਸੋਹਣਾ ਪਸੰਦ ਜਿਸ ਰਾਤ ਕਮਲੀ ਵਾਲੇ ਨੇ ਆਉਣਾ ਸੀ ਨਾ ਸੁਣਾ ਦਿਆ ਮਿਲਾਦ ਹਜ਼ੂਰ ਪਾਕ ਦਾ ਜਿਸ ਰਾਤ ਹਜ਼ੂਰ ਨੇ ਆਉਣਾ ਸੀ ਨਾ 12 ਰਬੀਉਲ ਅਵਲ ਸੀ ਕਿਹੜੀ 11 ਤੇ 12 ਦੀ ਦਰਮਿਆਨੀ ਰਾਤ ਜਿਹਨੂੰ ਸ਼ਬੇ ਨੂਰ ਵੀ ਕਿਹਾ ਜਾਂਦਾ ਹੈ 11 ਤੇ 12 ਦੀ ਦਰਮਿਆਨੀ ਰਾਤ ਸਰਗੀ ਦਾ ਵੇਲਾ ਹੈ ਗੱਲ ਸੁਣਿਓ ਜਨਾਬੇ ਆਮੀਨਾ ਫਰਮਾਉਂਦੀਆਂ ਨੇ ਮੈਂ ਕਮਰੇ ਚ ਇਕੱਲੀ ਸਾਂ ਮਹਿਬੂਬ ਦੇ ਆਉਣ ਦਾ ਵੇਲਾ ਸੀ
ਅੱਜ ਕੁਝ ਲੈ ਕੇ ਜਾਈ ਯਾਰ, ਜੇ ਤੇਰੇ ਦਿਲ ਵਿੱਚ ਸੱਟ ਵੱਜ ਗਈ ਤੇ ਤੂੰ ਆਖੀ ਵੀ ਗੱਲ ਅੰਦਰ ਟੁੱਟ ਗਈ ਏ। ਬਾਬਾ ਸਰਗੀ ਦਾ ਵੇਲਾ, ਉਸ ਵੇਲੇ ਨੂੰ ਨਾ ਮੈਂ ਨਾ ਨੂਰ ਪੀਰ ਦਾ ਵੇਲਾ। ਕਿਹੜਾ ਵੇਲਾ, ਕਿਹੜਾ ਵੇਲਾ? ਰਜਵੀ ਸਾਹਿਬ ਸਾਡੇ ਦਾਦੇ ਨੇ ਆਖਣਾ ਕਰਨਾ ਪੁੱਤਰੋ ਉੱਠ ਖਲੋ, ਉਹ ਨੂਰ ਪੀਰ ਦਾ ਵੇਲਾ ਹੋ ਗਿਆ ਜੀ। ਤੁਹਾਡੇ ਪਿੰਡ ਵੀ ਇਹੀ ਆਉਂਦੇ ਨੇ ਕਿ ਹੋਰ ਕੋਈ ਜਾਂਦੇ ਨੇ ਨੂਰ ਪੀਰ ਦਾ? ਇਹ ਅਜ਼ਾਨਾਂ ਤੋਂ ਪਹਿਲਾਂ ਦਾ ਟਾਈਮ, ਫਜਰ ਦੀਆਂ ਅਜ਼ਾਨਾਂ ਤੋਂ ਪਹਿਲਾਂ ਦਾ ਟਾਈਮ, ਨੂਰ ਪੀਰ ਦਾ ਵੇਲਾ। ਦਾਦੇ ਨੇ ਆਖਣਾ ਪੁੱਤਰ ਉੱਠ ਖਲਾ, ਨੂਰ ਪੀਰ ਦਾ ਵੇਲਾ। ਉਹ ਤੂੰ ਸਮਝ ਨਾ ਆਉਣੀ ਵੀ ਨੂਰ ਪੀਰ ਦਾ ਵੇਲਾ ਕੀ ਹੈ। ਜਦੋਂ ਨਬੀ ਦੀ ਸੀਰਤ ਪੜ੍ਹੀ ਨਾ, ਜਦੋਂ ਪੜ੍ਹਿਆ ਨਾ ਕਿ ਨਬੀ ਪਾਕ ਕਦੋਂ ਦੁਨੀਆਂ 'ਤੇ ਆਏ ਨੇ, ਹਜ਼ੂਰ ਮੱਕੇ ਦੇ ਅੰਦਰ ਜਨਾਬੇ ਅਬਦੁਲ ਮੁਤਲਬ ਦੀ ਹਵੇਲੀ ਕਦੋਂ ਆਏ ਨੇ। ਬਾਬਾ ਜੁਮਲੇ ਸੁਣਿਆ ਜੀ, ਸਰਗੀ ਦਾ ਵੇਲਾ ਸੀ, ਫਜਰ ਦੀਆਂ ਅਜ਼ਾਨਾਂ ਤੋਂ ਪਹਿਲਾਂ ਦਾ ਟਾਈਮ ਸੀ, ਤਹੱਜਦ ਦਾ ਟਾਈਮ। ਜਨਾਬੇ ਆਮੀਨਾ ਫਰਮਾਉਂਦੀਆਂ ਨੇ ਕਿ ਮੈਨੂੰ ਇੰਜ ਲੱਗਾ ਕਿ ਜਿਵੇਂ ਵਿਲਾਦਤ ਦਾ ਵਕਤ ਕਰੀਬ ਹੈ। ਤਵੱਜੋ ਫਰਮਾਇਆ ਜੇ, ਇਮਾਮ ਜਲਾਲੁਦੀਨ ਸਯੂਤੀ ਅਲ ਖਸਾਇਸ ਅਲ ਕੁਬਰਾ ਨੰਬਰ 2 ਸ਼ਿਫਾ ਸ਼ਰੀਫ ਕਾਜ਼ੀ ਅਯਾਜ਼ ਮਾਲਕੀ ਰਹਿਮਤੁਲਾਹ ਅਲੈਹ। ਮੈਂ ਕਿਤਾਬਾਂ ਦੇ ਹਵਾਲੇ ਦਿੱਤੇ ਨੇ ਤੇ ਕਿਤਾਬਾਂ ਕੋਲ ਵੀ ਨੇ, ਵਿਖਾਣ ਨੂੰ ਵੀ ਤਿਆਰ ਹਾਂ। ਮੈਂ ਤੇ ਕੋ ਆਖੇ ਮੌਲਵੀ ਕੋਲੋਂ ਗੱਲ ਕਰ ਗਿਆ, ਬਾਬਾ ਇਮਾਮ ਜਲਾਲੁਦੀਨ ਸਯੂਤੀ ਪਤਾ ਕੌਣ ਇਹ ਬੰਦਾ? ਇਮਾਮ ਜਲਾਲੁਦੀਨ ਸਯੂਤੀ ਇਹ ਉਹ ਬੰਦਾ ਹੀ ਜਿਹਨੇ 70 ਤੋਂ ਜ਼ਿਆਦਾ ਵਾਰੀ ਜਾਗਦਿਆਂ ਮੁਸਤਫਾ ਦੀ ਜ਼ਿਆਰਤ ਕੀਤੀ ਹੋਈ ਹੈ। ਆਏ ਹਾਏ ਹਾਏ, ਹਜ਼ੂਰ ਦੀ ਜ਼ਿਆਰਤ ਕੀਤੀ ਹੈ, ਜਾਗਦਿਆਂ ਜਾਗਦਿਆਂ ਨਬੀ ਪਾਕ ਨੂੰ ਵੇਖਿਆ। ਇਮਾਮ ਜਲਾਲੁਦੀਨ ਸਯੂਤੀ ਗੱਲ ਸੁਣਿਓ ਜੀ, ਆਪ ਲਿਖਦੇ ਨੇ ਕਿ ਜਨਾਬੇ ਆਮੀਨਾ ਫਰਮਾਉਂਦੀਆਂ ਨੇ ਕਮਰੇ 'ਚ ਬੀਬੀ ਕੋਈ ਨਹੀਂ ਸੀ। ਬਾਬੇ ਜੁਮਲੇ ਸੁਣਿਓ, ਮੈਂ ਪਰੇਸ਼ਾਨ ਹੋਈ, ਆਸਮਾਨ ਵੱਲ ਵੇਖ ਕੇ ਆਨੀਆਂ ਮੌਲਾ ਮਹਬੂਬ ਦੇ ਆਉਣ ਦਾ ਵੇਲਾ ਤੇ ਬੀਬੀ ਕੋਲ ਕੋਈ ਨਹੀਂ। ਉੱਥੋਂ ਆਵਾਜ਼ ਆਈ, ਆਮੀਨਾ ਘਬਰਾ ਨਾ ਯਾਰ, ਸਾਡਾ ਇੰਤਜ਼ਾਮ ਹੀ ਅਸੀਂ ਕਰਾਂਗੇ। ਆਏ ਹਾਏ ਹਾਏ, ਜੀ ਜੀ ਯਾਰ, ਸਾਡਾ ਇੰਤਜ਼ਾਮ ਹੀ ਅਸੀਂ ਕਰਾਂਗੇ, ਇੰਤਜ਼ਾਮ ਹੀ ਅਸੀਂ ਕਰਾਂਗੇ। ਬਾਬਾ ਜੁਮਲੇ ਸੁਣਿਆ ਜੀ, ਗੱਲ ਬੜੀ ਵੱਡੀ ਦੇਣ ਲੱਗਾ। ਜਦੋਂ ਇੰਨੀ ਗੱਲ ਕੀਤੀ ਨਾ ਤੇ ਜਨਾਬੇ ਆਮੀਨਾ ਫਰਮਾਉਂਦੀਆਂ ਨੇ ਹਜੇ 10 ਮਿੰਟ ਨਹੀਂ ਗੁਜ਼ਰੇ, ਥੋੜ੍ਹਾ ਜਿਹਾ ਵਕਤ ਨਹੀਂ ਗੁਜ਼ਰਿਆ ਤੇ 4 ਬੀਬੀਆਂ। ਆਏ ਹਾਏ ਹਾਏ, ਕਿੰਨੀਆਂ ਬੀਬੀਆਂ ਬੋਲਿਆ ਜੇ, ਕਿੰਨੀਆਂ ਬੀਬੀਆਂ? 4 ਬੀਬੀਆਂ ਮੇਰੇ ਕਮਰੇ 'ਚ ਆ ਗਈਆਂ, ਮੁਸਤਫਾ ਆ ਰਹੇ ਨੇ। ਆਏ ਹਾਏ ਹਾਏ, ਮੁਸਤਫਾ ਕੌਣ ਆ ਰਹੇ ਨੇ? ਮੁਸਤਫਾ ਕੌਣ ਆ ਰਹੇ ਨੇ? ਮੁਸਤਫਾ ਇਸੇ ਵਾਸਤੇ ਆ ਲਲਗੀ ਲਾਣ ਹਜ ਚੱਕ ਵਿੱਚ ਬਹਿ ਕੇ ਜਾਮਿਆ ਮਸਜਿਦ 'ਚ ਬਹਿ ਕੇ ਸੁਲਤਾਨੀ ਤੇਰੇ ਮਜਮੇ ਨੂੰ ਕਹਿ ਰਿਹਾ ਏ ਮੁਸਤਫਾ ਆਏ। ਜਿਹਦਾ ਹੱਥ ਥੱਲੇ ਵੇ ਉਹਦਾ ਹੱਥ ਚੁੱਕ ਗਏ, ਫੜ ਕੇ ਚੁੱਕਣਾ ਈ ਮੁਸਤਫਾ ਆਏ। ਦੋਹਾਂ ਪੈ ਗਈਆਂ, ਉਹ ਪਿੱਛੇ ਵਾਲੇ ਦੇ ਨੰਬਰ ਲੈ ਗਏ ਜੇ, ਹਾਏ ਮੁਸਤਫਾ ਆਏ। ਦੋਹਾਂ ਪੈ ਗਈਆਂ ਮੁਸਤਫਾ, ਸਾਰਾ ਚੰਗ ਬੈਠਾ ਵੇ ਮੁਸਤਫਾ ਆਏ। ਦੋਹਾਂ ਪੈ ਗਈਆਂ ਨਬੀ ਦੇ ਗੁਲਾਮਾਂ ਮੁਸਤਫਾ ਆਏ। ਦੋਹਾਂ ਪੈ ਗਈਆਂ ਮੁਸਤਫਾ ਆਏ, ਦੋਹਾਂ ਪੈ ਗਈਆਂ ਰੱਬ ਅੱਗੇ ਸਜਦੇ। ਹਦਾਇਆ ਪੈ ਗਈਆਂ ਰੱਬ ਅੱਗੇ ਸਜ
ਨਬੀ ਦੀ ਅੰਮੀ ਫਰਮਾਉਂਦੀਆਂ ਨੇ ਹੁਣ ਜਾ ਕੇ ਬਈ ਨਬੀ ਦੀ ਅੰਮੀ ਫਰਮਾਉਂਦੀਆਂ ਨੇ ਮੇਰੇ ਵੇੜੇ ਚਾਰ ਬੀਬੀਆਂ ਆਈਆਂ ਨੇ ਮੇਰੇ ਕਮਰੇ 'ਚ ਚਾਰ ਬੀਬੀਆਂ ਆਈਆਂ ਨੇ ਚਾਰ ਬੀਬੀਆਂ ਜਦੋਂ ਸਾਹਮਣੇ ਆਈਆਂ ਨੇ ਇੱਕ ਨੂੰ ਮੈਂ ਪੁੱਛਣੀ ਆ ਤੂੰ ਕੌਣ ਆਖ ਲੱਗੀ ਅਮੀਨਾ ਮੈਂ ਆਦਮ ਦੀ ਬੀਵੀ ਹਵਾ ਹਾਏ ਹਾਏ ਜਿਹੜਾ ਚੁੱਪ ਰਵੇ ਉਹਦੀ ਮਰਜ਼ੀ ਜਿਹੜਾ ਚੁੱਪ ਰਵੇ ਉਹਦੀ ਮਰਜ਼ੀ ਅੱਜ ਸੁਲਤਾਨੀ ਤੇਰੀ ਮਸਜਿਦ 'ਚ ਪੈਗਾਮ ਦੇ ਚੱਲਾ ਏ ਦੂਸਰੀ ਬੀਬੀ ਨੂੰ ਪੁੱਛਿਆ ਨੀ ਤੂੰ ਕੌਣ ਫਰਮਾਇਆ ਮੇਰਾ ਨਾਂ ਹਾਜਰਾ ਏ ਮੈਂ ਇਬਰਾਹੀਮ ਨਬੀ ਦੀ ਬੀਵੀ ਆ ਤੀਸਰੀ ਨੂੰ ਪੁੱਛਿਆ ਨੀ ਤੂੰ ਕੌਣ ਫਰਮਾਇਆ ਮੇਰਾ ਨਾਂ ਹਜ਼ਰਾ ਜੁਮਲੇ ਸੁਣਿਆ ਨੇ ਮੇਰਾ ਨਾਂ ਆਸੀਆ ਏ ਮੈਂ ਫਿਰੌਨ ਦੀ ਬੀਵੀ ਆ ਚੌਥੀ ਨੂੰ ਪੁੱਛਿਆ ਨੀ ਤੂੰ ਕੌਣ ਫਰਮਾਇਆ ਮੈਂ ਮਰੀਆਮਾ ਈਸਾ ਦੀ ਅੰਮਾ ਈਸਾ ਦੀ ਅੰਮਾ ਵਾ ਤਵੱਜੋ ਕਰੀਆਂ ਜੀ ਈਸਾ ਦੀ ਮਾਂ ਮਰੀਆਮ ਵੀ ਆਈ ਆ ਫਿਰੌਨ ਦੀ ਬੀਵੀ ਆਸੀਆ ਵੀ ਆਈ ਆ ਇਬਰਾਹੀਮ ਦੀ ਬੀਵੀ ਹਾਜਰਾ ਵੀ ਆਈ ਆ ਆਦਮ ਦੀ ਬੀਵੀ ਹਵਾ ਵੀ ਆਈ ਆ ਨਬੀ ਦੀ ਅੰਮੀ ਆਉਂਦੀਆਂ ਨੇ ਕਿਵੇਂ ਆਈਆਂ ਸਾਰੀਆਂ ਬੀਬੀਆਂ ਹੱਥ ਬਣ ਕੇ ਕਹਿਣ ਲੱਗੀਆਂ ਨਹੀਂ ਅਮੀਨਾ ਅਸੀਂ ਤੇਰੇ ਪੁੱਤਰ ਮੁਹੰਮਦ ਦੀਆਂ ਦਾਈਆਂ ਬਣ ਕੇ ਆਈਆਂ ਅਸੀਂ ਤੇਰੇ ਪੁੱਤਰ ਦੀਆਂ ਸੋਹਣੀ ਸੋਹਣੀ ਅੱਜ ਸੁਣੀ ਅਸੀਂ ਤੇਰੇ ਬੱਚੇ ਦੀਆਂ ਦਾਈਆਂ ਬਣ ਕੇ ਆਈਆਂ ਇਹਨਾਂ ਇਮਾਨਦਾਰੀ ਨਾ ਦੱਸਿਆ ਜਿੰਦੀ ਦਾਈਆਂ ਦੀ ਇੰਨੀ ਸ਼ਾਨ ਜਿਨ੍ਹਾਂ ਦੀਆਂ ਦਾਈਆਂ ਦੀ ਇੰਨੀ ਸ਼ਾਨ ਉਸ ਨਬੀ ਦੀ ਸ਼ਾਨ ਕੀ ਹੋਵੇਗੀ ਉਸ ਆਗਾ ਦੀ ਸ਼ਾਨ ਕੀ ਹੋਵੇਗੀ ਉਸ ਸੋਹਣੇ ਦੀ ਸ਼ਾਨ ਕੀ ਹੋਵੇਗੀ ਹਜ਼ਰਾ ਜੁਮਲੇ ਜ਼ਾਇਆ ਨਾ ਕਰਿਆ ਰੇ ਮੇਰੇ ਨਬੀ ਮਾਂ ਦੀ ਗੋਦ ਵਿੱਚ ਆ ਗਏ ਨੇ ਜਨਾਬੇ ਆਮੀਨਾ ਆਉਂਦੀਆਂ ਨੇ ਮੈਂ ਵੇਖ ਕੇ ਹੈਰਾਨ ਹੋ ਗਈਆਂ ਆਉਂਦੀਆਂ ਹੀ ਮੇਰੇ ਪੁੱਤਰ ਨੇ ਆ ਜੁਮਲਾ ਸੁਣਿਓ ਆਉਂਦੀਆਂ ਹੀ ਮੇਰੇ ਬੱਚੇ ਨੇ ਸਿਰ ਸਜਦੇ ਅੰਦਰ ਰੱਖਿਆ ਏ ਲਬੇ ਮੁਸਤਫਾ ਹਿਲਦੇ ਪਏ ਨੇ ਲਬੇ ਨਬੀ ਹਿਲਦੇ ਪਏ ਨੇ ਹੋਏ ਥੁੰਨੀ ਤੈਨੂੰ ਲੱਖ ਮੁਬਾਰਕ ਹੋਏ ਤੈਨੂੰ ਕਰੋੜ ਮੁਬਾਰਕ ਹੋਏ ਜੇ ਜ ਕੋਈ ਪੜ ਗਿਆ ਮੈਨੂੰ ਮੈਂਬਰ ਤੋਂ ਥੱਲੇ ਲਾ ਲਈ ਹੋਏ ਮੇਰਾ ਨਬੀ ਲਬ ਹਲਾ ਰਿਹਾ ਏ ਪਹਿਲੇ ਦਿਨ ਦਾ ਨਬੀ ਏ ਹਜੇ ਪਹਿਲੇ ਦਿਨ ਵੀ ਲਾਦਤ ਹੋਈ ਆ ਹੋਏ ਚਾਕੀ 678 ਬਦਾ ਵਿੱਚ ਬੈਣ ਵਾਲਿਆ ਹੋਏ ਮੇਰੇ ਨਬੀ ਲਬ ਹਿਲਾ ਰਹੇ ਨੇ ਲਬਾਂ ਵਿੱਚੋਂ ਆਵਾਜ਼ ਆ ਰਹੀ ਏ ਯਾ ਰੱਬੀ ਹਬਲੀ ਉਮਤੀ ਯਾ ਰੱਬੀ ਹਬਲੀ ਉਮਤੀ ਉਮਤੀ ਯਾ ਅੱਲਾ ਮੇਰੀ ਉਮਤ ਨੂੰ ਮਾਫੀ ਦੇ ਦੇ ਯਾ ਅੱਲਾ ਮੇਰੀ ਉਮਤ ਨੂੰ ਮਾਫੀ ਦੇ ਦੇ ਹਜੇ ਆਉਂਦੇ ਨੇ 40 ਸਾਲ ਤੋਂ ਬਾਅਦ ਨਬੀ ਨੂੰ ਪਤਾ ਲੱਗਾ ਮੈਂ ਨਬੀ ਹਾਂ ਮੈਂ ਕਿਹਾ ਨਾ ਨਾ ਮੌਲਵੀ ਜੀ ਨਬੀ ਮਾਂ ਦੇ ਪੇਟ ਵਿੱਚ ਵੀ ਨਬੀ ਆਉਂਦਾ ਹੈ ਤਵੱਜੋ ਜੀ ਨਬੀ ਮਾਂ ਦੀ ਪੇਟ ਵਿੱਚ ਵੀ ਨਬੀ ਏ ਨਬੀ ਗੋਦ ਵਿੱਚ ਵੀ ਨਬੀ ਏ ਮੇਰੇ ਨਬੀ ਨੇ ਫਰਮਾਇਆ ਸੁਣੋ ਹਜੇ ਆਦਮ ਦਾ ਗਾਰਾ ਦੁਨੀਆ ਜਾ ਰਿਹਾ ਸੀ ਹਜੇ ਆਦਮ ਮਿੱਟੀ ਤੇ ਪਾਣੀ ਦੇ ਦਰਮਿਆਨ ਸੀ ਫਰਮਾਇਆ ਮੈਂ ਉਦੋਂ ਵੀ ਨਬੀ ਸਾਂ ਫਰਮਾਇਆ ਮੈਂ ਉਦੋਂ ਵੀ ਨਬੀ ਸਾਂ ਹਾਏ ਮੈਨੂੰ ਇਮਾਨਦਾਰੀ ਨਾ ਦੱਸਿਆ ਰੇ ਜਦੋਂ ਸੋਨਾ ਆਇਆ ਨਬੀ ਦੀ ਅੰਮੀ ਫਰਮਾਉਂਦੀਆਂ ਨੇ ਜੁਮਲਾ ਜ਼ਾਇਆ ਨਾ ਕਰੀਆਂ ਨਬੀ ਦੀ ਅੰਮੀ ਆਉਂਦੀਆਂ ਨੇ ਮੈਂ ਵੇਖ ਕੇ ਹੈਰਾਨ ਹੋ ਗਈ ਇੰਜ ਲੱਗਦਾ ਜਿਵੇਂ ਮੇਰੀ ਕੁੱਲੀ ਜਗ ਮਗ ਜਗ ਮਗ ਜਗ ਮਗ ਇੱਧਰ ਸੋਨਾ ਯਾਰ ਜਿਵੇਂ ਮੇਰੀ ਕੁੱਲੀ ਜਗ ਮਗ ਵੀ ਕਰਦੀ ਏ ਮੇਰੀ ਕੁੱਲੀ
ਗੁੱਲੀ ਵਿੱਚ ਨੂਰ ਆਇਆ ਏ, ਮੇਰੀ ਗੁੱਲੀ ਵਿੱਚ ਸਰੂਰ ਆਇਆ ਏ, ਮੇਰੀ ਗੁੱਲੀ ਵਿੱਚ ਰਹਿਮਤ ਆ ਗਈ ਏ, ਮੇਰੀ ਗੁੱਲੀ ਵਿੱਚ ਫਜ਼ਲ ਆ ਗਿਆ ਏ। ਸੁਣੋ ਚੱਗ ਵਿੱਚ ਬਹਿਣ ਵਾਲਿਆ, ਹੱਲਾ ਦੀ ਕਸਮ ਵੱਡੇ ਜੁਮਲੇ ਦੇਣ ਲਗਾ, ਹਲਲ ਇਲਾਨ ਜੁਮਲੇ ਦੇਣ ਲਗਾ। ਅੱਜ ਮੁਹੰਮਦ ਆਇਆ ਰੇ, ਅੱਜ ਸੁਣਿਓ ਇੱਧਰ ਵੇਖਿਓ, ਅੱਜ ਨਬੀ ਆਇਆ ਰੇ, ਅੱਜ ਰਹਿਮਤੁਲੀ ਲਾਲ ਅਮੀਨ ਆਇਆ ਰੇ, ਅੱਜ ਨਬੀਆਂ ਦਾ ਸਰਦਾਰ ਆਇਆ ਰੇ। ਆ ਸਾਹਮਣੇ ਬਹਿਣ ਵਾਲੇ ਇੱਧਰ ਵੇਖੋ, ਅੱਜ ਨਬੀਆਂ ਦਾ ਸਰਦਾਰ ਆਇਆ ਰੇ, ਅੱਜ ਨਬੀਆਂ ਦਾ ਇਮਾਮ ਆਇਆ ਰੇ। ਸਾਰੇ ਰਸਤੇ ਵਿੱਚ ਦੁਆ ਦਿਆਂਗਾ, ਜੇ ਜੁਮਲਾ ਸੁਣ ਕੇ ਬੋਲੇਗਾ, ਹਾਏ ਨਬੀ ਦੀ ਅੰਮੀ ਆਉਂਦੀਆਂ ਨੇ, ਹਿੰਜ ਲੱਗਦਾ ਏ ਜਿਵੇਂ ਆਸਮਾਨ ਤੋਂ ਸਿਤਾਰੇ ਟੁੱਟ ਟੁੱਟ ਕੇ ਮੇਰੀ ਹਵੇਲੀ ਆ ਰਹੇ ਨੇ, ਮੇਰੇ ਕਦਮਾਂ 'ਚ ਆ ਰਹੇ ਨੇ, ਤੇ ਮੈਨੂੰ ਮੁਬਾਰਕਾਂ ਪੇ ਦਿੰਦੇ ਨੇ। ਆਂਦੇ ਨੇ ਆਮੀਨਾ ਤੈਨੂੰ ਲੱਖ ਮੁਬਾਰਕ ਹੋਵੇ, ਤੇਰੇ ਵੇੜੇ ਅੱਲਾ ਦਾ ਯਾਰ ਆ ਗਿਆ। ਜੀਓ ਸੁਲਤਾਨੀ ਸਾਹਿਬ ਜ਼ਿੰਦਾਬਾਦ। ਓਏ ਤਾਰੇ ਟੁੱਟ ਟੁੱਟ ਕੇ ਪਏ ਹੁੰਦੇ ਨੇ, ਤਾਰੇ ਟੁੱਟ ਟੁੱਟ ਕੇ ਪਏ ਹੁੰਦੇ ਨੇ, ਇਮਾਮ ਜਲਾਲੁਦੀਨ ਸਿਊਤੀ ਲਿਖਿਆ, ਤਾਰੇ ਵੀ ਮੁਬਾਰਕਾਂ ਪੇ ਦਿੰਦੇ ਨੇ। ਆਮੀਨਾ ਤੈਨੂੰ ਮੁਬਾਰਕ ਹੋਵੇ। ਬਹਿ ਜਾਓ ਪੁੱਤਰ ਥੱਲੇ, ਬਹਿ ਜਾਓ ਬੱਚਿਓ, ਮੇਰੇ ਬੱਚਿਓ ਬਹਿ ਜਾਓ ਇੱਧਰ ਵੇਖੋ ਬਾਬਾ। ਅੱਜ ਮੇਰਾ ਦਿਲ, ਮੈਂ ਤੁਹਾਨੂੰ ਆਖਰ ਵਿੱਚ ਲੋਰੀ ਨਾ ਸੁਣਾ ਦਾ? ਨਹੀਂ ਨਹੀਂ ਤੁਸਾਂ ਨਹੀਂ ਸੁਣਨੀ, ਤੁਸੀਂ ਤੇ ਢਿੱਲੇ ਪੈ ਗਏ। ਜਿਹਨਾਂ ਸੁਣਨੀ ਹੱਥ ਬੁਲੰਦ ਕਰਕੇ ਬੋਲੇ ਸੁਭਾਨ। ਚਲੋ ਅੱਜ ਮੇਰੀ ਮਰਜ਼ੀ, ਅਜੇ ਤੱਕ ਪੜ੍ਹੀ ਨਹੀਂ, ਜਦੋਂ ਦਾ ਰੱਬੀ ਲਵਲ ਚੜਿਆ ਨਾ, ਅਜੇ ਤੱਕ ਪੜ੍ਹੀ ਨਹੀਂ, ਮੇਰਾ ਦਿਲ ਅੱਜ ਤੁਹਾਨੂੰ ਜਾਂਦਿਆਂ ਲੋਰੀ ਵੀ ਸੁਣਾ ਛੱਡਾਂ। ਤੇ ਲੋਰੀ ਕਿਹਦੀ? ਅੰਮਾ ਹਲੀਮਾ ਦੀ ਜੀ। ਤਵੱਜੋ ਕਰਿਓ ਜੀ, ਐ ਖੁਸ਼ ਨਸੀਬ ਤੁਸੀਂ ਬੈਠੇ ਹੋ। ਅਗਲੇ ਦਿਨ ਬਾਬਾ ਜੀ ਗੱਲ ਸੁਣਿਓ, ਅੱਲ ਐਲਾਨ ਗੱਲ ਤੇ ਕਰਨਾ, ਨਬੀ ਪਾਕ ਜਦੋਂ ਮਾਂ ਦੀ ਗੋਦ ਵਿੱਚ ਆਏ ਨੇ ਨਾ, ਤੇ ਜਨਾਬੇ ਆਮੀਨਾ ਆਉਂਦੀਆਂ ਨੇ, ਖਾਰਾ ਜਾਂ ਮਿਲਨੀ ਨੂਰ, ਮੈਨੂੰ ਇੰਜ ਲੱਗਾ ਜਿਵੇਂ ਮੇਰੇ ਜਿਸਮ ਵਿੱਚ ਨੂਰ ਖਾਰਜ ਹੋਇਆ। ਕੀ ਨੂਰ? ਨੂਰ ਖਾਰਜ ਹੋਇਆ। ਗੱਲ ਸੁਣਿਓ, ਐ ਜਿੰਨੇ ਦਾਦੇ ਬੈਠੇ ਹੋ ਜੀ, ਮੇਰੇ ਵੱਲ ਤਵੱਜੋ ਕਰਿਓ, ਜਿੰਨੇ ਦਾਦੇ ਬੈਠੇ ਹੋ, ਨਬੀ ਦੇ ਦਾਦਾ ਮੱਕੇ ਦਾ ਚੌਧਰੀ ਆਇਆ ਸੀ ਕਿ ਨਹੀਂ ਸੀ ਆਇਆ? ਜਿਹੜਾ ਮਨ ਦਾ ਹੱਥ ਖੜਾ ਕਰੇ, ਲੋਕਾਂ ਇਤਰਾਜ਼ ਕੀਤਾ, ਇੱਧਰ ਵੇਖੋ। ਐ ਜੀ ਨਬੀ ਪਾਕ ਦੇ ਘਰ ਵਾਲੇ ਗਰੀਬ ਸਨ, ਮਾਜ਼ ਅੱਲਾ ਨਾਉਜ਼ ਬਿੱਲਾ, ਨਬੀ ਪਾਕ ਦੇ ਘਰ ਤਿੰਨ ਤਿੰਨ ਦਿਨ ਤੱਕ ਚੁੱਲ੍ਹਾ ਨਹੀਂ ਜਲਿਆ। ਸੁਣਿਆ ਨਾ ਤੁਸੀਂ ਬਾਬਾ ਜੀ ਜਦੋਂ ਨਬੀ ਪਾਕ ਆਏ ਨੇ ਨਾ, ਗੱਲ ਸਮਝੋ ਜੀ, ਨਬੀ ਪਾਕ ਆਏ ਨੇ ਤੇ ਨਬੀ ਪਾਕ ਦੇ ਦਾਦਾ ਉਸ ਵੇਲੇ ਸੇਨੇ ਹਰਮ ਸਨ। ਕਿੱਥੇ ਸਨ? ਹਰਮ ਦੇ ਕੋਲ, ਕਾਬੇ ਦੇ ਕੋਲ, ਕਾਬੇ ਨਾਲ ਟੇਕ ਲਾ ਕੇ ਬੈਠੇ ਸਨ। ਗੱਲ ਸੁਣਿਓ, ਜਨਾਬੇ ਆਮੀਨਾ ਨੇ ਲੋਂਡੀ ਨੂੰ ਭੇਜਿਆ, ਫਰਮਾਇਆ ਜਾ ਇਹਦੇ ਦਾਦੇ ਨੂੰ ਮੁਬਾਰਕ ਦੇ ਕੇ ਆ। ਹਾਏ ਹਾਏ ਹਾਏ, ਜਿਹੜੇ ਬਾਬੇ ਖੁਸ਼ ਨੇ ਅੱਲਾ ਤੁਹਾਨੂੰ ਜ਼ਿੰਦਗੀ ਦੇਵੇ, ਇਹ ਚਿੱਟੀਆਂ ਦਾੜੀਆਂ ਵਾਲੇ ਵੀ ਖੁਸ਼ ਜੇ, ਇਹਦੇ ਦਾਦੇ ਨੂੰ ਮੁਬਾਰਕ ਦੇ। ਬਾਬਾ ਗੱਲ ਸੁਣਿਓ, ਉਹ ਨੁਕਰਾਨੀ ਆਈ, ਲੋਂਡੀ ਆਈ, ਬਾਬਾ ਬਾਬਾ ਅਬਦੁਲ ਮੁਤਲਬ ਜੀ ਧੀਏ, ਬਾਬਾ ਤੈਨੂੰ ਲੱਖ ਲੱਖ ਮੁਬਾਰਕ। ਆ ਸੁਣਿਓ, ਤੈਨੂੰ ਲੱਖ ਲੱਖ ਮੁਬਾਰਕ। ਹਜ਼ੂਰ ਦੇ ਦਾਦਾ ਕਹਿਣ ਲੱਗੇ, ਨੀ ਧੀਏ ਕਾਹਦੀ ਮੁਬਾਰਕ ਦੇਣੀ ਹੈ, ਮੇਰਾ ਤੇ ਜਵਾਨ ਪੁੱਤਰ ਟੁਰ ਗਿਆ,
ਤੇ ਪੁੱਤਰ ਟੁਰ ਜਾਂਦੇ ਪਿਓਵਾਂ ਦੀ ਕੀ ਜ਼ਿੰਦਗੀ ਕਸਮ ਖੁਦਾ ਦੀ ਪਿਓ ਜੁੰਦੇ ਹੀ ਮੁੱਕ ਜਾਂਦੇ ਅੱਜ ਮੇਰਾ ਮੌਜੂ ਨਹੀਂ ਕਦੀ ਮੈਨੂੰ ਤੁਸੀਂ ਅੱਬੇ ਦੀ ਸ਼ਾਨ ਅਤੇ ਅੰਮਾ ਦੀ ਸ਼ਾਨ ਦਿਓ ਤਾਂ ਫਿਰ ਤੁਹਾਨੂੰ ਸੁਣਾਵਾਂਗਾ ਹੁਣ ਮੇਰਾ ਮੌਜੂ ਮਿਲਾ ਸ਼ਰੀਫ ਹੈ ਇਹ ਬਾਬਾ ਜੁਮਲੇ ਸੁਣੀ ਨਬੀ ਦਾ ਦਾਦਾ ਰੋ ਪਿਆ ਮੇਰਾ ਜਵਾਨ ਅਬਦੁੱਲਾ ਗਿਆ ਅਤੇ ਮੁਬਾਰਕ ਕਾਹਦੀ ਦਿੱਤੀ ਆ ਬਾਬਾ ਉਹ ਪਹਿਲੇ ਬੰਦੇ ਤੋਂ ਲੈ ਕੇ ਰਜ਼ਵੀਸ ਤੋਂ ਲੈ ਕੇ ਉਹ ਆਖਰੀ ਬੰਦੇ ਤੱਕ ਜਿਹਦੇ ਬੰਦੇ ਤਵੱਜੋ ਨਾਲ ਸੁਣਦੇ ਪਏ ਨੇ ਉਹ ਦਾਤ ਦੇਣਗੇ ਉਹ ਬੋਲਣਗੇ ਗੱਲ ਬੜੀ ਵੱਡੀ ਦੇਣ ਲੱਗਾ ਨਬੀ ਦੇ ਦਾਦਾ ਕਹਿੰਦੇ ਨੇ ਧੀਏ ਕਾਹਦੀ ਮੁਬਾਰਕ ਫਰਮਾਇਆ ਅਰਜ਼ ਕੀਤੀ ਦਾਦਾ ਅੱਲਾ ਨੇ ਤੈਨੂੰ ਪੋਤਰਾ ਦਿੱਤਾ ਹੈ ਹਾਏ ਹਾਏ ਅੱਲਾ ਨੇ ਤੈਨੂੰ ਅਸੀਂ ਆਖੀਏ ਨਾ ਜੀ ਮਿਲਾਦ ਮਿਲਾਦ ਮੁਬਾਰਕ ਹੋਵੇ ਤਾਂ ਸਾਨੂੰ ਫਤਵੇ ਲਾ ਛੱਡ ਦਿੰਦੇ ਜੇ ਤੁਸੀਂ ਮੁਬਾਰਕ ਕਿਉਂ ਦਿੰਦੇ ਮੈਂ ਆਖਿਆ ਕਿਉਂ ਉਹਨਾਂ ਦੇ ਹੀ ਅਸੀਂ ਖੁਸ਼ ਹਾਂ ਅਸੀਂ ਖੁਸ਼ੀ ਦੀ ਮੁਬਾਰਕ ਤੇ ਦਿੰਦੇ ਹਾਂ ਤਵੱਜੋ ਕਰਿਓ ਬਾਬਾ ਤੈਨੂੰ ਮੁਬਾਰਕ ਹੋਵੇ ਰੱਬੇ ਕਾਬਾ ਦੀ ਕਸਮ ਦਿਲ ਸ਼ਾਦਬਾਦ ਹੋ ਜਾਏਗਾ ਪੂਰਾ ਚੱਕ ਬੈਠਾ ਅੱਲ ਐਲਾਨ ਕਹਿ ਰਿਹਾ ਨਬੀ ਦੇ ਦਾਦਾ ਨੇ ਆਖਿਆ ਓ ਹੋ 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 ਅੱਲਾ ਨੇ ਪੋਤਰਾ ਦਿੱਤਾ ਜੀ ਬਾਬਾ ਇੱਧਰ ਬਾਬਾ ਚੱਲ ਵੇਖ ਇਹ ਵੱਡਾ ਜੁਮਲਾ ਦੇਣ ਲਗਾ ਨਬੀ ਦੇ ਦਾਦਾ ਮੁਸਕੁਰਾ ਕੇ ਕਹਿਣ ਲੱਗੇ ਧੀਏ ਜਾਨਾ ਬਾਅਦ ਵਿੱਚ ਜਾਨਾ ਮੈਂ ਪਹਿਲਾਂ ਮੈਨੂੰ ਦੱਸ ਮੇਰਾ ਪੁੱਤਰ ਅਬਦੁੱਲਾ ਵੇਖਿਆ ਸੀ ਜੀ ਬਾਬਾ ਵੇਖਿਆ ਸੀ ਹਾਏ ਹਾਏ ਜਿਹਦੇ ਦਿਲ 'ਚ ਸੱਟ ਵੱਜ ਗਈ ਹੈ ਮੇਰਾ ਪੁੱਤਰ ਵੇਖਿਆ ਸੀ ਅਬਦੁੱਲਾ ਜੀ ਬਾਬਾ ਵੇਖਿਆ ਸੀ ਉਹਦਾ ਪੁੱਤਰ ਵੀ ਵੇਖਿਆ ਮੇਰਾ ਪੋਤਰਾ ਵੀ ਵੇਖੇ ਜੀ ਬਾਬਾ ਵੇਖਿਆ ਵੇ ਮੈਨੂੰ ਦੱਸ ਦੋਵਾਂ ਵਿੱਚ ਸੋਹਣਾ ਕਿਹੜਾ ਮੈਨੂੰ ਦੱਸ ਦੋਵਾਂ ਵਿੱਚੋਂ ਸੋਹਣਾ ਕੌਣ ਹੈ ਦੋਵਾਂ ਵਿੱਚੋਂ ਹਸੀਨ ਕੌਣ ਹੈ ਸੁਣਿਓ ਯਾਰ ਇੰਨਾ ਮਜਮਾ ਲੱਗਿਆ ਤੇਰੀ ਮਸਜਿਦ 'ਚ ਅੱਲ ਐਲਾਨ ਜ਼ਿੰਦਗੀ ਦਾ ਕੀ ਪਤਾ ਕੋ ਆਉਣਾ ਕਿ ਨਹੀਂ ਆਉਣਾ ਅੱਲ ਐਲਾਨ ਜੁਮਲਾ ਦੇਣ ਲੱਗਾ ਨਬੀ ਦੇ ਦਾਦਾ ਨੇ ਪੁੱਛਿਆ ਦੱਸ ਸੋਹਣਾ ਕੌਣ ਹੈ ਆਂਦੀ ਬਾਬਾ ਮੈਨੂੰ ਤੇਰੇ ਰੱਬ ਦੀ ਕਸਮ ਹੈ ਮੈਂ ਦੱਸਾਂ ਕਿ ਆਪੀ ਵੇਖਣਾ ਹੈ ਹਾਏ 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 ਜਿਹੜਾ ਮਿਲਾ ਸੁਣਨ ਆਇਆ ਖੁਸ਼ ਹੋ ਕੇ ਮੁਸਕੁਰਾਉਂਦੇ ਚਿਹਰੇ ਰੱਖ ਕੇ ਬਹੋ ਮੈਂ ਦੱਸਾਂ ਜਾਂ ਆਪੀ ਵੇਖਣਾ ਹੈ ਇੱਥੇ ਪਿੰਡ ਵਿੱਚ ਕਿਸੇ ਦਾ ਪੋਤਰਾ ਸੋਹਣਾ ਹੋਵੇ ਨਾ ਦਾਦੇ ਦਾ ਉਹ ਐਵੇਂ ਕੰਡ ਤੇ ਚੁੱਕੀ ਫਿਰਦਾ ਉਹ ਐਵੇਂ ਕਦੀ ਦੁਕਾਨ ਤੇ ਲੈ ਕੇ ਆਈਏਗਾ ਉਹਨੂੰ ਉਹ ਆਂਦੀ ਵੀ ਰਹਿੰਦੀ ਹੈ ਨੂੰ ਬਾਬਾ ਨਾ ਬਾਹਰ ਲੈ ਕੇ ਜਾਈ ਆਉਂਦਾ ਤੁਹਾਨੂੰ ਕੀ ਪਤਾ ਅੱਬੇ ਨੂੰ ਪੁੱਤਰ ਆਉਂਦਾ ਅੱਬਾ ਜੀ ਬਾਹਰ ਨਾ ਖੜੋ ਨਜ਼ਰ ਲੱਗ ਜਾਂਦੀ ਹੈ ਉਹ ਆਂਦਾ ਇਹਨੂੰ ਨਹੀਂ ਲੱਗਦੀ ਦਾਦਿਆਂ ਨੂੰ ਇੰਨਾ ਪਿਆਰ ਹੁੰਦਾ ਜੀ ਕਸਮ ਖੁਦਾ ਦੀ ਕਿਹੜੀ ਗੱਲ ਤੈਨੂੰ ਦੱਸਾਂ ਉਹ ਚੁੱਕ ਕੇ ਫਿਰਦੇ ਰਹਿੰਦੇ ਨੇ ਚੱਕ ਦੀਆਂ ਗਲੀਆਂ 'ਚ ਆ ਵੇਖੋ ਮੇਰਾ ਪੋਤਰਾ ਕਿੱਡਾ ਸੋਹਣਾ ਬਾਬਾ ਤੇਰਾ ਪੋਤਰਾ ਸੋਹਣਾ ਹੋਵੇ ਤਾਂ ਤੂੰ ਚੱਕ ਵਿੱਚ ਲੈ ਕੇ ਫਿਰਨਾ ਤੇ ਜਿਸ ਦਾਦੇ ਦਾ ਪੋਤਰਾ ਨਬੀਆਂ ਦਾ ਸਰਦਾਰ ਹੋਵੇ ਜਿਸ ਦਾਦੇ ਦਾ ਪੋਤਰਾ ਨਬੀਆਂ ਦਾ ਬੋਲੋ ਨਬੀਆਂ ਦਾ ਸਰਦਾਰ ਹੋਵੇ ਜੁਮਲਾ ਮੈਂ ਦੇਣਾ ਤੇਰਾ ਮਜਮਾ ਨਾ ਬੋਲਿਆ ਜੁਮਿਆ ਨਾ ਤੇ ਮੈਂ ਮੁਜਰਾ ਵਾਂ ਨਬੀ ਦੇ ਦਾਦੇ ਨੇ ਫਰਮਾਇਆ ਸੋਹਣਾ ਕਿਹੜਾ ਬੀਬੀ ਕਹਿਣ ਲੱਗੀ ਸੋਹਣਾ ਤੂੰ ਆਪ ਵੇਖ ਤੂੰ ਪੁੱਤਰ ਵੀ ਵੇਖੇ ਆਪ ਵੇਖ ਕਹਿੰਦਾ ਠੀਕ ਹੈ ਨਬੀ ਦਾ ਦਾਦਾ ਆਇਆ ਬਾਬਾ ਜੀ ਤਵੱਜੋ ਦਰਵਾਜ਼ਾ ਖੜਕਾਇਆ ਜਨਾਬੇ ਆਮੀਨਾ ਨੇ ਚਾਦਰ ਰੋੜੀ ਚਾਦਰੇ ਤੇ ਤਹੀਰ ਰੋੜੀ ਜੁਮਲੇ ਸੁਣਿਆ ਜੇ ਆਮੀਨਾ ਜੀ ਬਾਬਾ ਮੈਨੂੰ ਵਿਖਾ ਤੇ ਸਹੀ ਮੇਰਾ ਪੋਤਰਾ ਕਿੱਡਾ ਸੋਹਣਾ ਹਾਏ ਹਾਏ ਜਿਹੜਾ ਪਹੁੰਚ ਗਿਆ ਜਿਹੜਾ ਪਹੁੰਚ ਗਿਆ ਜਿਹੜਾ ਸੁਣਨ ਬੈਠਾ ਜਿਹੜਾ ਮਿਲਾਦ ਸੁਣਨ ਬੈਠਾ ਮੈਨੂੰ ਵਿਖਾ ਤੇ ਸਹੀ ਮੈਨੂੰ ਵਿਖਾ ਤੇ ਸਹੀ ਕਿੱਡਾ ਸੋਹਣਾ ਨਬੀ ਪਾਕ ਦੀ ਅੰਮੀ ਨੇ ਨਾ ਸੋਹਣੇ ਨੂੰ ਚੁੱਕਿਆ ਜੀਓ ਕਿਆ ਬਾਤ ਹੈ ਅੱਲਾਹੁਮਾ ਜ਼ਿਦ ਫਜ਼ਿਦ ਜਿਹੜਾ ਜ਼ੋਕ ਲੈਣ ਹੀ ਨਹੀਂ ਆਇਆ ਉਹਨੂੰ ਜ਼ੋਕ ਕਿੱਥੋਂ ਆਉਣਾ ਜਿਹੜਾ ਜ਼ੋਕ ਲੈਣ ਹੀ ਨਹੀਂ ਆਇਆ ਉਹਨੂੰ ਜ਼ੋਕ ਕਿੱਥੋਂ ਆਉਣਾ ਬੰਦਾ ਦੁਕਾਨ ਤੇ ਦੋ ਘੰਟੇ ਬੈਠਾ ਰਵੇ ਤੇ ਦੋ ਘੰਟੇ ਬਹਿ ਕੇ ਘਾਟ ਟੁਰ ਜੇ ਤੇ ਬੁੱਢੀ ਆਖੇ ਚੀਨੀ ਨਹੀਂ ਲੈ ਕੇ ਆਇਆ ਕਿਆ ਬਾਤ ਆਖੇ ਮੈਂ ਚੀਨੀ ਲੈਣ ਗਿਆ ਹੀ ਨਹੀਂ
ਤਵੱਜੋ ਨਹੀਂ ਕੀਤੀ ਤੁਸੀਂ ਹੈ? ਮੈਂ ਤੇ ਚੀਨੀ ਲੈਣ ਗਿਆ ਹੀ ਨਹੀਂ ਸਾਂ, ਮੈਂ ਤੇ ਹਾਜੀ ਸਾਹਿਬ ਨਾਲ ਗੱਪ ਸ਼ੱਪ ਲਾਣ ਗਿਆ ਸਾਂ। ਉਹ ਆਂਦੀ ਤੈਨੂੰ ਮੌਤ ਪਵੇ, ਮੈਂ ਉਦੋਂ ਦੀ ਚਾਹ ਰੱਖ ਕੇ ਬੈਠੀ ਆ, ਤੂੰ ਚੀਨੀ ਭੁੱਲ ਕੇ ਆ ਗਿਆ। ਮੈਨੂੰ ਇਮਾਨਦਾਰੀ ਨਾਲ ਦੱਸ, ਜਿਹੜਾ ਚੀਨੀ ਲੈਣ ਨਾ ਜਾਵੇ ਉਹਨੂੰ ਚੀਨੀ ਨਹੀਂ ਲੱਭਦੀ, ਤੇ ਜਿਹੜਾ ਸਕੂਨ ਲੈਣ ਨਾ ਆਵੇ ਉਹਨੂੰ ਸਕੂਨ ਕਿੱਥੋਂ ਲੱਭਣਾ? ਹਾਏ ਹਾਏ, ਜਾਬਾ ਜਾਬਾ, ਜਿਹੜਾ ਸਕੂਨ ਲੈਣ ਆਵੇ ਸਕੂਨ ਉਹਨੂੰ ਲੱਭਦਾ, ਜੋ ਲੈਣ ਆਵੇਗੇ ਉਹ ਲੱਭੇਗਾ, ਜੋ ਨੀਯਤ ਲੈ ਕੇ ਬੈਠੋਗੇ ਉਹ ਸੌਦਾ ਮਿਲੇਗਾ। ਅਤੇ ਤਵੱਜੋ ਕਰਿਓ, ਨਬੀ ਦੇ ਦਾਦਾ ਨੇ ਨਾ ਇੱਧਰ ਵੇਖੋ ਬਾਬਿਓ, ਸਿਰ ਦੇ ਤਾਜ ਨਬੀ ਪਾਕ ਨੂੰ ਚੁੱਕਿਆ, ਉੱਤੇ ਚਾਦਰ ਸੀ ਚਿਹਰੇ ਤੇ, ਚਾਦਰ ਹਟਾਈ। ਜ਼ਰਾ ਮੇਰੇ ਵੱਲ ਵੇਖਿਓ ਜੀ, ਇੰਜ ਦਾਦਾ ਪਿਆ ਵੇਂਦਾ ਮੁਸਤਫਾ ਨੂੰ। ਹਾਏ ਹਾਏ ਹਾਏ, ਇੱਧਰ ਵੇਖਿਓ, ਛੱਡ ਦਿਓ ਛੱਡ ਦਿਓ, ਇੰਜ ਦਾਦਾ ਪਿਆ ਮੁਸਤਫਾ ਨੂੰ ਵੇਂਦਾ, ਮੁਸਤਫਾ ਨੂੰ ਵੇਂਦਾ ਪਿਆ ਤੇ ਵੇਖੀ ਜਾਂਦਾ ਪਿਆ, ਅੱਖ ਵੀ ਨਹੀਂ ਚਮਕਦਾ ਪਿਆ। ਅੰਮਾ ਕੋਲ ਆ ਕੇ ਕਹਿੰਦੀ, ਬਾਬਾ ਕੀ ਹੋਇਆ ਜੀ, ਵੇਖਿਆ ਕਿੱਡਾ ਸੋਹਣਾ, ਵੇਖਿਆ ਕਿੱਡਾ ਸੋਹਣਾ, ਤੇਰਾ ਪਿੰਡ ਨਾ ਹਿੱਲੇ ਤੇ ਗੱਲ ਕਰੀ ਬਾਬਾ। ਜਦੋਂ ਨਬੀ ਦੇ ਦਾਦੇ ਨੇ ਸੋਹਣੇ ਨੂੰ ਚੁੰਮਿਆ, ਚੁੰਮ ਕੇ ਸੀਨੇ ਲਾਇਆ, ਤੇ ਮੇਰਾ ਵਿਜਦਾਨ ਆਂਦਾ, ਤੇਰਾ ਦਿਲ ਹੋਵੇ ਤੇ ਮੈਂ ਪੜ੍ਹ ਛੜਾਂ ਨਬੀ ਦੇ ਦਾਦੇ ਨੇ ਕਿਹੜੀ ਗੱਲ ਕੀਤੀ, ਮੈਂ ਪੜ੍ਹ ਛੜਾਂ ਨਬੀ ਦੇ ਦਾਦੇ ਨੇ ਕਿਹੜਾ ਜੁਮਲਾ ਬੋਲਿਆ ਹਜ਼ੂਰ ਨੂੰ ਚੁੱਕ ਕੇ। ਇੱਕ ਵਾਰੀ ਹੱਥ ਬੁਲੰਦ ਕਰਕੇ ਬੋਲ, ਨਾਰਾਏ ਰਿਸਾਲਤ ਯਾ ਰਸੂਲ ਅੱਲਾਹ, ਇੰਜ ਨਹੀਂ, ਨਾਰਾਏ ਰਿਸਾਲਤ ਯਾ ਰਸੂਲ ਅੱਲਾਹ। ਬਾਬਾ ਜੀ ਮੇਰਾ ਈਮਾਨ ਆਂਦਾ, ਨਬੀ ਦੇ ਦਾਦੇ ਨੇ ਨਬੀ ਨੂੰ ਹੱਥਾਂ ਦੀ ਚੁੱਕ ਕੇ ਸੀਨੇ ਲਾ ਲਿਆ, ਸੀਨੇ ਲਾ ਕੇ ਅੱਖਾਂ ਨਾਲ ਲਾ ਲਿਆ, ਅੱਖਾਂ ਨਾਲ ਲਾ ਕੇ ਲੱਭਾਂ ਨਾਲ ਲਾ ਲਿਆ। ਨਬੀ ਦੀ ਅੰਮਾ ਪੁੱਛਦੀ ਆਉਣੀ, ਬਾਬਾ ਬੋਲ ਤੇਰਾ ਪੋਤਰਾ ਕਿੱਡਾ ਸੋਹਣਾ ਏ, ਛੱਕ ਵਾਲਿਆ ਮੇਰਾ ਈਮਾਨ ਆਂਦਾ, ਨਬੀ ਦਾ ਦਾਦਾ ਨਾਲੇ ਚੁੰਮਦਾ ਆਉਣਾ ਏ, ਨਾਲੇ ਪਿਆਰੀ ਕਰਦਾ ਆਉਣਾ, ਜੁਮਲਾ ਸੁਣ ਕੇ ਬੋਲਣੀ, ਨਾਲੇ ਆਂਦਾ ਆਉਣਾ ਸਰਕਾਰ ਜਿਹਾ ਸੋਹਣਾ। ਹੱਥ ਬੁਲੰਦ ਕਰਨੇ ਹਰ ਬੰਦਾ ਇੱਕ ਵਾਰੀ ਮੇਰੇ ਨਾਲ, ਸਰਕਾਰ ਜਿਹਾ ਸੋਹਣਾ ਆਇਆ ਨਾਉਣਾ ਏ। ਅੱਜ ਰੱਬ ਵੀ ਵੇਖ ਰਿਹਾ ਚੱਕ ਵਾਲੇ ਕੀ ਪੇ ਕਰਦੇ ਨੇ, ਸਰਕਾਰ ਜਿਹਾ ਸੋਹਣਾ ਸੋਹਣਾ, ਸਰਕਾਰ ਜਿਹਾ ਸੋਹਣਾ ਆਇਆ ਨਾਉਣਾ। ਇਸ ਤੋਂ ਵੱਡਾ ਜਿਮਲਾ ਕੋਈ ਨਹੀਂ ਮੇਰੇ ਕੋਲ, ਸਰਕਾਰ ਜਿਹਾ। ਉਹ ਪਿਛਲੇ ਪਿਛਲੇ ਬੰਦੇ ਪਿਛਲੇ ਬੰਦੇ, ਨਾਰਾ ਰਿਸਾਲ ਨਾਰਾ ਰਿਸਾਲ, ਸਰਕਾਰ ਜਿਹਾ ਸੋਹਣਾ ਜੀ। ਜੁਮਲਾ ਵੱਡਾ ਦੇ ਗਿਆ, ਸਰਕਾਰ ਜਿਹਾ ਸੋਹਣਾ ਆਇਆ ਨਾਉਣਾ। ਜੇ ਕੋਈ ਸੁਭਾ ਤੈਨੂੰ ਪੁੱਛੇ, ਰਾਤੀ ਸੁਲਤਾਨੀ ਆਇਆ ਸੀ ਤੇਰੀ ਮਸਜਿਦ ਚ ਕੀ ਕਹਿ ਗਿਆ ਏ, ਤੇਰੀ ਮਸਜਿਦ ਚ ਕੀ ਕਹਿ ਗਿਆ ਏ, ਸੁਭਾ ਲੋਕਾਂ ਨੂੰ ਦੱਸਣ ਆਇਆ ਸੀ, ਇਹੋ ਹੀ ਕਹਿ ਗਿਆ, ਸਰਕਾਰ ਜਿਹਾ ਸੋਹਣਾ। ਅੱਲਾ ਜੀ ਦਾ ਹੱਥ ਬੁਲਾਉਂਦੇ, ਅੱਲਾ ਜੀ ਦਾ ਹੱਥ ਬੁਲਾਉਂਦੇ, ਅੱਲਾ ਇਸੇ ਸਾਲ ਮਦੀਨੇ ਲੈ ਜਾਏ, ਨਬੀ ਦੇ ਰੋਜ਼ੇ ਤੇ ਲੈ ਜਾਏ, ਹੱਥ ਬੁਲੰਦ ਕਰਕੇ, ਸਰਕਾਰ ਜਿਹਾ ਸੋਹਣਾ ਆਇਆ ਨਾ। ਇੱਥੇ ਬੰਦਿਆਂ ਦੇ ਪਤੇ ਨਹੀਂ ਲੱਗ ਜਾਣੇ, ਸਰਕਾਰ ਜਿਹਾ ਸੋਹਣਾ ਆਇਆ ਨਾ ਹੋਣਾ ਏ। ਨਾ ਰੱਬ ਨੇ ਬਣਾ ਰੱਬ ਨੇ ਬਣਾ ਯਾਰੇ, ਨਾ ਰੱਬ ਨੇ ਬਣਾਉਣਾ ਏ, ਨਾ ਰੱਬ ਨੇ ਬਣਾ ਯਾਰੇ, ਨਾ ਰੱਬ ਨੇ ਬਣਾਉਣਾ। ਸਰਕਾਰ ਕੀ ਆਮਦ, ਇੰਜ ਨਹੀਂ ਝੰਡੇ ਝੰਡੇ ਬਣਾ ਕੇ ਹੱਥਾਂ ਨੂੰ, ਸਰਕਾਰ ਕੀ ਆਮਦ, ਮੰਠਾਰ ਕੀ ਆਮਦ, ਹਾਕਾ ਕੀ ਆਮਦ,
مدنی کی امر سونے کی امر یاسین کی امر تاہا کی امر نہ رب نے بنایا اے نہ یار بنانا اے سرکار دیا سونا نہ فایا بولے سبحان اللہ نبی دے دادے نے کیا کہے دے ورگا ہی کوئی نہیں اے دے ورگا اے ہی کوئی نہیں آج کوئی اوئے آج نبی ورگا کوئی میرے آقا ورگا تے نبیوں وچ کوئی نہیں کیا بات ہے زندہ باد کیا بات کیا بات سب سے اولا میرے آقا ورگا تے نبیوں وچ کوئی نہیں ادھر سن پھر نبی دے دادے نے چومیا سینے لایا آمینہ اگلا جملہ اس تو بھی بڑا ہے اس تو بھی ذوق والا ہے کوئی تیرے بندے بھی بڑے ذوق والے ہیں کوئی دو چار وچ بندے ہیں باقی بالکل ٹھیک پہ سن دے اللہ چلو انہاں نوں وی اللہ توفیق دے گا وہ بھی بولن کے بابا جی توجہ فرمایا جی گل وڈی دین لگا نبی دے دادے نے چکیا چوک کے نا سینے لایا ادھر ویکھو جی سینے لا کے نا قبلہ صاحب تے آندے نے آمینہ میرا دل کردا ہے میں اینو کعبے دے کول نہ لے کے جاواں آئے ہائے ہائے ہن لطف ہون لگائی ہن چس ہون لگی میں کعبے دے کول نہ لے کے جاواں رضوی صاحب جملے سنے ماں نے آکھیا دادا جویں تیری مرضی تیرا پوترا جویں مرضی کر بابے او ادھر ویکھو انج سینے لایا مصطفیٰ نے ایدھر ویکھو انج سینے لایا مصطفیٰ نو محفل بڑی ہے جملے بڑے نے ایدھر توجہ فرمایا جے انج سینے لایا نا تے کعبے وال جدو لے کے دورے میلاد کمیٹی والےو انج سینے نبی لگے دادا لے کے دوریا ایدھر ویکھو دادا مکے دا سردار ہے پوترا نبیاں دا سردار ہے دادا پوترا نبیاں دا کمو بیش سوا لکھ نبیاں دا سردار ایدھر ویکھو جی گل وڈی ہے آلال اعلان جملے دین لگا میں تقریر نیڑے لے گیا جملے سنے دادا لے کے ٹریا ادھر کعبہ ہے ادھر مصطفیٰ ہے ہاں ہاں ادھر کعبہ ہے ادھر مصطفیٰ ہے جدو لے کے تھوڑی جگہ ہوئے نا ادھر ویکھو کعبے وچ آواز آئی عبد المطلب رک جا آہا جی لطف لینا لطف لینا جملے دا رک جا نبی دے دادا کہن لگا تینوں کی ہویا ਤੈਨੂੰ ਕੀ ਹੋਇਆ ਕਾਬਾ ਇੰਜ ਝੁਕਿਆ ਹੋਇਆ ਇਧਰ ਵੇਖਿਓ ਜੀ ਕਾਬਾ ਇੰਜ ਝੁਕਿਆ ਹੋਇਆ ਨਬੀ ਪਾਕ ਦੇ ਘਰ ਵੱਲ ਨਬੀ ਦੇ ਦਾਦਾ ਨੇ ਤੈਨੂੰ ਕੀ ਹੋਇਆ ਤੂੰ ਪਹਿਲਾਂ ਹੀ ਝੁਕ ਗਿਆ ਕਾਬੇ ਵਿੱਚੋਂ ਆਵਾਜ਼ ਆਈ ਅਬਦੁਲ ਮਤਲਬ ਤੈਨੂੰ ਪਤਾ ਨਹੀਂ ਜਿਹੜਾ ਤੇਰੇ ਵੇੜੇ ਆਇਆ ਏ ਆਹਾ ਕੀ ਬਾਤ ਇਹ ਕੋਈ ਆਮ ਬੱਚਾ ਨਹੀਂ ਕੁੱਲ ਕਾਇਨਾਤ ਦਾ ਸਰਦਾਰ ਆਇਆ ਕਿਆ ਬਾਤ ਹੈ ਕਿਆ ਕਹਿੰਦੇ ਇਸ਼ਕ ਦੇ ਵੇੜੇ ਤੇ ਕੁੱਲ ਨਬੀਆਂ ਦਾ ਸਰਦਾਰ ਆਇਆ ਹੈ ਜਿਹਨੂੰ ਹੱਥਾਂ ਤੇ ਝੁਕਿਆ ਹੋਇਆ ਏ ਇਹਨੇ ਚੱਲਣਾ ਕੁਰਾਨ ਬਣਨਾ ਮਿਸਾਲੀ ਮਹਿਫਲੀ ਇਹਨੇ ਚੱਲਣਾ ਹੈ ਕੁਰਾਨ ਬਣਨਾ ਹੈ ਇਹਨੇ ਉੱਠਣਾ ਹੈ ਕੁਰਾਨ ਇਹਨੇ ਬੋਲਣਾ ਹੈ ਇਸ਼ਕ ਦੇ ਵੇੜੇ ਵਾਲਾ ਇਹਨੇ ਬੋਲਣਾ ਹੈ ਕੁਰਾਨ ਬਣਨਾ ਹੈ
ਅਬਦੁਲ ਮੁਤਲਿਬ ਘਬਰਾਨਾ ਜਿਹੜਾ ਮੇਰੇ ਵੱਲ ਲੈ ਕੇ ਆ ਰਿਹਾ ਹੈ ਇਹ ਇੰਨੀਆਂ ਸ਼ਾਨਾਂ ਦਾ ਮਾਲਕ ਇਹਨੇ ਇਸ਼ਾਰਾ ਕਰਨਾ ਹੈ ਪੱਥਰਾਂ ਟੁਰ ਪੈਣਾ ਹੈ ਇਹਨੇ ਇਸ਼ਾਰਾ ਕਰਨਾ ਜੇ ਪੱਥਰਾਂ ਬੋਲ ਪੈਣਾ ਇਹਨੇ ਇਸ਼ਾਰਾ ਕਰਨਾ ਹੈ ਚੰਨ ਦੋ ਟੁਕੜੇ ਹੋ ਜਾਣਾ ਹੈ ਇਹਨੇ ਇਸ਼ਾਰਾ ਕਰਨਾ ਹੈ ਦਰਖਤਾਂ ਚੱਲ ਪੈਣਾ ਹੈ ਇਸੇ ਵਾਸਤੇ ਫਿਰ ਅਲੀਲਾਨ ਸੁਲਤਾਨੀ ਤੇਰੇ ਜੱਗ ਦੀ ਜਾਮਿਆ ਮਸਜਿਦ 'ਚ ਬਹਿ ਕੇ ਕਹਿ ਰਿਹਾ ਹੈ ਉਹ ਪੱਥਰਾਂ ਨੂੰ ਕਲਮੇ ਪੜਾ ਜਾਣਦਾ ਜਿਹਦਾ ਹੱਥ ਥੱਲੇ ਵੇ ਬੰਦਾ ਚੱਕ ਕਰ ਇੱਕ ਵਾਰੀ ਨਾਲ ਮੂੰਹ ਕਰਕੇ ਪੱਥਰਾਂ ਨੂੰ ਕਲਮੇ ਪੜਾ ਜਾਣਦਾ ਰਜ਼ਵੀ ਸਾਹਿਬ ਉਹ ਪਿੱਛੇ ਮੁੰਡੇ ਵੇਖੋ ਪਤਾ ਨਹੀਂ ਕਿੱਥੋਂ ਆਏ ਜੇ ਪੱਥਰਾਂ ਨੂੰ ਕਲਮੇ ਪੜਾ ਜਾਣਦਾ ਹੋ ਅਨ ਬੋਲਾ ਜਾਣਦਾ ਉਹ ਪੱਥਰਾਂ ਨੂੰ ਕਲਮੇ ਪੜਾ ਜਾਣਦਾ ਇੱਧਰ ਵੇਖਣਾ ਹੀ ਮੈਂ ਤਕਰੀਰ ਮੁਕਾ ਲਗਾਵਾਂ ਲੋਰੀ ਸੁਣਾ ਲਗਾਵਾਂ ਇੱਕ ਵਾਰੀ ਮੇਰੇ ਨਾਲ ਮਿਲ ਕੇ ਆਖਿਆ ਰੇ ਉਹ ਪੱਥਰਾਂ ਨੂੰ ਕਲਮੇ ਪੜਾ ਜਾਣਦਾ ਜਿਹਦਾ ਹੱਥ ਬੁਲੰਦੀ ਅੱਲਾ ਤੈਨੂੰ ਕਿਸੇ ਦਾ ਮੁਹਤਾਜ ਨਾ ਕਰੇ ਉਹ ਪੱਥਰਾਂ ਨੂੰ ਕਲਮੇ ਆਏ ਹਾਏ ਪੜਾ ਜਾਣਦਾ ਹੋ ਬੋਲਿਆ ਨਾ ਬੋਲਾ ਜਾਣਦਾ ਉਹ ਪੱਥਰਾਂ ਨੂੰ ਕਲਮੇ ਪੜਾ ਜਾਣਦਾ ਇੰਜ ਨਹੀਂ ਯਾਰ ਇੱਕ ਵਾਰੀ ਚੱਕ ਵਾਲਿਓ ਤੁਸੀਂ ਵੀ ਮੇਰੇ ਨਾਲ ਨਾਥ ਖਾਨ ਬਣ ਜਾਓ ਨਬੀ ਦਾ ਨਾਥ ਖਾਨ ਬਣ ਕੇ ਆਖੋ ਪੱਥਰਾਂ ਨੂੰ ਕਲਮੇ ਪੜਾ ਜਾਣਦਾ ਬੋਲਿਆ ਨਾ ਬੋਲਾ ਜਾਣਦਾ ਉਹ ਗੁੰਗਿਆਂ ਗੱਲਾਂ ਕਰਾ ਜਾਣਦਾ ਜਿੱਥੇ ਜਿੱਥੇ ਆਇਓ ਉਹ ਗੁੰਗਿਆਂ ਗੱਲਾਂ ਕਰਾ ਜਾਣਦਾ ਉਹ ਮੰਦਿਆਂ ਨੂੰ ਸੀਨੇ ਹੱਲਾ ਜਾਣਦਾ ਉਹ ਮੰਦਿਆਂ ਨੂੰ ਸੀਨੇ ਹੱਲਾ ਜਾਣਦਾ ਹੋਇਆ ਬੋਲਿਆ ਨਾ ਬੋਲਾ ਜਾਣਦਾ ਨਬੀ ਦੇ ਦਾਦਾ ਆਉਂਦੇ ਨੇ ਕਾਬੇ ਵਿੱਚੋਂ ਆਵਾਜ਼ ਆਈ ਇਹਨੂੰ ਮੇਰੇ ਵੱਲ ਲੈ ਕੇ ਨਾ ਆ ਅੱਜ ਇਹਦਾ ਤਵਾਫ ਕਾਬਾ ਕਰੇਗਾ ਹੈ ਨਬੀ ਦਿਆ ਦਾਦਿਆ ਜਿਹਨੂੰ ਹੱਥਾਂ ਤੇ ਚੁੱਕਿਆ ਹੋਇਆ ਈ ਹੇ ਕਾਬੇ ਦਾ ਵੀ ਕਾਬਾ ਬਣ ਕੇ ਆਇਆ ਕੀ ਬਾਤ ਹੈ ਕੀ ਕਹਿਣੇ ਸ਼ਹਿਨਸ਼ਾਹ ਕਾ ਰੋਜ਼ਾ ਦੇਖੋ ਆਓ ਹਾਜੀਓ ਸ਼ਹਿਨਸ਼ਾਹ ਕਾ
रोजा देखो, काबा तो देख चुके, अब काबे का भी काबा देखो, गौर से सुन तू रजा, काबे से ये आती है सदा, अपनी आंखों से मेरे महबूब का रोजा देखो। क्या बात, क्या बात, आखिरी गल 5-60 मिनट में तकरीर मुक गई। तवज्जो करो जी, सफर मेरा लंबा है, सुबह फजर तो बाद फिर निकलना है, इशा तो बाद फिर है। तवज्जो करो, नबी आया तो रहमत बन के आया। अम्मा हलीमा, एक बारी अम्मा हलीमा दे नाम ते बोलिया जाए। बाबा जी अम्मा हलीमा सोने नू लैके जदों गईयां ना, ये वाकया ते बड़ा तवील है, क्योंकि टाइम चाहिए वाजे बयान करने वास्ते। मैं क्योंकि लोहड़ी पढ़नी है, मैं उस हवाले दे नाल ही तुहानू रवायत एक सुनानी है। जुमले सुनिया जाए, अम्मा हलीमा दियां ने जदों मैं सोने नू लैके मक्कियों टुरियां ना, आए हाय हाय, जदों मक्कियों लैके टुरी आना, तवज्जो करो, ते मैं सोने नू लैके टुरी ते ऊठनी बीमार सी, लागर सी, चल नहीं सी सकदी। मियां जी जदों सोना मुस्तफा सवारी ते सवार होया ना, अम्मा हलीमा आंदी है मेरी सवारी दियां टोरां ही बदल गईं। आहा क्या बात है, जिंदाबाद, क्या मेरी सवारी दियां टोरां ही बदल गईयां ने। गल बड़ी तवज्जो नाल सुनियो, जदों इन्नी गल कीती ना, तवज्जो, बह जाओ यार, एंड ते आके सारा निजाम खराब कर लगे, बह जाओ सर, 5 मिनट की तकरीर रह गई, जे आंदे हो तो मैं उन्हें छड़ देना, मैं तो तुहाडे नाल विकाला छड़ दई है। इधर जो बंदे उठ के जाते ने ना, महफिल तवज्जो करो, महफिल विच जो बंदे उठ के जाते ना, वो सही तरीका नहीं होंदा, वो फिर सारे उन्हां नाल पे वेंदे ने, बाद में जो मर्जी कर लो, 5 मिनट टाइम। इधर तवज्जो करो जी, बाबा अम्मा हलीमा फरमांदी ने, जदों मैं सोने नू लैके टुरी ना, कदी उठदी सी, जेड़ा बैठा वो बोले सुभान अल्लाह, ना ना ना, जेड़ा बैठा वो बोले एक बारी वाह वाह दे बुला ले, कदी उठदी सी, कदी बैंदी सी, सरकार दा नाम ओ, हाय हाय रब्बे का, इस गल विच लुत्फ बड़ा, जदों सवारी ते सवार होए ना मुस्तफा, ए साल बाद तुसा महफिल सजानी होंदी ते जरब 10 मिनट लेट भी हो जाएंगे तो कड़ी गल है, इस वास्ते मोहब्बत ना बया करो। इधर तवज्जो करो, गल बड़ी सुनने वाली जे, अम्मा हलीमा दी मैं लैके टुर पई, इधर मेरे वाल सारा मजमा, सोहनी महफिल सुनी जे, सोहनी महफिल लगी, जुमले सुनियो, पहली रात आई दीवे च तेल बालन लगी, सैफी साहब जुमले वड्डे ने, दीवे च तेल बालन लगी, आवाज आई हलीमा हुण क्यों दीवा बालन लगी, आए हाय हाय, आए हाय हाय, मजमा वेख तेरे पिंड जिन्ना मजमा आया, अलल ऐलान सुल्तानी कह रहे, जुमले जाया ना करी, अज दीवा क्यों बल लगी, रोशनी वास्ते, उतों आवाज आई अज दीवे दी लोड़ नहीं, अज नूर वाला नबी आ गया है, अज नूर वाला, बोलो अज नूर वाला नबी आ गया। आखिरी मैं लोरी सुनानी, उस तो बाद इजाजत, जुमले सुनियो, अम्मा हलीमा सोने ने चुक दी है, प्यार कर दी है, सूफी जी 2 दिन गुजरे, इधर मेरे वाल वेखियो, 2 दिन गुजरे, सारिया पिंड दियां बीबियां जमा हो गए ना, चाका लियो, अम्मा हलीमा दे वेड़े आ गई, हलीमा जी बोलो, तेल ज्यादा तो नहीं आ गया, हलीमा तेल ज्यादा तो नहीं आ गया, अम्मा हलीमा दी क्यों, हलीमा सुबह भी दीवा बलदा रहंदा, रात भी दीवा, रात भी दीवा बलदा रहंदा,
ਅੰਮਾ ਹਲੀਮਾ ਮੁਸਕੁਰਾ ਕੇ ਆਉਂਦੀਆਂ, ਸਹੇਲੀਓ ਮੈਨੂੰ ਰੱਬੇ ਕਾਬਾ ਦੀ ਕਸਮ ਹੈ ਮੈਂ ਤੇ ਕਦੀ ਹੁਣ ਦੀਵਾ ਬਾਲਿਆ ਹੀ ਨਹੀਂ। ਤੇਰਾ ਮਜਮਾ ਨਾ ਉੱਠਿਆ ਰਜ਼ਵੀ, ਮੈਂ ਮੁਜਰਮ ਆ, ਮੈਂ ਜ਼ਿੰਮੇਦਾਰ ਆ। ਜੁਮਲੇ ਸੁਣਿਆ ਜੇ, ਮੈਂ ਤੇ ਕਦੀ ਦੀਵਾ ਬਾਲਿਆ ਨਹੀਂ। ਬੀਬੀਆਂ ਕਹਿਣ ਲੱਗੀਆਂ ਹਲੀਮਾ ਕਿਵੇਂ ਦੀ ਗੱਲ ਕਰਨੀ ਹੈ, ਅਸੀਂ ਜਦੋਂ ਵੇਹਨੀਆਂ ਰਾਤੀ ਤੇਰੇ ਘਰੋਂ ਰੋਸ਼ਨੀ ਨਿਕਲਦੀ ਹੈ, ਤੇਰੇ ਘਰੋਂ ਚਾਨਣ ਨਿਕਲਦਾ ਹੈ, ਤੇਰੇ ਘਰੋਂ ਨੂਰ ਨਿਕਲਦਾ ਹੈ। ਇੱਧਰ ਤਵੱਜੋ ਚੱਕ ਵਾਲਿਓ ਜਿੱਥੇ ਜਿੱਥੋਂ ਆਇਓ, ਅੱਲਾ ਬਹਿਣਾ ਨਸੀਬ ਕਰੇ ਜੇ, ਅੱਲਾ ਸੁਣਨਾ ਨਸੀਬ ਕਰੇ ਜੇ, ਅੱਲਾ ਤੁਹਾਡੀ ਮਹਿਫਲ ਕਬੂਲ ਕਰੇ। ਜੁਮਲੇ ਸੁਣਿਓ, ਅੰਮਾ ਹਲੀਮਾ ਦੀਏ ਮੈਂ ਦੀਵਾ ਤੇ ਨਹੀਂ ਬਾਲਿਆ, ਜਦੋਂ ਦਾ ਸੋਹਣਾ ਮਾਹੀ ਲੈ ਕੇ ਆ ਗਈ ਆ। ਜ਼ਰਾ ਤਿਆਰੀ ਕਰੋ ਤਿਆਰੀ, ਮੈਂ ਜਦੋਂ ਦਾ ਸੋਹਣਾ ਮਾਹੀ, ਮੈਂ ਜਦੋਂ ਦਾ ਸੋਹਣਾ ਮਾਹੀ ਮੈਂ ਦੀਵਾ ਬਾਲਿਆ। ਮੈਨੂੰ ਕੋਈ ਇੱਕ ਰਾਵੀ ਵਿਖਾਓ, ਮੈਨੂੰ ਕੋਈ ਇੱਕ ਰਵਾਇਤ ਵਿਖਾਓ, ਮੈਨੂੰ ਕੋਈ ਇੱਕ ਕਿਤਾਬ ਵਿਖਾਓ ਕਿ ਜਦੋਂ ਸੋਹਣਾ ਗਿਆ ਤੇ ਅੰਮਾ ਹਲੀਮਾ ਨੇ ਦੀਵਾ ਬਾਲਿਆ ਹੋਵੇ। ਵਿਖਾਓ ਮੈਨੂੰ, ਮੈਂ ਮੰਨ ਜਾਵਾਂਗਾ। ਦੀਵੇ ਦੀ ਲੋੜ ਹੀ ਕੋਈ ਨਹੀਂ ਸੀ, ਨੂਰ ਵਾਲਾ ਆ ਗਿਆ ਸੀ, ਚਾਨਣ ਵਾਲਾ ਆ ਗਿਆ ਸੀ, ਨੂਰ ਵਾਲਾ ਆ ਗਿਆ ਸੀ। ਇੱਧਰ ਤਵੱਜੋ ਕਰੋ ਬਾਬਾ ਜੀ, ਹਨੇਰਾ ਹੋਵੇ ਨਾ ਹਨੇਰਾ ਤੇ ਬੰਦਿਆਂ ਨੂੰ ਕੁਝ ਲੱਭਦਾ ਨਹੀਂ, ਤੇ ਜੇ 20 ਵਾਟ ਦਾ ਬਲਬ ਵੀ ਬਲ ਜਾਏ ਨਾ ਤੇ ਰੋਸ਼ਨੀ 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 ਚੱਕ ਆ ਲਿਆ 678 ਜੀ 678 ਆ ਲਿਓ। ਤਵੱਜੋ ਫਰਮਾਇਆ ਜੇ, ਗੱਲ ਬੜੀ ਵੱਡੀ ਹੈ, ਜੇ ਬਲਬ ਰੋਸ਼ਨੀ ਕਰ ਸਕਦਾ ਤੇ ਮੁਸਤਫਾ ਨਹੀਂ ਕਰ ਸਕਦਾ। ਹੁਣ ਕਿੱਥੇ ਲੈ ਜਾਈਏ ਮੌਲਵੀਆਂ ਨੂੰ ਅਸੀਂ, ਕਿੱਥੇ ਕਿਹੜੀ ਗੱਲ ਕਰੀਏ? ਓਏ ਆਹ ਬਲਬ ਬਾਲਿਆ, ਇਹ ਵੇਖੋ ਇਹ ਸਾਹਮਣੇ, ਇਹ ਰੋਸ਼ਨੀ ਹੋਈ ਹੈ ਕਿ ਨਹੀਂ, ਨਜ਼ਰ ਸਾਨੂੰ ਆ ਰਿਹਾ ਕਿ ਨਹੀਂ? ਅੱਗੇ ਲਾਈਟ ਬੰਦ ਹੋ ਜਾਏ, ਅੱਲਾ ਨਾ ਕਰੇ, ਹੋ ਸਕਦਾ ਸੱਜੀ ਮੁੱਜੀ ਹੋ ਜਾਏ। ਉਂਝ ਮੈਂ ਇੱਕ ਗੱਲ ਪਿਆ ਕਰਨਾ ਵੀ ਕੋਈ ਨਹੀਂ ਨਾ, ਲਾਈਟ ਦਾ ਵੀ ਪਤਾ ਪਾਕਿਸਤਾਨ ਵਿੱਚ, ਤੇ ਤੁਸੀਂ ਆਖੋ ਕਾਰੀ ਸਾਹਿਬ ਨੇ ਆਖਿਆ ਸੀ ਤੇ ਲਾਈਟ ਟੁੱਟ ਗਈ ਸੀ, ਇਹ ਗੱਲ ਮੇਰੇ ਵੱਲ, ਇਹ ਲਾਈਟ ਬਲਦੀ ਵੀ ਰੋਸ਼ਨੀ ਹੈ, ਅਗਰ ਲਾਈਟ ਬੰਦ ਹੋ ਜਾਏ ਰੋਸ਼ਨੀ ਰੋਸ਼ਨੀ। ਇੱਧਰ ਵੇਖੋ ਬਾਬੇ ਜੀ, ਗੱਲ ਕਰੋੜਾਂ ਦੀ, ਰੋਸ਼ਨੀ ਖਤਮ, ਜਦੋਂ ਰੋਸ਼ਨੀ ਵਾਲਾ ਮੁਸਤਫਾ ਆਇਆ ਤੇ ਅੰਮਾ ਹਲੀਮਾ ਦੇ ਵਿਹੜੇ ਚਾਨਣ ਕਿਵੇਂ ਨਾ ਆਉਂਦਾ, ਰੋਸ਼ਨੀ ਕਿਵੇਂ ਨਾ ਆਉਂਦੀ? ਸਾਰੀਆਂ ਬੀਬੀਆਂ ਜਮਾਂ ਅੰਮਾ ਹਲੀਮਾ ਦੇ ਵਿਹੜੇ ਆ ਗਈਆਂ ਨੇ, ਹਲੀਮਾ ਕੌਣ ਲੈ ਕੇ ਆਈ ਹੈ? ਜੇ ਸੁਣਨਾ ਹੀ ਤੇ ਫਿਰ ਜੁਮਲਾ ਦਵਾਂਗਾ, ਅੰਮਾ ਕਿਹੜਾ ਲੈ ਕੇ ਆਈ ਹੈ? ਅੰਮਾ ਹਲੀਮਾ ਆਂਦੀ ਏ ਨੀ ਬੀਬੀ ਓ ਮੈਂ ਆਮ ਬੱਚਾ ਲੈ ਕੇ ਨਹੀਂ ਆਈ, ਮੈਂ ਅੱਲਾ ਦਾ ਮਾਹੀ ਲੈ ਕੇ ਆ ਗਈ ਹਾਂ। ਕਿਆ ਬਾਤ ਹੈ ਤੁਹਾਡੀ? ਮੈਂ ਅੱਲਾ ਦਾ ਮਾਹੀ ਲੈ ਕੇ ਆਈ ਹਾਂ, ਮੈਂ ਅੱਲਾ ਦੀ ਦਿਲ ਪਰ ਜਾਨੀ ਲੈ ਕੇ ਆਈ ਹਾਂ। ਸਾਰੀਆਂ ਬੀਬੀਆਂ ਕਹਿਣ ਲੱਗੀਆਂ ਨੀ ਹਲੀਮਾ ਸਾਨੂੰ ਵੀ ਵਿਖਾ ਕਿੱਡਾ ਸੋਹਣਾ ਮਾਹੀ ਲੈ ਕੇ ਆਈ। ਜੁਮਲੇ ਸੁਣਿਓ, ਮੈਂ ਤਕਰੀਰ ਛੱਡਣ ਲਗਾਵਾਂ, ਹਲਲ ਐਲਾਨ ਜੁਮਲਾ ਦੇਣ ਲਗਾਵਾਂ, ਰੱਬੇ ਕਾਬਾ ਦੀ ਕਸਮ ਚੱਕ ਵਾਲਿਆ ਹੋਏ 678 ਆ ਲਿਆ, ਜੁਮਲੇ ਜ਼ਾਇਆ ਨਾ ਕਰਿਆ ਰੇ। ਅੰਮਾ ਹਲੀਮਾ ਦੌੜ ਕੇ ਗਈਆਂ ਨੇ, ਸੋਹਣੇ ਨੂੰ ਪੰਗੂੜੇ ਚੋਂ ਚੁੱਕ ਕੇ ਬੰਨੇ ਲੈ ਕੇ ਆਈਆਂ ਨੇ। ਜਦੋਂ ਅੰਮਾ ਹਲੀਮਾ ਸੋਹਣੇ ਨੂੰ ਲੈ ਕੇ ਆਈਆਂ ਨੇ, ਸਾਰੀਆਂ ਬੀਬੀਆਂ ਜਮਾਨ ਆਂਦੀਆਂ ਨੀ ਹਲੀਮਾ ਦੱਸ ਕਿੱਡਾ ਸੋਹਣਾ ਲੈ ਕੇ ਆਈ ਹੈ, ਦੱਸ ਕਿੱਡਾ ਆਲਾ ਲੈ ਕੇ ਆਈਏ, ਦੱਸ ਕਿੱਡਾ ਹਸੀਨ ਲੈ ਕੇ ਆਈਏ। ਰੱਬੇ ਕਾਬਾ
ਦੀ ਕਸਮ ਏ ਬਾਬਾ ਜੁਮਲੇ ਜ਼ਾਇਆ ਨਾ ਕਰਿਆ ਰੇ ਹਲਲ ਐਲਾਨ ਸੁਲਤਾਨੀ ਲੋਰੀ ਸੁਣਾ ਲਗਾਏ ਹਮਾ ਹਲੀਮਾ ਨੇ ਸੋਹਣੇ ਨੂੰ ਚੁੱਕਿਆ ਏ ਹਮਾ ਹਲੀਮਾ ਨੇ ਸੋਹਣੇ ਨੂੰ ਗੋਦ ਵਿੱਚੋਂ ਉਠਾਇਆ ਏ ਹਮਾ ਹਲੀਮਾ ਮੱਥਾ ਚੁੰਮਦੀ ਏ ਸਾਰੀਆਂ ਬੀਬੀਆਂ ਬੋਲ ਕੇ ਕਹਿਣ ਲੱਗੀਆਂ ਨੀ ਹਲੀਮਾ ਹੇ ਸਾਨੂੰ ਵਖਾ ਤੇ ਸਹੀ ਕਿੱਡਾ ਸੋਹਣਾ ਏ ਸਾਨੂੰ ਵਖਾ ਤੇ ਸਹੀ ਕਿੱਡਾ ਹਸੀਨ ਏ ਆਓ ਰੱਬੇ ਕਾਬਾ ਦੀ ਕਸਮ ਏ ਜੱਗ ਵਾਲਿਆ ਜੁਮਲੇ ਸੁਣਿਆ ਰੇ ਜਦੋਂ ਅੰਮਾ ਹਲੀਮਾ ਕੋਲ ਸੋਹਣਾ ਆਇਆ ਏ ਸਾਰੀਆਂ ਬੀਬੀਆਂ ਦੀਆਂ ਨਜ਼ਰਾਂ ਖੁੱਲੀਆਂ ਹੋਈਆਂ ਰੇ ਅਸੀਂ ਵੇਖੀਏ ਹਲੀਮਾ ਕਿਨੋਂ ਲੈ ਕੇ ਆਈਏ ਅਸੀਂ ਵੇਖੀਏ ਹਲੀਮਾ ਕਿੱਡਾ ਹਸੀਨ ਲੈ ਕੇ ਆਈਏ ਹਲਲ ਐਲਾਨ ਜੁਮਲੇ ਦੇਣ ਲਗਾ ਜੁਮਲੇ ਜ਼ਾਇਆ ਨਾ ਕਰਿਆ ਰੇ ਰੱਬੇ ਕਾਬਾ ਦੀ ਕਸਮ ਏ ਜੱਗ ਵਾਲਿਆ ਹਾਜੀ ਅੱਲਾ ਦਾ ਯਾਰ ਆਇਆ ਏ ਅੰਮਾ ਹਲੀਮਾ ਨੇ ਸੀਨੇ ਲਾਇਆ ਰਜ਼ਵੀ ਸਾਹਿਬ ਜੁਮਲੇ ਸੁਣਿਆ ਜੇ ਅੰਮਾ ਹਲੀਮਾ ਨੇ ਸੀਨੇ ਲਾਇਆ ਏ ਅੰਮਾ ਹਲੀਮਾ ਨੇ ਪਿਆਰ ਕੀਤਾ ਏ ਅੰਮਾ ਹਲੀਮਾ ਸੋਹਣੇ ਨੂੰ ਚੁੱਕ ਕੇ ਲੋਰੀ ਦੇ ਰਹੀ ਏ ਸਾਰੀਆਂ ਬੀਬੀਆਂ ਪੁੱਛਦੀਆਂ ਨੇ ਨੀ ਹਲੀਮਾ ਕੌਣ ਲੈ ਕੇ ਆਈ ਏ ਅੰਮਾ ਹਲੀਮਾ ਲੋਰੀ ਦੇ ਕੇ ਕੀ ਕਹਿ ਰਹੀ ਏ ਤਵੱਜੋ ਕਰੇ ਅੱਜ ਪਹਿਲਾਂ ਸ਼ੇਰ ਲੋਰੀ ਦਾ ਦੇਣ ਲਗਾ ਜੁਮਲਾ ਸੁਣਿਆ ਰੇ ਤੇ ਅੰਮਾ ਹਲੀਮਾ ਚੁੱਕ ਕੇ ਆਉਂਦੀ ਏ ਆਖੇ ਹਲੀਮਾ ਆਏ ਹਾਏ ਅੱਜ ਲੋਰੀ ਪੜ ਲਗਾ ਤੇਰੇ ਪਿੰਡ ਵਿੱਚ ਆਖੇ ਹਲੀਮਾ ਹੋਇਆ ਕਮਾਲ ਆਖੇ ਅੱਗੇ ਪੈਰਾਂ 'ਚ ਰੱਖਣੇ ਨਾਰੇ ਤਕਬੀਰ ਨਾਰੇ ਰਿਸਾਲਤ ਨਾਰੇ ਰਿਸਾਲਤ ਨਾਰੇ ਤਹਕੀਕ ਨਾਰੇ ਹੈਦਰੀ ਨਾਰੇ ਹੋਸ਼ਿਆ ਅੱਲਾ ਮੁਹੰਮਦ ਚਾਰ ਯਾਰ ਹਾਜੀ ਖਾਜਾ ਕੁਤਬ ਫਰੀ ਤਾਜ ਦਾਰੇ ਖਤਮੇ ਨਬੂਵਤ ਤਾਜਦਾਰੇ ਖਤਮੇ ਨਬੂਵਤ ਸਰਕਾਰ ਕੀ ਆਮਦ ਆਕਾ ਕੀ ਆਮਦ ਜੀ 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 ਹੁਣ ਕੁਰਾਨ ਪਾਕ ਨਾ ਚੁੱਕ ਕੇ ਬਹਿ ਜਾਓ ਇੱਥੇ ਗੋਦ ਵਿੱਚ ਰੱਖ ਕੇ ਨਾ ਬਹਿ ਜਾਓ ਹੁਣ ਥੱਲੇ ਨਾ ਰੱਖਿਓ ਪਹਿਲਾਂ ਹੀ ਸੋਚਣਾ ਚਾਹੀਦਾ ਸੀ ਜਦੋਂ ਮੁੱਕਦੀ ਤਾਂ ਫਿਰ ਲੈ ਆਉਂਦੇ ਤੁਸੀਂ ਸਿਰਫ 2 ਮਿੰਟ ਜਿਹੜੇ ਨਾ ਉਹਨੂੰ ਚੁੱਕ ਕੇ ਰੱਖੋ ਕੁਰਾਨ ਪਾਕ ਨੂੰ ਥੱਲੇ ਇੱਥੇ ਸਟੇਜ 'ਤੇ ਨਹੀਂ ਰੱਖਣਾ ਪੈਰਾਂ ਵਿੱਚ ਇੱਧਰ ਜੁਮਲੇ ਸੁਣੋ ਜੀ ਅੰਮਾ ਹਲੀਮਾ ਨੇ ਸੋਹਣੇ ਨੂੰ ਚੁੱਕਿਆ ਸੋਹਣੇ ਨੂੰ ਚੁੱਕ ਕੇ ਚੁੰਮਿਆ ਚੁੰਮ ਕੇ ਪਿਆਰ ਕੀਤਾ ਤੇ ਪਿਆਰ ਕਰਕੇ ਆਉਂਦੀਆਂ ਨੇ ਏਡਾ ਸੋਹਣਾ ਏਡਾ ਸੋਹਣਾ ਇਹ ਪੂਰੀ ਮਿਲਾਦ ਕਮੇਟੀ ਨੂੰ ਮੁਬਾਰਕਬਾਦ ਹੈ ਤੁਸਾਂ ਸੋਹਣੇ ਦਾ ਮਿਲਾਦ ਸਜਾਇਆ ਇਹ ਕੁਰਾਨ ਦਾਜ਼ੀ ਵੀ ਹੈ ਇਨਾਮਾਤ ਵੀ ਨੇ ਤੁਹਾਡੇ ਵਾਸਤੇ ਪਰ ਜਿਹੜਾ ਇਨਾਮ ਮਦੀਨਿਓਂ ਆ ਗਿਆ ਨਾ ਜਿਹਨੂੰ ਮਦੀਨੇ ਵੱਲੋਂ ਇਨਾਮ ਮਿਲ ਗਿਆ ਨਾ ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੈ ਉਹਦੀ ਗੱਲ ਬਣ ਜਾਣੀ ਜੇ ਮੈਂ ਲੋਰੀ ਦਾ ਇੱਕ ਸ਼ੇਰ ਪੜ੍ਹਨਾ ਜੇ ਤੁਹਾਡੀ ਇਜਾਜ਼ਤ ਹੋਈ ਤਾਂ ਅਗਲਾ ਪੜਾਂਗਾ ਨਹੀਂ ਤਾਂ ਛੱਡ ਦਿਆਂਗਾ ਅੰਮਾ ਹਲੀਮਾ ਨੇ ਸੋਹਣਿਆਂ ਨੂੰ ਚੁੱਕਿਆ ਹੋਇਆ ਨਾਲੇ ਪਿਆਰ ਪੀਆਂ ਕਰਦੀਆਂ ਨੇ ਨਾਲੇ ਰਜ਼ਵੀ ਸਾਹਿਬ ਆਖਰੀਆਂ ਨੇ ਆਖੇ ਹਲੀਮਾ ਹੋਇਆ ਕਮਾਲ ਬੰਦਾ ਵੇਖਣਾ ਜੇ ਆਖੇ ਹਲੀਮਾ ਹੋਇਆ ਕਮਾਲ ਜਿਹਦਾ ਮੁੱਲ ਕੋਈ ਨਹੀਂ ਮਿਲਿਆ ਲਾਲ ਜਿਹਦਾ ਮੁੱਲ ਕੋਈ ਨਹੀਂ ਮਿਲਿਆ ਲਾਲ ਜਿਹਦਾ ਮੁੱਲ ਕੋਈ ਨਹੀਂ ਜਿਹੜਾ ਲੋਰੀ ਤੇ ਵੀ ਹੱਥ ਥੱਲੇ ਰੱਖੇ ਉਹਦੀ ਕਿਸਮਤ ਉਹਦੇ ਨਾਲ ਜਿਹਦਾ ਮੁੱਲ ਕੋਈ ਨਹੀਂ ਮਿਲਿਆ ਲਾਲ ਜਿਹੜਾ ਸਭ ਤੋਂ ਸੋਹਣਾ ਆਖਰੀ ਬੰਦੇ ਤੱਕ ਆਖਰੀ ਬੰਦੇ ਤੱਕ ਜਿਹੜਾ ਸਭ ਤੋਂ ਸੋਹਣਾ ਜਿਹੜਾ ਸਭ ਤੋਂ ਸੋਹਣਾ ਉਹਨੂੰ ਲੈ ਕੇ ਆਈਆਂ
ਹੋਇਆ ਕਮਾਲ ਜਿਹਦਾ ਮੁੱਲ ਕੋਈ ਨਹੀਂ, ਜਿਹਦਾ ਮੁੱਲ ਕੋਈ ਨਹੀਂ, ਜਿਹਦਾ ਮੁੱਲ ਕੋਈ ਨਹੀਂ। ਰੱਬੇ ਕਾਬਾ ਦੀ ਕਸਮੇ ਜੁਮਲੇ ਸੁਣਿਆ ਰੇ, ਅੰਮਾ ਹਲੀਮਾ ਨੇ ਬੜੀ ਵੱਡੀ ਗੱਲ ਕੀਤੀ ਏ। ਅੰਮਾ ਹਲੀਮਾ ਫਰਮਾਉਂਦੀਆਂ ਨੇ ਹਸਦਾ ਤੇ ਹੁੰਦੀ ਸਜਰੀ ਸਵੇ। ਇੱਧਰ ਵੇਖੋ ਜੀ, ਜਿਹੜਾ ਹਜ਼ੂਰ ਦੀ ਮਹਿਫਲ ਚ ਆਇਆ ਤੇ ਚੌਧਰੀ ਬਣ ਕੇ ਨਹੀਂ ਆਇਆ, ਮੰਗਤ ਬਣ ਕੇ ਆਇਆ। ਇਸ ਤੋਂ ਵੱਡੀ ਗੱਲ ਕੋਈ ਨਹੀਂ, ਇਸ ਤੋਂ ਵੱਡਾ ਨੁਕਤਾ ਕੋਈ ਨਹੀਂ, ਇਸ ਤੋਂ ਵੱਡੀ ਸ਼ਾਨ ਕੋਈ ਨਹੀਂ। ਤੇ ਜਿਹੜੀ ਲੋਰੀ ਅੰਮਾ ਹਲੀਮਾ ਦੀ ਦਿੰਦੀ ਹੈ, ਇੱਧਰ ਵੇਖੋ, ਇਹ ਪੂਰਾ ਚੱਕ ਬੈਠਾ, ਪੂਰਾ ਚੱਕ ਬੈਠਾ ਇਹ ਪਿੰਡਾਂ ਥਾਵਾਂ ਵਿੱਚ। ਤਵੱਜੋ ਜੀ, ਤਵੱਜੋ, ਖਮੋਸ਼ ਯਾਰ। ਪਿੰਡਾਂ ਥਾਵਾਂ 'ਚ ਨਾ ਲੋਰੀ ਦੇਣ ਵਾਲੇ ਆਉਂਦੇ ਨੇ, ਇੱਥੇ ਵੀ ਆਉਂਦੇ ਨੇ ਕਿ ਕੋਈ ਨਹੀਂ? ਓਏ ਐਵੇਂ ਉਹ ਕੱਪੜੇ ਫੜੇ ਹੁੰਦੇ ਨੇ ਤੋ ਸਰਾਣੀਆਂ। ਇੱਧਰ ਵੇਖਿਓ ਜੀ, ਆਹ ਮੇਰੇ ਵੱਲ ਵੇਖਿਓ, ਉਹ ਬਾਬਾ ਜੀ ਆਉਂਦੇ ਨੇ, ਉਹਨਾਂ ਨੂੰ ਪਤਾ ਲੱਗਦਾ ਵੀ ਕਿਹਨੇ ਇਸ ਸਾਲ ਕਿਹਦਾ ਕਿਹਦਾ ਪੁੱਤਰ ਹੋਇਆ। ਉਹਦਾ ਦਰਵਾਜ਼ਾ ਖੜਕਾਉਂਦੇ ਨੇ, ਜੀ ਕੌਣ? ਆਉਂਦੇ ਨੇ ਜੀ, ਲੋਰੀ ਦੇਣੀ ਹੈ, ਲੋਰੀ ਦੇਣੀ ਹੈ। ਇੱਧਰ ਤਵੱਜੋ, ਦਾਦਾ ਵੀ ਕੋਲ, ਚਾਚਾ ਵੀ ਕੋਲ, ਮਾਮਾ ਵੀ ਕੋਲ, ਅੰਮਾ ਵੀ ਕੋਲ, ਤੇ ਦਾਦੀ ਵੀ ਕੋਲ। ਅਜੇ ਵੀ ਲੁਤਫ ਨਾ ਆਵੇ ਤੇ ਜੁਮਲੇ ਸੁਣਿਆ ਬਾਬਾ ਜੀ, ਮਿਹਰਬਾਨੀ ਮਿਹਰਬਾਨੀ ਜਨਾਬ। ਇੱਧਰ ਤਵੱਜੋ ਕਰਿਆ ਜੀ, ਸਾਰੇ ਰਿਸ਼ਤੇ ਕੋਲ ਹੁੰਦੇ ਨੇ, ਸਾਰੇ ਰਿਸ਼ਤੇ ਕੋਲ ਹੁੰਦੇ ਨੇ। ਹੁਣ ਉਹ ਲੋਰੀ ਦਿੰਦਾ ਪਿਆ ਤੇ ਲੋਰੀ ਵਿੱਚ ਕੀ ਪਾਉਂਦਾ ਪਤਾ? ਤੇਰੇ ਪੁੱਤਰ ਵਰਗਾ ਪੁੱਤਰ ਕੋਈ ਨਹੀਂ, ਤੇਰੇ ਲਾਲ ਵਰਗਾ। ਮੈਂ ਪਾਊਡਰ ਲਾਵਾਂ, ਮੈਂ ਸੁਰਖੀ ਲਾਵਾਂ, ਮੈਂ ਸੁਰਮਾ ਪਾਵਾਂ, ਅੰਮਾ ਹਲੀਮਾ ਇਹ ਨਹੀਂ ਪਿਆਉਂਦੀ, ਅੰਮਾ ਹਲੀਮਾ ਇਸ ਪੁਤਲੀ ਗੱਲ ਵੀ ਕਰਦੀ ਹੈ। ਆਏ ਹਾਏ ਹਾਏ, ਜਿਹੜੇ ਬੈਠੇ ਹੋ, ਜਿਹੜੇ ਬੈਠੇ ਹੋ, ਉਹ ਜਿਹੜੇ ਲੰਗਰ ਦੇ ਸਹਾਰੇ ਬੈਠੇ ਹੋ, ਉਹ ਵੀ ਬੋਲੋ ਸੁਭਾਨ ਅੱਲਾਹ। ਲੰਗਰ ਵੀ ਹੈ ਨਾ ਭਾਜੀ? ਲੰਗਰ ਵੀ ਹੈ ਜੀ, ਹੁਣ ਬੋਲੋ ਸੁਭਾਨ ਅੱਲਾਹ। ਖੁਸ਼ ਹੋ ਕੇ ਇੱਧਰ ਵੇਖਿਓ, ਬੀਬੀਆਂ ਪੁੱਛਦੀਆਂ ਨੀ, ਹਲੀਮਾ ਤੇਰੇ ਮੁਸਤਫਾ ਦੀ ਸ਼ਾਨ ਕੀ ਹੈ, ਤੇਰੇ ਬੱਚੇ ਦਾ ਕਮਾਲ ਕੀ ਹੈ? ਕਮਾਲ ਸੁਣਿਓ ਤੇ ਜ਼ਿੰਦਗੀ ਰਹੀ ਤੇ ਫਿਰ ਗੱਲ ਕਰਾਂਗੇ। ਬਾਬਾ ਜੀ ਜੁਮਲੇ ਸੁਣੋ, ਅੰਮਾ ਹਲੀਮਾ ਚੁੱਕ ਕੇ ਨਾ ਸੋਹਣੇ ਨੂੰ, ਪਹਿਲਾ ਸ਼ੇਰ ਹੀ ਪਹਿਲਾ ਮਿਸਰਾ ਹੀ, ਮੈਂ ਬੰਦਾ ਵੇਖਣਾ ਪਿਆ ਹਰ ਬੰਦੇ ਤੇ ਮੇਰੀ ਨਜ਼ਰ ਹੈ, ਕਿਹੜਾ ਲੋਰੀ ਤੇ ਜਿੱਦਾਂ ਹੱਥ ਬੁਲੰਦ ਹੋ ਗਏ। ਅੰਮਾ ਹਲੀਮਾ ਨੇ ਦੱਸਿਆ, ਬੀਬੀਓ ਸੁਣੋ ਮੇਰੇ ਪੁੱਤਰ ਦੀ ਸ਼ਾਨ ਕੀ ਹੈ। ਸਾਰੀਆਂ ਬੀਬੀਆਂ ਆਉਂਦੀਆਂ ਨੇ ਨੀ, ਹਲੀਮਾ ਦੱਸ ਤੇਰੇ ਪੁੱਤਰ ਦੀ ਸ਼ਾਨ ਕੀ ਹੈ। ਅੰਮਾ ਹਲੀਮਾ ਲੋਰੀ ਦੇ ਕੇ ਆਉਂਦੀ ਆ, ਹੱਸਦਾ ਤੇ ਹੁੰਦੇ ਜਿਹਦਾ ਹੱਥ ਬੁਲਾਉਂਦੇ ਨਾਰਾਏ ਰਿਸਾਲਤ, ਨਾਰਾਏ ਰਿਸਾਲਤ, ਹੱਸਦਾ ਤੇ ਹੁੰਦੇ। ਇਹਦੇ ਤੋਂ ਵੱਡਾ ਮਿਸਰਾ ਕੋਈ ਨਹੀਂ ਜੇ, ਹੱਸਦਾ ਤੇ ਹੁੰਦੇ ਸਜਰੀ ਸਵੇਰੇ, ਹੱਸਦਾ ਤੇ ਹਾਂ, ਨਸੀਬ ਵਾਲਾ ਹੱਥ ਚੁੱਕੇਗਾ, ਹੱਸਦਾ ਤੇ ਹਾਂ ਦੇ ਸਜਰੀ ਸਵੇਰੇ। ਅਗਲਾ ਮਿਸਰਾ ਸੁਣਿਓ, ਚੱਕਾ ਲਿਓ, ਹੱਸਦਾ ਤੇ ਹਾਂ ਦੇ ਸਜਰੀ ਸਵੇਰੇ। ਅਗਲਾ ਮਿਸਰਾ ਸੁਣ ਕੇ ਜਿਹਨੇ ਨਹੀਂ ਹੱਥ ਚੁੱਕਿਆ ਉਹ ਵੀ ਚੁੱਕ ਲੇਗਾ, ਉੱਥੋਂ ਚੰਨ ਚੁੰਮਦਾ, ਉੱਥੋਂ ਚੰਨ ਚੁੰਮਦਾ, ਜਿੱਥੇ ਰੱਖਦਾ ਪੈਰ। ਆਏ ਹਾਏ
ਉਥੋਂ ਚੰਨ ਚਮੇਂਦਾ, ਉਥੋਂ ਚੰਨ ਚਮੇਂਦਾ, ਬਜ਼ੁਰਗੋ ਅੱਲਾ ਜ਼ਿੰਦਗੀ ਦਾ ਵੇਲੇ ਸੋਹਣਾ, ਉਥੋਂ ਚੰਨ ਚਮੇਂਦਾ ਜਿੱਥੇ ਰੱਖਦਾ ਪੈਰ, ਇੱਕ ਵਾਰੀ ਨਬੀ ਦੇ ਨਾਂ ਦੇ, ਜਿਹੜਾ ਸਭ ਤੋਂ ਸੋਹਣਾ, ਜਿਹੜਾ ਸਭ ਤੋਂ ਸੋਹਣਾ, ਉਹਨੂੰ ਲੈ ਕੇ ਆਈਆਂ, ਉਹਨੂੰ ਲੈ ਕੇ ਆਈਆਂ, ਉਹਨੂੰ ਲੈ ਕੇ ਆਈਆਂ, ਉਹਨੂੰ ਲੈ ਕੇ। ਅੱਛਾ ਜੀ ਸੁਣੋ, ਇੱਕ ਸ਼ੇਰ ਮੇਰੇ ਕੋਲ ਹੋਰ ਹੈ, ਪੜ ਛੱਡੀਏ। ਅੱਲਾ ਤੁਹਾਨੂੰ ਜ਼ਿੰਦਗੀ ਦੇਵੇ, ਅੱਲਾ ਤੁਹਾਨੂੰ ਜ਼ਿੰਦਗੀ ਦੇਵੇ, ਹਜ਼ੂਰ ਤੁਹਾਡੇ ਤੇ ਰਾਜ਼ੀ ਹੋਣ। ਆਸ਼ਿਕ ਹੋਈ ਹੈ ਜਿਹੜਾ ਜ਼ਿਕਰ ਸੁਣ ਕੇ ਆਖੇ ਹੋਰ ਕਰੋ। ਰਾਤ ਮੁੱਕ ਜਾਂਦੀ ਏ ਯਾਰ ਦੀ ਗੱਲਬਾਤ ਨਹੀਂ ਮੁੱਕਦੀ, ਕਿਹੜੀਆਂ ਜਲਦੀਆਂ ਚ ਵੇ ਓਏ ਓ, ਅੱਜ ਯਾਰ ਦਾ ਜ਼ਿਕਰ ਯਾਰ ਵੀ ਪਿਆ ਸੁਣਦਾ, ਅੱਜ ਯਾਰ ਦਾ ਜ਼ਿਕਰ ਯਾਰ ਪਿਆ ਸੁਣਦਾ, ਕੋਈ MNA ਦਾ ਯਾਰ ਹੋਵੇ ਉਹਦਾ ਜਲਸਾ ਆਪਣੇ ਪਿੰਡ ਕਰਾਉਂਦਾ, ਕੋਈ MPA ਦਾ ਯਾਰ ਹੋਵੇ ਉਹਦਾ ਜਲਸਾ ਆਪਣੇ ਪਿੰਡ ਕਰਾਉਂਦਾ, ਕੋਈ ਚੇਅਰਮੈਨ ਦਾ ਯਾਰ ਹੋਵੇ ਵੋਟਰ ਹੋਵੇ ਉਹਦਾ ਜਲਸਾ ਆਪਣੇ ਚੱਕ ਕਰਾਉਂਦਾ। ਮੈਂ ਕਿਹਾ ਮੌਲਾ ਅਸੀਂ ਜਿੰਨੇ ਆਏ ਆ, ਜਿੰਨਾ ਜਲਸਾ ਕਰਾਇਆ ਏ, ਜਿਹੜੇ ਜਲਸੇ ਵਿੱਚ ਆਏ ਨੇ, ਅਸੀਂ ਕਿਸੇ ਹੋਰ ਦੇ ਵੋਟਰ ਨਹੀਂ, ਅਸੀਂ ਸੋਹਣੇ ਮੁਹੰਮਦ ਦੇ ਵੋਟਰ। ਮਿਲ ਕੇ ਤਵੱਜੋ ਜੀ ਤਵੱਜੋ, ਅਸੀਂ ਉਹਨਾਂ ਦੇ ਵੋਟਰ ਹਾਂ। ਅੱਜ ਰਾਤ ਹੀ ਮਾਹੀ ਦੀ ਯਾਦ ਵਿੱਚ ਅੱਜ ਆ ਕਮੇਟੀ ਵਾਲਿਆਂ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਅੱਜ ਸਾਨੂੰ ਮੌਕਾ ਦਿੱਤਾ, ਅੱਜ ਸਾਰੇ ਮਹਿਬੂਬ ਦਾ ਜ਼ਿਕਰ ਪੇ ਕਰਨੇ ਆ। ਚਾਚਾ ਜੀ ਕਸਮ ਖੁਦਾ ਦੀ ਮਸਜਿਦ ਚ ਖਲੋਤਾ, ਇਹਨਾਂ ਵਿੱਚੋਂ ਕੋਈ ਐਸਾ ਹੈ ਜਿਹੜਾ ਸੋਹਣੇ ਨੂੰ ਕਬੂਲ ਕਰਦਾ ਤੇ ਜਿਹਨੂੰ ਸੋਹਣਾ ਕਬੂਲ ਕਰਦਾ? ਕਸਮ ਖੁਦਾ ਦੀ, ਉਹ 40 ਬੰਦਿਆਂ ਚ ਇੱਕ ਉਹਦਾ ਹੁੰਦਾ, 40 ਬੰਦਿਆਂ ਚ ਇੱਕ। ਇੱਥੇ ਤਾਂ ਕਿੰਨੇ 40 ਬੈਠੇ ਨੇ? ਤੁਹਾਡਾ ਕੀ ਨਾਮ ਭਾਜੀ? ਸ਼ਾਹ ਨਵਾਜ਼ ਸਾਹਿਬ ਇਹ ਮੈਨੂੰ ਲੈ ਕੇ ਆਏ ਨੇ ਉੱਥੇ ਮੇਨ ਰੋਡ ਤੋਂ, ਤੇ ਮੈਂ ਜੇ ਮੈਨੂੰ ਐਡਰੈਸ ਦੱਸਦੇ ਪਏ, ਮੈਂ ਕਿਹਾ ਮੈਂ ਤਾਂ ਸੁਬਹਾ ਤੱਕ ਨਹੀਂ ਪਹੁੰਚਣਾ ਤੇ ਐਵੇਂ ਲੇਟ ਹੋ ਜਾਵਾਂਗਾ, ਤੇ ਇਹਦੇ ਨਾਲ ਬਿਹਤਰ ਕਿ ਤੁਸੀਂ ਮੇਨ ਤੇ ਆ ਜਾਓ, ਟਾਈਮ ਭੱਜ ਜਾਏਗਾ, ਲੇਟ ਤਾਂ ਨਹੀਂ ਆਇਆ ਮੈਂ। ਇਹਦੇ ਤਵੱਜੋ ਆਖਰੀ, ਅੰਮਾ ਹਲੀਮਾ ਨੂੰ ਸਾਰੀਆਂ ਕਹਿਣ ਲੱਗੀਆਂ, ਬੀਬੀਆਂ ਹਲੀਮਾ ਤੇਰਾ ਤੇ ਸੱਕਾ ਪੁੱਤਰ ਵੀ ਹੈ,
ਆਖਰੀ ਆਖਰੀ ਸ਼ੇਰ ਲੋਰੀ ਦਾ, ਜ਼ਿੰਦਗੀ ਰਹੀ ਤੇ ਫਿਰ ਕਿਸੇ ਨੂੰ ਆਖੀ ਤੇ ਤੈਨੂੰ ਕੋਈ ਸੁਣਾਵੇ ਤੇ ਫਿਰ ਦੱਸ। ਜੁਮਲੇ ਸੁਣੀ, ਤੇਰਾ ਸੱਕਾ ਪੁੱਤਰ ਵੀ ਹੈ ਸਟੇਜ ਵਾਲੇ ਦੇ ਸਾਹਮਣੇ, ਤੇਰਾ ਸੱਕਾ ਪੁੱਤਰ ਵੀ ਹੈ ਵੇ ਹਲੀਮਾ, ਤੇਰਾ ਸੱਕਾ ਪੁੱਤਰ ਵੀ ਹੈ ਵੇ। ਮੇਰੇ ਵੱਲ ਵੇਖੀ ਬਾਬਾ, ਸੱਕੇ ਨਾਲ ਜ਼ਿਆਦਾ ਪਿਆਰ ਕਰਨੀ ਹੈ ਜਾਂ ਮੱਕੇ ਵਾਲੇ ਮੁਹੰਮਦ ਨਾਲ ਜ਼ਿਆਦਾ ਪਿਆਰ ਕਰਨੀ ਆ। ਹਾਏ ਹਾਏ ਹਾਏ, ਕੀ ਬਾਤ ਹੈ ਯਾਰ, ਤੁਹਾਡੇ ਮਜਮੇ ਦੀ ਉਹ ਐਂਡ ਐਂਡ ਤੱਕ ਬੰਦੇ ਹੱਥ ਚੁੱਕ ਕੇ ਦਾਅ ਦੇ ਰਹੇ ਨੇ ਯਾਰ। ਹੈ ਤਵੱਜੋ, ਇੱਧਰ ਵੇਖਿਓ, ਅਸੀਂ ਗਏ ਇੱਥੇ ਤੋਬਾ ਟੇਕ ਸੀ, ਮੈਨੂੰ ਮੌਲਵੀ ਸਾਹਿਬ ਕੰਨ ਵਿੱਚ ਕਹਿਣ ਲੱਗੇ, ਕਹਿੰਦਾ ਸੁਲਤਾਨੀ, ਮੈਂ ਕਿਹਾ ਜੀ, ਕਹਿੰਦਾ ਮੈਨੂੰ 20 ਸਾਲ ਹੋ ਗਏ ਨੇ ਜੁਮਾ ਪੜਾਉਂਦਿਆਂ, ਮੈਂ ਕਿਹਾ ਜੀ ਬਿਸਮਿਲਾ, ਕਹਿੰਦਾ ਮੈਂ ਟਿੱਲ ਲਾ ਲਿਆ ਨਾ ਸੁਭਾਨ ਅੱਲਾ ਨਹੀਂ ਆਖੀ। ਤਵੱਜੋ ਕਰਿਓ, 20 ਸਾਲ ਹੋ ਗਏ ਨੇ ਜੁਮਾ ਪੜਾਉਂਦਿਆਂ ਤੇ ਮੈਂ ਟਿੱਲ ਲਾ ਛੱਡਿਆ, ਇਹ ਨਹੀਂ ਬੋਲੇ ਪਿੰਡ ਵਾਲੇ। ਮੈਂ ਕਿਹਾ ਕਿਬਲਾ ਤੁਸੀਂ ਮੇਰੇ ਤੋਂ ਆਲਾ ਲੋਕ ਹੋ, ਮੈਂ ਤੁਹਾਡਾ ਪੁੱਤਰ ਹਾਂ, ਤੁਹਾਡੀਆਂ ਜੁੱਤੀਆਂ ਸਿੱਧੀਆਂ ਕਰਨ ਵਾਲਾ ਵਾਂ, ਪਰ ਇੱਕ ਗੱਲ ਤੁਹਾਨੂੰ ਦੱਸਾਂ, ਮੈਂ ਦਾਅਵਾ ਨਹੀਂ ਕਰਦਾ, ਜਿਹੜਾ ਦਾਅਵਾ ਕਰੇ ਉਹ ਇਨਸਾਨ ਨਹੀਂ ਹੁੰਦਾ। ਮੈਂ ਆਜਿਜ਼ ਮਸਕੀਨ ਜਿਹਾ ਬੰਦਾ ਵਾਂ, ਤੁਸੀਂ ਆਉਂਦੇ ਹੋ ਨਾ 20 ਸਾਲ ਹੋ ਗਏ ਨੇ ਇਹਨਾਂ ਸੁਭਾਨ ਅੱਲਾ ਨਾ ਆਖੀ। ਮੈਂ ਕਿਹਾ ਮੌਲਵੀ ਜੀ, ਜੇ ਮੈਂ 20 ਮਿੰਟਾਂ 'ਚ ਸੁਭਾਨ ਅੱਲਾ ਨਾ ਕਢਾ ਲਈ ਤਾਂ ਮੈਂ ਮਿੰਬਰ ਤੋਂ ਥੱਲੇ ਲਾ ਛੱਡੀ। ਤਵੱਜੋ ਜੀ, ਆਲਾ ਐਲਾਨ, ਗੱਲ ਸਾਰੀ ਬੋਲੋ, ਗੱਲ ਸਾਰੀ ਇੱਕ ਵਾਰੀ ਬੋਲੋ, ਗੱਲ ਸਾਰੀ, ਗੱਲ ਸਾਰੀ, ਗੱਲ ਸਾਰੀ, ਮੇਰੀ ਵੀ ਗੱਲ ਸਾਰੀ, ਆਖਰੀ ਮਿਸਰਾ ਜੀ ਇੱਧਰ ਤਵੱਜੋ, ਸੋਹਣਾ ਸੁਣ ਗਿਆ ਤੇਰਾ ਮਜਮਾ ਜੁਮਲੇ, ਤੇਰਾ ਸੱਕਾ ਵੀ ਹੈ, ਸੱਕਾ ਸੋਹਣਾ ਲੱਗਦਾ ਹੀ ਕਿ ਮੁਹੰਮਦ ਸੋਹਣਾ ਸੱਲੱਲਾਹੁ ਅਲੈਹਿ ਵਸੱਲਮ ਲੱਗਦਾ ਹੀ। ਐ ਮਿਸਰਾ ਸੁਣਨਾ ਤੇ ਤੇਰਾ ਮਜਮਾ ਉੱਠ ਕੇ ਦਾ ਦੇਵੇਗਾ, ਕਸਮ ਖੁਦਾ ਦੀ, ਜੁਮਲਾ ਬਹਿ ਕੇ ਸੁਣਨ ਵਾਲਾ ਨਹੀਂ। ਬਹੁਤ ਵੱਡਾ ਜੁਮਲਾ ਸੁਣੀ, ਅੰਮਾ ਹਲੀਮਾ ਨੇ ਆਪਣਾ ਪੁੱਤਰ ਵੀ ਲਿਆਉਂਦਾ, ਸਾਰਾ ਮਜਮਾ ਮਿਲਾਦ ਕਮੇਟੀ ਸਾਰੇ ਪੰਡਾਲ, ਅੰਮਾ ਹਲੀਮਾ ਨੇ ਆਪਣਾ ਪੁੱਤਰ ਲਿਆਉਂਦਾ। ਇੱਧਰ ਵੇਖਿਓ, ਸੱਜੇ ਪਾਸੇ ਨਬੀ ਹੈ, ਜਾਂਦਿਆਂ ਐਂਡ ਵੀ ਚੰਗਾ ਕਰਕੇ ਜਾਈ, ਜਾਂਦਿਆਂ ਜਿਸ ਨਾਲੇ ਚੌਲ ਖਾਂਦਾ ਜਾਈ ਤੇ ਨਾਲੇ ਨਬੀ ਨਬੀ ਕਰਦਾ ਜਾਈ। ਸੱਜੇ ਪਾਸੇ ਨਬੀ ਪਾਕ ਨੂੰ ਲਟਾਇਆ, ਮੇਰੇ ਵੱਲ ਜ਼ਰਾ ਤਸੱਵਰ ਕਰਨਾ, ਵੇਖਣਾ ਤੇ ਫਿਰ ਹੋਰ ਲੁਤਫ ਆਏਗਾ। ਖੱਬੇ ਪਾਸੇ ਬੀਬੀਆਂ ਸਾਹਮਣੇ ਨੇ, ਬੀਬੀਆਂ ਸਵਾਲ ਕੀਤਾ, ਇਹ ਸੋਹਣਾ ਕਿ ਉਹ ਸੋਹਣਾ, ਜ਼ਰਾ ਤਸੱਵਰ ਮੇਰੇ ਵੱਲ ਵੇਖਣਾ, ਸੱਜੇ ਪਾਸੇ ਕੌਣ ਹੈ ਨਬੀ ਪਾਕ, ਸੱਜੇ ਪਾਸੇ, ਸੱਜੇ ਪਾਸੇ ਕੌਣ ਨੇ ਬੋਲਣਾ ਤੇ ਫਿਰ ਲੁਤਫ ਹੋਣਾ, ਖੱਬੇ ਪਾਸੇ ਖੱਬੇ ਪਾਸੇ ਪੁੱਤਰ, ਅਮਾ ਹਲੀਮਾ ਦਾ ਸੱਕਾ ਪੁੱਤਰ, ਇੱਧਰ ਨਬੀਆਂ ਦਾ ਸਰਦਾਰ ਹੈ। ਬੀਬੀਆਂ ਨੇ ਪੁੱਛਿਆ ਸੋਹਣਾ ਕਿਹੜਾ ਲੱਗਦਾ, ਤਵੱਜੋ ਜੀ, ਸੋਹਣਾ ਕਿਹੜਾ ਲੱਗਦਾ ਜੀ, ਬਸ 2-3 ਮਿੰਟ ਰਹਿ ਗਏ, ਸੋਹਣਾ ਕਿਹੜਾ ਲੱਗਦਾ ਜੀ। ਅਮਾ ਹਲੀਮਾ ਦੀ ਹੁਣੇ ਦੱਸਾਂ ਕਿਹੜਾ ਸੋਹਣਾ ਲੱਗਦਾ। ਹਾਏ ਹਾਏ ਹਾਏ, ਲੱਖਾਂ ਤੋਂ ਹਜ਼ਾਰਾਂ ਮਹਿਫਲਾਂ ਪਿੰਡ 'ਚ ਕਰਾਈਆਂ ਹੋਣੀਆਂ ਨੇ। ਰੱਬੇ ਕਾਬਾ ਦੀ ਕਸਮੇ, ਫਕੀਰ ਦਾ ਜੁਮਲਾ ਸੁਣੀ, ਮਜਮੇ ਨੂੰ ਪੁੱਛੀ ਵੀ ਮੌਲਵੀ ਕੀ ਪੜ ਕੇ ਗਿਆ ਤੈਨੂੰ ਦੱਸਣ, ਸੱਜੇ ਪਾਸੇ ਮੁਸਤਫਾ ਹੈ, ਖੱਬੇ ਪਾਸੇ ਸੱਗਾ ਪੁੱਤਰ ਹੈ, ਹਲ ਹਲ ਐਲਾਨ ਜੁਮਲਾ ਨਾ ਦਿਆ ਤੇ ਬਾਬਾ ਮੈਂ ਮਾੜਾ, ਜੇ ਤੁਸੀਂ ਨਾ ਬੋਲੇ ਤੇ ਫਿਰ ਤੁਹਾਡੀ ਮਰਜ਼ੀ। ਸੱਜੇ ਪਾਸੇ ਮੁਸਤਫਾ ਹੀ, ਤਵੱਜੋ ਤਵੱਜੋ ਮੇਰੇ ਵੱਲ ਸਿਰ ਚੁੱਕ ਕੇ ਪਈ, ਸੱਜੇ ਪਾਸੇ ਨਵੀ ਆ, ਖੱਬੇ ਪਾਸੇ ਉਹਦਾ ਪੁੱਤਰ ਹੀ, ਸੱਜੇ ਪਾਸੇ ਮੁਸਤਫਾ ਹੀ, ਖੱਬੇ ਪਾਸੇ ਉਹਦਾ ਪੁੱਤਰ ਹੀ, ਸਾਊਂਡ ਵਾਲਿਆ ਬੜਾ ਸੋਹਣਾ ਚਲਾਇਆ ਹੀ, ਅੱਲਾ ਤੈਨੂੰ ਸਲਾਮਤ ਰੱਖੇ, ਆਖਰੀ ਸ਼ੇਰ ਪੜਾ ਤੇ ਤੂੰ ਵੀ ਘਰ ਤੇ ਅਸੀਂ ਵੀ ਘਰ, ਅੱਲਾ ਤੈਨੂੰ ਜ਼ਿੰਦਗੀ ਦੇਵੇ, ਬਹੁਤ ਖੂਬਸੂਰਤ ਚਲਾਇਆ ਹੀ। ਰੱਬੇ ਕਾਬਾ ਦੀ ਕਸਮੇ ਬਾਬਾ, ਜੁਮਲੇ ਸੁਣਿਆ ਜੇ, ਫੇਰ ਪਿਆਨਾ, ਸੱਜੇ ਪਾਸੇ ਨਵੀ ਬਾਗ, ਖੱਬੇ ਪਾਸੇ ਸੱਕਾ ਪੁੱਤਰ ਹੈ, ਤੇ ਪੁੱਛਿਆ ਸੋਹਣਾ ਕਿਹੜਾ ਲੱਗਦਾ ਜੀ, ਸੋਹਣਾ ਕਿਹੜਾ ਲੱਗਦਾ ਜੀ। ਅੰਮਾ ਹਲੀਮਾ ਨੇ ਨਬੀ ਬਾਗ ਵੱਲ ਵੇਖੀ ਆਏ, ਕਦੀ ਪੁੱਤਰ ਵੱਲ ਵੇਖੀ ਆਏ, ਅਗਲਾ ਸ਼ੇਰ ਸੁਣ ਕੇ ਬੋਲਣੇ ਜੁਮਲੇ ਵੱਡੇ ਦੇ ਲਗਾਓ। ਅੰਮਾ ਹਲੀਮਾ ਆਉਂਦੀਆਂ ਨੇ, ਇਸ਼ਾਰਾ ਕੀਤਾ ਅੰਮਾ ਨੇ, ਇਸ਼ਾਰਾ ਇੱਧਰ ਵੇਖਿਆ ਜੇ, ਅੰਮਾ ਹਲੀਮਾ ਇਸ਼ਾਰਾ ਕਰਕੇ ਆਉਂਦੀਆਂ ਨੇ, ਇਹਦੇ ਵੀ ਜਿੱਤ ਸਕੇ ਆ ਵਿੱਚ ਵੰਡ ਨਿਗੀਤੀ, ਆਹ
ਜੀ 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 ਬਿਸਮਿਲ੍ਲਾ ਬਿਸਮਿਲ੍ਲਾ ਵੱਡਾ ਜੁਮਲਾ ਸੁਲਤਾਨੀ ਪਰ ਚੱਲੀ ਹੇ ਦੇਵੀ ਜਿੱਤ ਸਕੇ ਆ ਜਿਹੜਾ ਬਹਿ ਗਿਆ ਉਹਦੀ ਮਰਜ਼ੀ ਜਿਹੜਾ ਬਹਿ ਗਿਆ ਸੁਣਿਓ ਹੇ ਦੇਵੀ ਜਿੱਤ ਸਕੇ ਆ ਹੇ ਦੇਵੀ ਜਿੱਤ ਸਕੇ ਆ ਇਸ ਤੋਂ ਵੱਡਾ ਜੁਮਲਾ ਕੋਈ ਨਹੀਂ ਤਕਰੀਰ ਚ ਹੇ ਦੇਵੀ ਜਿੱਤ ਸਕੇ ਆ ਹੈ ਵਿੱਚ ਵੰਡੀ ਨੀ ਕੀਤੀ ਹੇ ਦੇਵੀ ਜਿੱਤ ਸਕੇ ਆ ਅਗਲਾ ਮਿਸਰਾ ਉੱਠ ਕੇ ਸੁਣ ਨਹੀਂ ਹੇ ਦੇਵੀ ਜਿੱਤ ਸਕੇ ਆ ਵਿੱਚ ਵੰਡੀ ਨੀ ਵੱਡਾ ਜੁਮਲਾ ਦੇਣ ਲੱਗਾ ਸੁਣ ਕੇ ਉੱਠਣਾ ਹੇ ਦੇਵੀ ਜਿੱਤ ਸਕੇ ਆ ਵਿੱਚ ਵੰਡੀ ਨੀ ਕੀਤੀ ਇੱਧਰ ਵੇਖਿਓ ਇੱਧਰ ਇਸ਼ਾਰਾ ਕਰਕੇ ਅੰਮਾ ਦੀ ਏ ਇਹਨੂੰ ਸੌਣ ਲੱਗਿਆ ਕਦੇ ਕੰਡ ਨੀ ਕੀਤੀ ਇਹਨੂੰ ਸੌਣ ਲੱਗਿਆ ਸੁਣੋ ਸੌਣ ਲੱਗਿਆ ਕਦੇ ਕੰਡ ਨੀ ਕੀਤੀ ਇਹਨੂੰ ਸੌਣ ਲੱਗਿਆ ਕਦੇ ਕੰਡ ਨੀ ਕੀਤੀ ਜਿਹੜਾ ਸਭ ਤੋਂ ਸੋਹਣਾ ਉਹਨੂੰ ਲੈ ਕੇ ਆਈਆਂ ਮੁਸਤਫਾ ਜਾਨ ਬੇਲਾ ਗੌਸਲਾ ਵੋ ਹਮਾਰੇ ਨਬੀ ਹਮੇ ਉਨਕੇ ਉਮਤੇ ਵੋ ਹਮਾਰੇ ਨਬੀ ਹਮੇ ਉਨਕੇ ਉਮਤੇ ਤੇਰੀ ਕਿਸਮਤ ਬੇਲਾ ਗੌਸਲ ਸਮੇ ਬਜ਼ਮੇ ਹਿਦਾਇਤ ਪੇਲਾ ਗੌਸਲਾ ਜਿਸਨੇ ਦੇਖਾ ਤੁਝੇ ਵੋ ਤੇਰਾ ਹੋ ਗਿਆ ਜਿਸਨੇ ਦੇਖਾ ਤੁਝੇ ਵੋ ਤੇਰਾ ਹੋ ਗਿਆ ਜਿਸ ਕੋ ਤੂਨੇ ਜਬ ਦੇਖਾ ਤੋ ਵੋ ਗਨੀ ਹੋ ਗਿਆ ਤੂੰ ਮੇਰਾ ਹੋ ਗਿਆ ਮੈਂ ਤੇਰਾ ਹੋ ਗਿਆ ਮੁਸਤਫਾ ਜਾਨੇ ਰਹਿਮਤ ਬੇਲਾ ਗੌਸਲਾ ਸ਼ਮਾਏ ਬਜ਼ਮੇ ਹਿਦਾਇਤ ਬੇਲਾ ਗੌਸਲਾ ਸਾਰੇ ਦੋਸਤ ਸ਼ਰੀਫ ਰੱਖੋ ਬੈਠ ਜਾਓ ਖਾਲੀ ਜੋਲੀਆਂ ਲੈ ਕੇ ਆਏ ਹੋ ਭਰ ਕੇ ਲੈ ਜਾਓ ਤੁਹਾਡੀ ਬੜੀ ਮਿਹਰਬਾਨੀ ਯਕਦਮ ਬਹਿ ਜਾਓ ਮਿਹਰਬਾਨੀ ਫਰਮਾਓ ربنا ظلمنا انفسنا وان لم تغفر لنا وترحمنا لنكونن من الخاسرين پروردگار عالم اس پورے پنڈ نے میلاد کمیٹی نے بڑا سونا انتظام کیتا خرچ کیتا اہتمام کیتا میرے اللہ محفوظ سجائی قبول فرمائی جس جس بندے نے روپیہ بھی خرچ کیتا کوشش کیتی محنت کیتی میرے اللہ انہاں دی کوشش کاوش اپنی پاک بارگاہ دے اندر قبول فرمائی پوری میلاد کمیٹی دے رزق اندر مال اندر جان اندر برکت عطا فرمائی
ਮੇਰਾ ਅੱਲਾ ਇੰਨਾ ਮਜਮਾ ਲੱਗਾ ਉਹ ਐਂਡ ਤੱਕ ਦੁਨੀਆ ਬੈਠੀ ਹੈ ਜਿੱਥੋਂ ਜਿੱਥੋਂ ਕੋਈ ਆਇਆ ਮੇਰੇ ਅੱਲਾ ਇੱਕ ਕਦਮ ਦੇ ਬਦਲੇ ਅਜਰ ਅਜ਼ੀਮ ਅਤਾ ਫਰਮਾ ਮੇਰੇ ਅੱਲਾ ਕੋਈ ਬਿਮਾਰ ਆਇਆ ਜਨਾਬੇ ਮੁਸਤਫਾ ਦੀਆਂ ਜ਼ੁਲਫਾਂ ਦਾ ਸਦਕਾ ਸਿਹਤ ਅਤਾ ਫਰਮਾਈ ਮੇਰੇ ਅੱਲਾ ਕੋਈ ਬੇ ਔਲਾਦ ਆਇਆ ਜਨਾਬੇ ਜ਼ੈਨਬ ਦੀ ਚਾਦਰ ਤਤਹੀਰ ਦਾ ਸਦਕਾ ਔਲਾਦ ਨਰੀਨਾ ਅਤਾ ਫਰਮਾਈ ਮੇਰੇ ਅੱਲਾ ਦੁਆ ਵਾਸਤੇ ਗਿਆ ਗਿਆ ਉਹ ਕੱਲ ਹੋ ਰਹੀ ਹੈ ਪਰਸੋਂ ਕੋਈ ਬੱਚਾ ਫੋਤ ਹੋਇਆ ਮੇਰੇ ਅੱਲਾ ਉਹਦੀ ਬਖਸ਼ਿਸ਼ ਵਾਸਤੇ ਦੁਆ ਕਰਨੇ ਆ ਮੇਰੇ ਅੱਲਾ ਉਸ ਬੱਚੇ ਦੀ ਕਾਮਲ ਬਖਸ਼ਿਸ਼ ਹੋ ਮਗਫਰਤ ਫਰਮਾਈ ਮੇਰੇ ਅੱਲਾ ਦਾ ਦੂਸਰਾ ਭਰਾ ਬਿਮਾਰ ਹੈ ਮੇਰੇ ਅੱਲਾ ਉਹਨੂੰ ਸਿਹਤ ਅਤਾ ਮੇਰੇ ਅੱਲਾ ਜਿੱਥੇ ਜਿੱਥੇ ਕੋਈ ਬਿਮਾਰ ਹੈ ਘਰਾਂ ਅੰਦਰ ਹਸਪਤਾਲਾਂ ਅੰਦਰ ਇਸ ਮਹਿਫਲ ਦਾ ਸਦਕਾ ਮੇਰੇ ਅੱਲਾ ਸਭ ਨੂੰ ਸਿਹਤ ਤੰਦਰੁਸਤੀ ਅਤਾ ਫਰਮਾਈ ਮੇਰੇ ਅੱਲਾ ਸੋਹਣੀ ਮਿਲਾਦ ਕਮੇਟੀ ਨੇ ਸੋਹਣਾ ਜਸ਼ਨ ਮਨਾਇਆ ਇਸ ਮਸਜਿਦ ਦੇ ਇਮਾਮ ਸਾਹਿਬ ਕਿਬਲਾ ਮਸਜਿਦ ਦੀ ਪੂਰੀ ਕਮੇਟੀ ਮੇਰੇ ਅੱਲਾ ਸਭ ਦੀ ਖੈਰ ਫਰਮਾ ਸਭ ਦੇ ਬਰਕਤਾਂ ਫਰਮਾ ਸਭ ਦੇ ਰਹਿਮਤਾਂ ਫਰਮਾ ਮੇਰਾ ਪੜ੍ਹਨਾ ਇਹਨਾਂ ਲੋਕਾਂ ਦਾ ਸੁਣਨਾ ਕਬੂਲ ਫਰਮਾਈ ਮੇਰੇ ਅੱਲਾ ਖਾਲੀ ਜੋਲੀ ਕੋਈ ਨਾ ਜਾਵੇ ਅੱਜ ਜੋਲੀਆਂ ਭਰਦੇ ਸਾਰਿਆਂ ਦੀਆਂ ਮੇਰਾ ਮਾਲਕਾ ਮੁਸਤਫਾ ਦਾ ਸਦਕਾ ਹਜ਼ੂਰ ਦੇ ਮਿਲਾਦ ਦਾ ਸਦਕਾ ਸਭ ਦੀਆਂ ਖਾਲੀ ਜੋਲੀਆਂ ਭਰਦੇ ਇਹ ਪਿੰਡ ਇਸੇ ਤਰ੍ਹਾਂ ਸਦਾ ਸ਼ਾਦੋ ਆਬਾਦ ਰਹੇ ਇਸ ਪਿੰਡ ਦੇ ਕਬਰਸਤਾਨ ਅੰਦਰ ਜਿੰਨੇ ਲੋਕ ਦਫ਼ਨ ਹੋ ਚੁੱਕੇ ਨੇ ਹੁਣ ਤੱਕ ਮੇਰੇ ਅੱਲਾ ਸਾਰਿਆਂ ਦੀ ਬਖਸ਼ਿਸ਼ ਫਰਮਾਇਓ ਮੇਰੇ ਅੱਲਾ ਸਾਰਿਆਂ ਦੀ ਮਗਫ਼ਰਤ ਫਰਮਾਇਓ ਜਬ ਦਮੇ ਵਾਪਸੀ ਹੋ ਹਮ ਸਭ ਕੀ ਜ਼ੁਬਾਨ ਪਰ ਹੋ ਲਾ ਇਲਾਹਾ ਇਲਾ ਅੱਲਾਹ ਮੁਹੰਮਦ ਰਸੂਲ ਅੱਲਾਹ ਸੱਲ ਅੱਲਾਹ